ਫਿਰ ਉਹਨੂੰ ਲੁੱਗ ਖਾਰੇ ਵਾਲਾ ਮਿਲ ਗਿਆ ਜੀ। ਨਾਂ ਕਿੱਥੋਂ ਬਣਿਆ ਤਾਰੇ ਬਰਾੜ ਦਾ ਵੀ ਯਾਰ, ਕਿ ਆਹ ਬਾਜੀ ਤੋਂ ਆਪਣੀ ਤਸੱਲੀ ਹੋ ਗਈ। ਉਹ ਤਾਂ ਐਂ ਕਹਿੰਦਾ ਤੇਰਾ ਕਬੂਤਰ ਕੱਥੇ ਕੱਥੇ ਡਾਵਾਂ, ਤੇ ਦੂਸਰ ਮਰਾਉਣ ਨਹੀਂ ਗਿਆ ਬੰਦਾ ਉਹਦੇ ਕੋਲੋਂ। ਉਹਨੂੰ ਪੁੱਛਣਾ ਤੇਰਾ ਕਬੂਤਰ ਥੱਲੇ ਕਰਾਂ ਉੱਚਾ ਕਰਾਂ ਕਿ ਜਮਾਂ ਰੱਬ 'ਚ ਕਰ ਦਿਆ। ਕਿਹੜੀ ਗੱਡੀ ਸੀ? ਗੱਡੀ ਸਕਾਰਪੀਓ। ਸਕਾਰਪੀਓ ਗੱਡੀ, ਓਕੇ। ਉਹ ਕਿਵੇਂ ਲਾਉਂਦੇ ਤਰਫਲਾ? ਉਹ ਮੰਨ ਲਓ 7-8 ਦਿਨ ਪਹਿਲਾਂ, 10 ਦਿਨ ਪਹਿਲਾਂ ਵੀ ਲਾ ਦਈਦਾ, ਤੇ ਜਿਹੜਾ ਬੰਦਾ ਜਲਾਬ ਨਹੀਂ ਕਰਦਾ ਉਹ ਬੰਦਾ ਉਹ ਵੀ ਬਾਜੀ ਖੜ ਜਾਂਦਾ। ਹਾਂ, ਇਹ ਬੰਦੇ ਸਾਡੇ ਨੇ ਐਂ ਕੀਤੀ, ਇਹ ਜਲਾਬ ਲਾਈ ਗਏ ਹਰੜ ਦਾ। ਮੈਨੂੰ ਵੀ ਕਬੂਤਰ ਫੜਾ ਗਏ, ਰੱਜਾਂ ਨੂੰ ਰੱਜਾਂ ਲਾਉਣਾ। ਕੜਕ ਜਦੋਂ ਮੰਨ ਲਾ ਬਦਾਮ ਦੇਣੇ ਆ, ਪੁੱਟ ਜਿਹੇ ਬਦਾਮ ਕੱਢ ਕੇ ਦੇ, ਓਕੇ, ਬਦਾਮ ਖੱਟੇ ਹੋਏ। ਹਾਂ, ਜਿਹੜੇ ਅਮੀਰ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੂੜੀ ਪੱਤੀ ਵਾਲੇ ਸਾਡੇ ਕੋਲ ਜੂੜੀ ਇੱਕ ਫੜੀ ਸੀ, ਅਸੀਂ ਸਭੇ ਦੇ ਘਰੇ ਉੱਠੇ ਚੜ੍ਹਦੇ ਘਰੇ। ਹੁਣ ਤਾਂ ਸਾਡਾ ਟਹਿਲਾ ਹੁੰਦਾ ਕਾਪੀ ਦੇ, ਪਹਿਲੇ ਵੀ ਬਾਈ ਬਹੁਤ ਕਰਾਉਂਦਾ। ਚੰਨ ਨੇ ਮੈਥੋਂ 20 ਰੁਪਏ ਇੱਕ ਬਦਾਮ ਵੱਧ ਦਿੱਤਾ, ਮੈਂ ਨਹਾਉਣ ਲੱਗ ਗਿਆ। ਉਹ ਕਹਿੰਦੇ ਤਾਰਾ ਬਰਾੜ ਲੰਘਿਆ ਨਾ ਗਰੁੱਪ ਭੂੰਡਾਂ ਵਾਲੀ ਆ ਫਿਰਦੀ ਬਾਈ, ਇਕੱਲੀ ਰਹਿ ਗਈ ਤਾਰੇ ਦੀ। ਸਤਿ ਸ਼੍ਰੀ ਅਕਾਲ ਬਾਈ, ਸਟਾਰ ਕਬੂਤਰਬਾਜ਼ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਸਟਾਰ ਕਬੂਤਰਬਾਜ਼ ਚੈਨਲ, ਅਤੇ ਮੈਂ ਕੁਲਦੀਪ ਸਿੰਘ ਢਿੱਲਵਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਦਰਸ਼ਕ ਵੀਰੋ, ਵੀਡੀਓ ਦੀ ਲੜੀ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਪਹੁੰਚੇ ਹਾਂ ਪਿੰਡ ਲੰਗਿਆਣਾ, ਅਤੇ ਇੱਥੇ ਭਰਾ ਸਾਡਾ ਬਹੁਤ ਸੀਨੀਅਰ ਸਤਿਕਾਰਯੋਗ ਵੀਰ ਇੱਥੇ ਕਬੂਤਰਬਾਜ਼, ਮਤਲਬ ਕਾਫੀ ਟਾਈਮ ਤੋਂ ਬਾਈ ਦਾ ਚੱਲੀ ਆਉਂਦਾ ਸੀ, ਬਾਈ ਦੀ ਵੀਡੀਓ ਕਰੋ, ਬਾਈ ਤਾਰਾ ਲੰਗਿਆਣਾ ਸੀਨੀਅਰ ਪਲੇਅਰ ਆ ਵੀਰੇ, ਬੜੀਆਂ ਬਾਜ਼ੀਆਂ ਜਿੱਤੀਆਂ ਬਾਈ ਨੇ, ਚੰਗਾ ਨਾਂ ਕਮਾਇਆ। ਅਤੇ ਅੱਜ ਕੱਲ੍ਹ ਬਾਈ ਰਹਿੰਦਾ ਸਨੇਰ ਪਿੰਡ ਹੈ, ਇੱਥੇ ਬਾਈ ਦੀ ਰਿਸ਼ਤੇਦਾਰੀ ਹੋਣੀ ਹੈ ਕੋਈ, ਉਹ ਆਪਾਂ ਬਾਈ ਨਾਲ ਸਾਰੀ ਡਿਸਕਸ ਕਰਾਂਗੇ ਵੀ ਇੱਥੇ ਕਿਵੇਂ ਰਹਿਣ ਦਾ ਬਣਿਆ ਸਾਰਾ ਕੁਛ, ਕੀ ਕਬੂਤਰ ਬਾਈ 'ਚੋਂ ਖੱਟਿਆ ਕਮਾਇਆ, ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰਾਂਗੇ। ਅਤੇ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਦਾ ਮੇਰੇ ਵੱਲੋਂ ਸਟਾਰ ਕਬੂਤਰਬਾਜ਼ ਚੈਨਲ ਵੱਲੋਂ ਬਹੁਤ ਬਹੁਤ ਸਵਾਗਤ ਹੈ, ਕਿਉਂਕਿ ਜ਼ਿਆਦਾ ਬੰਦੇ ਹੋਣ ਕਰਕੇ ਜੇ ਨਾਵਾਂ 'ਚ ਪਵਾਂਗੇ ਵੀ ਕਿਹੜੇ ਕਿਹੜੇ ਭਰਾ ਕਿੱਥੋਂ ਆਏ ਨੇ, ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ। ਅਤੇ ਬਾਈ ਦਾ ਆਪਾਂ ਕਰਦੇ ਹਾਂ ਸਵਾਗਤ, ਇਸ ਤੋਂ ਪਹਿਲਾਂ ਮੈਂ ਬਾਈ ਦਾ ਜਰਨੈਲ ਦਾ ਧੰਨਵਾਦ ਕਰਦਾ ਵੀਰ ਦਾ, ਅਤੇ ਬਾਈ ਕੋਟ ਧਰਮੂ, ਕੋਟ ਧਰਮੂ ਚੰਦ ਪਿੰਡ ਕਲਾਂ ਤਰਨ ਤਰਨ ਦਾ ਏਰੀਆ ਨਾ, ਹਾਂ, ਇਹ ਭਰਾ ਦੀ ਬਦੌਲਤ ਅੱਜ ਜਿਹੜੀ ਇਹ ਵੀਡੀਓ ਬਣੀ ਆ, ਅਤੇ ਬਹੁਤ ਸ਼ੁਕਰੀਆ ਵੀਰ ਦਾ ਵੀ, ਕਿਉਂਕਿ ਇੱਕ ਸੀਨੀਅਰ ਪਲੇਅਰ ਨੂੰ ਮਿਲਣਾ ਬਾਈ ਸਾਡੇ ਚੈਨਲ ਵਾਲਿਆਂ ਵਾਸਤੇ ਵੀ ਇੱਕ ਸੁਭਾਗ ਭਰਿਆ ਦੇਣ ਹੁੰਦਾ। ਬਾਈ ਦਾ ਸਵਾਗਤ ਕਰਦੇ ਹਾਂ ਆਪਾਂ, ਇਸ ਤੋਂ ਬਾਅਦ ਕਰਦੇ ਹਾਂ ਸਟਾਰਟ ਵੀਡੀਓ। ਬਾਈ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਡੇ ਗ੍ਰਹਿ ਵਿਖੇ ਪਹੁੰਚਣ 'ਤੇ ਸਟਾਰ ਕਬੂਤਰ ਕਲੱਬ ਦਾ ਬਹੁਤ ਬਹੁਤ ਧੰਨਵਾਦ ਜੀ। ਜਿੰਨੇ ਵੀ ਮੇਰੇ ਭਰਾ ਆਏ ਆ, ਵੱਡੇ ਛੋਟੇ, ਬਾਈ ਪਾਲਾ ਝਤਰੇ, ਨਿੱਕਾ ਰਾਏ, ਮੰਗਾ ਬੱਚੀ ਪਿੰਡ, ਜਰਨੈਲ ਕੋਟ ਧਰਮੂ, ਕਾਲਾ ਪੰਡੋਰੀ, ਫੌਜੀ ਸੁਰ ਸਿੰਘ, ਅਤੇ ਹੋਰ ਵੀ ਮੇਰੇ ਚੇਲੇ ਜਿੰਨੇ, ਸੁਖਾਨਾ ਰਮਣਾ ਸੁਰ ਸਿੰਘ ਜੀ, ਅਤੇ ਸਾਰਿਆਂ ਨਾਂ ਲਿਆ ਨਹੀਂ ਕਹਿੰਦਾ ਬੰਦੇ ਬਾਹਲੇ ਆ, ਸਾਰਿਆਂ ਧੰਨਵਾਦ ਇੱਥੇ ਸਾਡੇ ਗ੍ਰਹਿ ਵਿਖੇ ਪਹੁੰਚਣ 'ਤੇ ਜੀ, ਧੰਨਵਾਦ ਜੀ। ਬਹੁਤ ਬਹੁਤ ਮੇਰੇ ਮਨੋਂ ਵੀਰ ਇੱਕ ਵਾਰ ਫਿਰ ਧੰਨਵਾਦ, ਜਿਹੜੇ ਜਿਹੜੇ ਭਰਾ ਇੱਥੇ ਸੀਨੀਅਰ ਭਰਾ ਜਿੰਨੇ ਵੀ ਆਏ ਨੇ, ਨਿੱਕੇ ਛੋਟੇ ਭਰਾ, ਸਾਰਿਆਂ ਦਾ ਧੰਨਵਾਦ। ਅਤੇ ਕਰਦੇ ਹਾਂ ਬਾਈ ਨਾਲ ਗੱਲਾਂ ਬਾਤਾਂ, ਬਾਈ ਵੀ ਕੀ ਜ਼ਿੰਦਗੀ ਦਾ ਰੁਝਾਨ ਰਿਹਾ ਬਾਈ ਦਾ, ਅਤੇ ਸਭ ਤੋਂ ਪਹਿਲਾਂ ਬਾਈ ਜੀ ਇਹ ਦੱਸੋ ਵੀ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਇਸ ਫੀਲਡ 'ਚ ਆਉਣ? ਬਾਈ 90 ਤੋਂ ਆਪਾਂ ਐਵੇਂ ਜੀ, 1990 ਤੋਂ। 90 'ਚ ਕਬੂਤਰ ਘਰ ਰੱਖੇ ਨੇ? ਕਬੂਤਰ ਘਰ ਰੱਖੇ। ਇਸ ਤੋਂ ਪਹਿਲਾਂ? ਇਸ ਤੋਂ ਪਹਿਲਾਂ ਤਾਂ ਛੋਟੇ ਸੀਗੇ ਜੀ, ਯਾਨੀ ਕਿ 10ਵੀਂ ਮੈਂ ਕੀਤੀ ਆ 94 ਸਾਲ 'ਚ ਜੀ, ਯਾਨੀ ਕਿ 90 'ਚ ਮੈਂ ਕਬੂਤਰ ਰੱਖ ਲਏ ਸੀਗੇ। ਇਸ ਤੋਂ ਪਹਿਲਾਂ ਸ਼ੌਂਕ ਕਿਹਨੂੰ ਸੀ ਘਰ 'ਚ? ਪਹਿਲਾਂ ਸਾਡੇ ਘਰ 'ਚ ਕਿਸੇ ਨੂੰ ਸੀ ਨਹੀਂ, ਮੇਰੇ ਨਾਨਕਿਆਂ ਨੇ ਕਬੂਤਰ ਰੱਖੇ ਸੀਗੇ ਜੀ। ਕਿਹੜੇ ਪਿੰਡ? ਬੋਨਾ ਪਿੰਡ ਆ ਜੀ। ਓਕੇ, ਉੱਥੋਂ ਸ਼ੌਂਕ ਪਿਆ? ਸਭ ਤੋਂ ਪਹਿਲਾਂ ਯਾਨੀ ਕਿ ਪੰਜਾਬ 'ਚ ਟੋਪ ਬਾਜੀ 1100 ਮੁੱਢ ਨੂੰ ਬੋਨੇ ਛੁੱਟੀ ਸਾਰੇ ਪੰਜਾਬ 'ਚ, ਪਹਿਲਾਂ ਮੇਰੇ ਮਾਮੇ ਨੇ ਬਾਜੀ ਕਰਾਈ 1100 ਮੁੱਢ, ਤੋਂ ਬੋਨੇ ਵਾਲਾ ਮੇਰਾ ਮਾਮਾ ਸੀਗਾ ਜੀ, ਉਹਨਾਂ ਨੇ ਬਾਜੀ ਕਰਾਈ ਆ ਬਿਨਾਂ ਰੋਟੀ ਦਾ ਖਰਚੇ ਤੋਂ, ਨਾਂ ਦੇ ਕੇ ਕੱਪ ਜਾਂ ਉਦੋਂ ਬਦਾਮ ਹੁੰਦੇ ਸੀਗੇ ਜੀ, 1100 ਐਂਟਰੀ ਨੂੰ ਮੇਰੇ ਮਾਮੇ ਨੇ ਬਾਜੀ ਕਰਾਈ ਸੀ, ਮੈਂ ਛੋਟਾ ਜਿਹਾ ਹੁੰਦਾ ਜੀ, ਉੱਥੋਂ ਮੈਨੂੰ ਸ਼ੌਂਕ ਪਿਆ। ਇਦੋਂ ਬਾਅਦ ਤੁਸੀਂ ਸ਼ੌਂਕ ਕਰ ਦਿਓ? ਹਾਂਜੀ। ਓਕੇ, ਫਿਰ ਕਬੂਤਰ ਕਿੱਥੋਂ ਲੈ ਕੇ ਆਉਂਦੇ? ਕਬੂਤਰ ਤਾਂ ਜੀ ਐਂ ਫੜ ਫੁੜ ਲਿਆ, ਇੱਕ ਮੇਰੀ ਭੂਆ ਸੀਗੀ, ਦੋ ਭੂਆ ਸੀ ਮੇਰੀ, ਵੱਡੀ ਭੂਆ ਦੀ ਮੇਰੀ ਮੌਤ ਹੋ ਗਈ ਸੀ, ਉਹਨੇ ਮੈਨੂੰ ਪਿੰਡ 'ਚੋਂ ਲਿਆ ਕੇ ਦਿੱਤਾ ਸੀ ਕਿਸੇ ਦੇ ਘਰੋਂ ਲੱਕੇ ਕਬੂਤਰ, ਉੱਥੋਂ ਫਿਰ ਮੇਰਾ ਕੰਮ ਹੌਲੀ ਹੌਲੀ ਚੱਲਦਾ ਰਿਹਾ, ਘਰ ਦੇ ਖੁੱਡੇ ਖੜੇ ਢਾਉਂਦੇ ਰਹੇ, ਕਿਤੇ ਛੱਡ ਦਿੰਦੇ ਕਿਤੇ ਰੱਖ ਲੈਂਦੇ ਸੀ,
ਹੌਲੀ ਹੌਲੀ ਕੰਮ ਵਧੀ ਗਿਆ। ਚਲੋ ਗੱਲਾਂ ਹੋਰ ਵੀ ਕਰਾਂਗੇ। ਬਾਈ ਪਿੰਡ ਤੁਹਾਡਾ ਕਿਹੜਾ ਲੰਘਿਆਣਾ? ਪਿੰਡ ਬੜਾ ਲੰਘਿਆਣਾ ਨਵਾਂ ਜੀ। ਹਾਂ, ਜਿਹੜਾ ਪੀਰਨਗਾਹੇ ਵਾਲਾ ਪਿੰਡ? ਪੀਰਨਗਾਹੇ ਵਾਲਾ ਪਿੰਡ ਹੈ। ਅੱਛਾ, ਇੱਥੇ ਕੀ ਇਸ ਏਰੀਏ ਇੱਥੇ ਕਿਵੇਂ? ਇੱਥੇ ਮੇਰੇ ਸਹੁਰੇ ਆਈ ਹੈ ਘਰੇ। ਇਹ ਪਿੰਡ ਸਨੇਰਾ ਜੀ। ਜੀ, ਇੱਥੇ ਸਹੁਰੇ ਮੈਂ ਰਹਿੰਦਾ ਜੀ, ਇੱਥੇ ਹੁਣ ਮੈਨੂੰ 15 ਸਾਲ ਹੋ ਗਿਆ ਇਹਨੂੰ ਜੀ। ਅਸਲ 'ਚ ਦਰਸ਼ਕ ਵੀਰੋ, ਇਸ ਟਾਈਮ ਮੈਂ ਜਿੱਥੇ ਬੈਠਾ ਵਾਂ, ਜੀਰੇ ਦੇ ਨਾਲ ਪਿੰਡ ਪੈਂਦਾ ਸਨੇਰਾ, ਅਤੇ ਬਾਈ ਇਸ ਘਰੇ ਵਿਆਹ ਹੋਇਆ, ਅਤੇ ਇੱਥੇ ਬਾਈ ਰਹਿੰਦਾ, ਅਤੇ ਹੁਣ ਕਬੂਤਰ ਵਗੈਰਾ ਸਾਰਾ ਕੁਛ ਇੱਥੇ? ਇੱਥੇ ਹੈ ਜੀ। ਕਿੰਨਾ ਕੁ ਟਾਈਮ ਹੋ ਗਿਆ ਇੱਥੇ? ਇੱਥੇ ਮੈਨੂੰ 15 ਸਾਲ ਹੋ ਗਏ ਜੀ। ਓਕੇ। ਅੱਛਾ ਬਾਈ, ਬਾਜ਼ੀਆਂ ਕਦੋਂ ਛੱਡਣ ਲੱਗੇ ਫਿਰ? ਬਾਈਆਂ ਤਾਂ ਬਾਈ ਮੰਨ ਲਾ 90-90 ਤੋਂ ਛੱਡਣ ਲੱਗ ਗਏ ਸੀਗੇ, ਉਦੋਂ ਹੀ ਛੱਡਣ ਲੱਗ ਗਏ। ਜਦੋਂ ਰੱਖੇ ਉਦੋਂ ਹੀ ਛੱਡਣ ਲੱਗ ਗਏ? ਸਭ ਤੋਂ ਪਹਿਲਾਂ ਮੈਂ 100 ਰੁਪਏ 'ਚ ਬਾਈ ਛੱਡੀ ਹੈ ਜੀ। ਕਿਹੜੇ ਪਿੰਡ? ਸਾਡੇ ਗਵਾਂਢ ਜੈ ਸਿੰਘ ਵਾਲਾ ਪਿੰਡ ਹੈ ਜੀ। ਉੱਥੇ ਲੰਘਿਆਣੇ ਜੀ? ਇੱਥੇ ਲੰਘਿਆਣੇ ਦੇ ਕੋਲ। ਉੱਥੇ ਬਾਬਾ ਤੇਜਾ ਸਿੰਘ ਸੀਗਾ ਜੀ। ਜੀ, ਦੋ ਉਹਦੇ ਮੁੰਡੇ ਆ, ਗੁਰਾ ਸਿੰਘ ਅਤੇ ਸੇਵਕ ਸਿੰਘ। ਜੀ, ਜਦੋਂ ਸਾਡਾ ਜੀ ਕਰਦਾ ਸੀਗਾ 8 ਦਿਨਾਂ ਬਾਅਦ ਅਸੀਂ ਜਾ ਕੇ ਉੱਥੇ 100-100 ਰੁਪਇਆ ਲਾ ਕੇ ਪਿੰਡ ਵਾਲਿਆਂ ਨਾਲ, ਕੱਲ ਪਿੰਡ ਪਿੰਡ ਨਾਲ ਹੀ ਆਪਸ 'ਚ ਹੀ ਛੱਡ ਲੈਂਦੇ ਸੀ, ਜਾ ਕੇ ਆਪਸ ਮੇਂ ਛੱਡ ਲੈਂਦੇ। ਹਾਂ, ਫਿਰ ਅਸੀਂ 300 ਕਰ ਲਿਆ। ਹਾਂ, ਉਦੋਂ ਪਹਿਲਾਂ ਮੇਰੇ ਪਿੰਡ ਦਾ ਇੱਕ ਜੱਗਾ ਲੰਘਿਆ, ਉਹਦਾ ਮੁੰਡਾ ਆ ਅੱਜ। ਅਸੀਂ ਇਕੱਠੇ ਪਹਿਲਾਂ ਪੜ੍ਹਦੇ ਰਹੇ ਹਾਂ ਜੀ। ਸਭ ਤੋਂ ਪਹਿਲਾਂ ਸਾਡੇ ਨਾ ਮੋਠਾਂ ਵਾਲੀ ਬਾਹਲੀ ਤੰਗੀ ਚੰਗੀ ਹੁੰਦੀ ਸੀ ਭਾਅ ਜੀ, 5 ਜੇਠ ਦੀ ਜੀ। ਅਸੀਂ ਉੱਥੇ ਦੋਵਾਂ ਜਣਿਆਂ ਨੇ 250-250 ਰੁਪਇਆ ਲਾ ਕੇ ਛੱਡੀ ਸੀ। ਓਕੇ, ਸਾਡਾ ਕਬੂਤਰ ਹਾਰ ਗਿਆ ਸੀਗਾ ਪਹਿਲੀ ਵਾਰ। ਦੋਨਾਂ ਨਹੀਂ ਛੱਡ ਲਈ? ਦੋਵਾਂ ਨੇ ਛੱਡੀ 250? ਨਹੀਂ ਨਹੀਂ ਬਾਜੀ, 500 ਵਾਲੀ ਸੀਗੀ ਜੀ, ਯਾਨੀ ਕਿ ਅਸੀਂ 250 ਮੁੱਢ 'ਚ ਛੱਡਤੀ। ਪਹਿਲਾਂ ਅੱਧ 'ਚ ਹੋ ਜਾਂਦਾ ਸੀ? ਅੱਧ 'ਚ ਹੋ ਜਾਂਦਾ ਜੀ। ਯਾਨੀ ਕਿ ਜਿਹੜੀ ਸਾਡੀ ਸ਼ੁਰੂਆਤ ਆ 100 ਰੁਪਏ ਤੋਂ ਲੈ ਕੇ 250 ਤੱਕਰ ਗਏ, ਅਤੇ ਫਿਰ ਹੌਲੀ ਹੌਲੀ ਗਾਂਹ ਵਧੀ ਗਏ। ਯਾਨੀ ਕਿ ਜਿਹੜੀ ਪਿੰਡ ਵਾਲੀ ਕਬੂਤਰਬਾਜੀ ਸੀਗੀ ਬਾਈ ਜੀ, ਉਹ ਤਾਂ ਮੰਨ ਲਾ ਠੰਡੀ ਮੱਠੀ ਜੀ ਸੀਗੀ। ਮੁੜ ਕੇ ਜਾ ਕੇ ਅਸੀਂ 1994 ਦੇ ਵਿੱਚ 10ਵੀਂ ਪਾਸ ਕੀਤੀ। ਘਰ ਦੇ ਪੈਸੇ ਦਿੰਦੇ ਨਹੀਂ ਹੁੰਦੇ ਸੀਗੇ। ਅਸੀਂ 7-8 ਬੰਦਿਆਂ ਨੇ ਮੰਨ ਲਓ ਪੈਸੇ ਇਕੱਠੇ ਕਰਕੇ 500 ਰੁਪਈਆ, ਅਤੇ ਬਾਪੂ ਸਾਡਾ ਗੁਰੂ ਰੱਤੀ ਰੋੜੀ ਵਾਲਾ ਜਗੀਰ ਹਲੇ ਵੀ ਜਾਂਦਾ, 103-104 ਸਾਲਾਂ ਦੀ ਉਹਦੀ ਉਮਰ ਆ, ਧੰਨ ਭਾਗ, ਉਹਨੂੰ ਅਸੀਂ ਛਾਪ 'ਤੇ ਪੱਗਦੇ ਆਏ। ਹਾਂ, ਉਸਤਾਦ ਧਾਰਿਆ, ਉਸਤਾਦ ਧਾਰਿਆ 94 'ਚ, 94-95 ਜੋ 10ਵੀਂ ਕੀਤੀ। ਹਾਂ, ਮੁੜ ਕੇ ਹੌਲੀ ਹੌਲੀ ਚੱਲੀ ਗਿਆ ਕੰਮ, ਚੱਲੀ ਗਿਆ। ਫਿਰ ਉਹਨੂੰ ਲੁੱਘ ਖਾਰੇ ਵਾਲਾ ਮਿਲ ਗਿਆ ਜੀ, ਉਹ ਆਪਣੇ ਘਰੇ ਬਾਈ 'ਤੇ ਆਇਆ ਸੀਗਾ ਜੀ। ਉਹ ਸਾਡੇ ਪਿੰਡ ਸੁਣੇ ਨੇ ਝਾਂਜਰਾਂ ਦੀ ਬਾਈ ਸੀ, ਜੱਗੇ ਨੇ ਕਰਾਈ ਸੀ, ਮੇਰੇ ਚਾਚੇ ਮੁੰਡੇ ਜੱਗੇ ਦੋਵਾਂ ਨੇ ਕਰਾਈ ਸੀ। ਉੱਥੋਂ ਫਿਰ ਮੇਰੇ ਕੋਲ ਜਦੋਂ ਮੈਂ ਉਦੋਂ ਇੱਥੇ ਆ ਗਿਆ ਸੀਗਾ ਜੀ, ਅਤੇ ਬਾਈ ਪਿੰਡ ਮੈਂ ਵੇਖਣ ਗਿਆ ਸੀਗਾ, ਉਹਨਾਂ ਨੂੰ ਮੈਂ ਫਿਰ ਰਾਤ ਰੱਖਿਆ ਘਰੇ ਆਪਦੇ, ਚੰਗੀ ਸੇਵਾ ਪਾਣੀ ਕੀਤੀ, ਫਿਰ ਸਾਡਾ ਉਹਦੇ ਨਾਲ ਸਹਿਚਾਰਜ ਹੋ ਗਿਆ, ਉਹਦੇ ਨਾਲ ਫਿਰ ਹੌਲੀ ਹੌਲੀ ਵੱਧ ਗਿਆ ਕੰਮ ਜੀ। ਫਿਰ ਕੰਮ ਚੱਲਦਾ ਆ ਚੱਲਦਾ ਆ, ਯਾਨੀ ਕਿ ਅਸੀਂ ਜਦੋਂ ਹੁੰਦੇ ਸੀ ਬਾਈ ਜੀ ਉਦੋਂ ਜਿੱਦਾਂ 40 ਛੁੱਟੇ ਆ, 20 ਮਿੰਟਾਂ ਵਗੈਰਾ ਸਾਡੇ ਵਿੱਚ ਟਾਈਮ ਕਰ ਜਾਂਦਾ ਜੀ। ਓਕੇ, ਇਸ ਤਰ੍ਹਾਂ ਚੱਲ, ਯਾਨੀ ਕਿ ਇਸ ਤਰ੍ਹਾਂ, ਯਾਨੀ ਕਿ ਇੱਕ ਨੂੰ ਇੱਕ ਕਬੂਤਰਾਂ ਦਾ ਹੁੰਦਾ ਸੀਗਾ, ਪਹਿਲਾਂ ਐਂ ਚੜ੍ਹਦੇ ਰਹੇ, ਮੁੜ ਕੇ ਜਦੋਂ ਇੱਥੇ ਸਨੇਰੀ ਮੈਂ ਆ ਗਿਆ, ਬਾਹਲਾ ਨਾਂ ਤਾਂ ਮੇਰਾ ਸਨੇਰਾ ਜਾਣ ਕੇ ਬਣਿਆ ਜੀ। ਮੈਂ ਮੰਨ ਲਓ ਜਿਹੜੇ ਮੇਰੇ ਘਰ ਦੇ ਸੀਗੇ ਉਹ ਕਬੂਤਰਾਂ ਦੇ ਖੁਸ਼ ਨਹੀਂ ਸੀਗੇ, ਕੰਮ ਦਾ ਸੀਗਾ ਜ਼ਿਆਦੇ, ਵਾਹੀ ਜੋਤੀ ਦਾ ਖੁੱਡੇ ਬਜ਼ੁਰਗ ਨੇ, ਬਾਪੂ ਨੇ ਬਹੁਤ ਮੇਰੇ ਨੇ ਢਾਏ, ਮੈਂ ਫਿਰ ਪਾ ਲੈਂਦਾ ਹੁੰਦਾ ਜੀ। ਅਤੇ ਮੁੜ ਕੇ ਫਿਰ ਇੱਥੇ ਤਾਂ ਮੈਂ ਇਹਨਾਂ ਨਾਲ ਗੱਲ ਕਰਕੇ ਆਇਆ ਸੀਗਾ ਵੀ ਮੈਂ ਕਬੂਤਰ ਰੱਖੂੰਗਾ। ਅੱਛਾ, ਨਾਨਕੂ ਦੀ ਹੋ ਗਈ ਮੌਤ, ਫਿਰ ਮੈਂ ਖੁੱਡੇ ਘਰੇ ਪਾਲੇ। ਓਕੇ, ਉਦੋਂ ਬਾਅਦ ਫਿਰ ਮੈਂ ਬਾਈ ਗੱਡੀ ਵੀ ਜਿੱਤ ਲਈ, ਮੋਟਰਸਾਈਕਲ ਵੀ ਜਿੱਤ ਲਿਆ, ਫਰਿੱਜਾਂ ਵੀ ਜਿੱਤ ਲਈਆਂ, ਬਹੁਤ ਕੁਝ ਜਿੱਤ ਲਿਆ ਮੁੜ ਕੇ। ਉਹ ਤਾਂ ਚਲੋ ਪਿੰਡ ਆਣ ਕੇ ਮੈਨੂੰ ਵੀ ਪਤਾ ਹੀ ਹੈ ਵੀ ਵੀਰੇ ਤਾਰਾ ਲੱਗਿਆ, ਇੱਕ ਬਹੁਤ ਸਟਾਰ ਖਿਡਾਰੀ ਦਾ ਨਾਂ ਹੈ। ਅੱਛਾ ਬਾਈ, ਬਾਜ਼ੀਆਂ ਸ਼ੁਰੂਆਤ ਦੇ ਵਿੱਚ ਜਿਹੜੀਆਂ ਜਿੱਤੀਆਂ, ਜਿਹੜੀਆਂ ਚੰਗੀਆਂ ਜਿੱਤੀਆਂ ਉਹ ਜ਼ਰੂਰ ਦੱਸਿਓ ਬਾਈ। ਜਿਹੜੀਆਂ ਪਹਿਲਾਂ ਦੱਸਿਆ, ਪਹਿਲਾਂ ਜਿਹੜੀਆਂ ਚੰਗੀਆਂ ਬਾਜ਼ੀਆਂ ਨਹੀਂ ਜਿੰਨੀਆਂ ਜਿੱਤੀਆਂ ਸੀਗੀਆਂ, ਯਾਨੀ ਕਿ ਨੋਰਮਲੀ ਜਿੱਤਦੇ ਰਹੇ, ਫਿਰ ਹੌਲੀ ਹੌਲੀ ਕੰਮ ਚੱਲਦਾ ਰਿਹਾ ਚੱਲਦਾ ਰਿਹਾ, ਮੁੜ ਕੇ ਮੈਂ ਜਿੱਤਣ ਲੱਗ ਗਏ ਜੀ। ਨਾਂ ਕਿੱਥੋਂ ਬਣਿਆ ਤਾਰੇ ਬਰਾੜ ਦਾ ਵੀ ਯਾਰ, ਵੀ ਆਹ ਬਾਜ਼ੀ ਤੋਂ ਆਪਣੀ ਤਸੱਲੀ ਹੋ ਗਈ ਵੀ ਯਾਰ ਹਾਂ ਹੁਣ ਆਪਾਂ ਖਿਡਾਰੀਆਂ 'ਚ? ਨਾਂ ਤਾਂ ਬਾਈ ਦੂਸਰਾਂ ਵਾਲੀਆਂ ਬਾਈਆਂ ਤੋਂ ਬਣਿਆ ਮੇਰਾ ਵੱਧ। ਕਿਹੜੇ ਪਿੰਡ? ਨਾਂ ਮੰਨ ਲਾ ਪਹਿਲੀ ਬਾਈ ਛੱਡੀ ਸੀ ਮੈਂ ਸੋਸਨ ਪਿੰਡ ਜੀ, ਜੀ ਸਾਰੇ ਖਿਡਾਰੀ ਆਏ ਸੀ।
ਉੱਥੇ ਮੇਰਾ ਕਬੂਤਰ ਮੰਨ ਲਓ ਜਾਣੀ ਕਿ ਵਿੱਚ ਦੋ ਤਿੰਨ ਛੱਡੇ ਸੀ ਮੈਂ ਕਬੂਤਰ ਜੀ, ਬਾਈ ਮੈਂ ਆਪ ਕਰਾਈ ਸੀ 1700 ਰੁਪਈਆ ਐਂਟਰੀ। ਅੱਛਾ ਤੁਸੀਂ ਕਰਾਈ ਉਹ? ਹਾਂ ਠੀਕ ਆ। ਉੱਥੇ ਮੇਰਾ ਕਬੂਤਰ ਸਾਰਾ ਵੱਧ ਉੱਡਿਆ ਸੀਗਾ ਜੀ। ਇਹਦਾ ਨਾਂ ਰਮਣੇ, ਕਹਿੰਦਾ ਬਾਜੀ ਵੰਡੀ ਮੈਂ, ਇਹ ਮੇਰਾ ਚੇਲਾ ਹੀ ਆ ਮੁੰਡਾ ਰੂਮੀ ਮੇਰਾ ਕਬੂਤਰ ਉੱਡਿਆ, ਕਹਿਰ ਚ ਬਹੁਤ ਤਗੜਾ ਉੱਡਿਆ। ਉੱਥੋਂ ਮੈਂ ਫਰਿੱਜ ਜਿੱਤਿਆ ਹੀ, ਫਰਿੱਜ ਘੋਲ ਗਿਆ, ਜਿੱਤਿਆ ਮੇਰਾ ਕਬੂਤਰ 5000 ਚ, ਉਹੀ ਕਬੂਤਰ ਘੋਲ ਕੇ ਉੱਡਿਆ ਜੀ। ਹੁਣ ਕਦਾ ਕੰਮ ਚੱਲੀ ਆ ਜੀ। ਓਕੇ, ਯਾਨੀ ਕਿ ਵੱਧ ਦੇਣ ਮੈਨੂੰ ਇਹ ਪਿੰਡ ਤੋਂ ਮਿਲੀ ਆ ਕਬੂਤਰ ਬਾਜੀ। ਇੱਕ ਤਾਂ ਮੈਂ ਮੰਨ ਲਓ ਜੀ ਨਿਰਾਪੁਰਾ ਕਬੂਤਰਾਂ 'ਤੇ ਪਸ਼ੂ ਮੈਂ ਲਿਆ ਸੀ ਪਿੰਡੋਂ, ਪਸ਼ੂ ਵੀ ਮੈਂ ਵੇਚਤੇ ਘਰ ਨੂੰ ਆਖੇ ਔਖੇ ਲਾ ਕੇ ਵੀ ਨਹੀਂ ਫਾਇਦਾ ਪਸ਼ੂ ਮੈਂ ਕਬੂਤਰ ਹੀ ਫੜ ਲੈਂਗੇ, ਨਹੀਂ ਆਉਣੇ ਆਪਣੇ ਆਪਣ ਕਬੂਤਰ ਹੀ ਫੜ ਲੈਂਗੇ। ਅਤੇ ਪਲੀ ਮੇਰੀ ਠੇਕੇ ਦਿੱਤੀ ਆ ਜੀ, ਇੱਥੇ ਮੇਰੇ ਕੋਲ 4-5 ਕਿੱਲੇ ਜ਼ਮੀਨ ਦੇ ਇੱਥੇ ਆ, 3-4 ਕਿੱਲੇ ਮੇਰੇ ਕੋਲ ਪਿੰਡ ਆ, ਠੇਕੇ ਦੇ ਦਿੱਤੇ ਹੋਏ ਆ ਨਿਰਾਪੁਰਾ ਕਬੂਤਰਾਂ ਦੇ ਜੀ। ਅੱਛਾ ਇੱਕ ਗੱਲ ਮੰਨਦੇ ਬਾਈ ਵੀ ਪਿੰਡ ਤੁਹਾਨੂੰ ਸਪੋਰਟ ਹੈ ਨਹੀਂ ਸੀ? ਪਿੰਡ ਹੈ ਨਹੀਂ ਸੀਗੀ, ਇੱਥੇ ਤੁਹਾਡੀ ਸਪੋਰਟ ਹੈ? ਇੱਥੇ ਮੇਰਾ ਸਹੁਰੇ ਸਾਹਿਬ ਦੀ ਹੁਣੇ ਮੌਤ ਹੋਈ ਹੈ ਜੀ, ਕੋਈ ਬੰਦਾ ਮੇਰੇ ਕੋਲ ਆਈ ਜਾਂਦਾ ਸੀ ਜੇ ਮੈਂ ਘਰੇ ਨਹੀਂ ਹੁੰਦਾ ਸੀਗਾ, ਉਹ ਚਾਹ ਪਾਣੀ ਤੋਂ ਬਿਨਾਂ ਕਿਸੇ ਨੂੰ ਮੁੜਨ ਹੁੰਦਾ ਜੀ, ਇੰਨਾ ਚੰਗਾ ਬੰਦਾ ਜੀ। ਓਕੇ, ਅਤੇ ਮੈਂ ਬੇਫਿਕਰਾ ਸੀਗਾ, ਜਿੱਥੇ ਮਰਜ਼ੀ ਰਾਤ ਨੂੰ ਰਹਿ ਪੈਂਦਾ ਜੀ, ਹੁਣ ਥੋੜ੍ਹਾ ਜਿਹਾ ਮੈਨੂੰ ਔਖਾ ਹੋ ਗਿਆ ਜੀ। ਹੁੰਦਾ ਹੀ ਆ ਬਾਈ ਜਿੰਦੇ, ਹੁਣ ਮੈਨੂੰ ਮੰਨ ਲਓ ਘਰੇ ਮੁੜਨਾ ਪੈਂਦਾ, ਅੱਗੇ ਤੋਂ ਦੂਸਰ ਛੱਡਦੀ ਇਹਨਾਂ ਬਾਈ ਲਈ ਮੰਗਾ ਬੱਚੀ ਵੰਡਾ ਇੱਧਰ ਛੱਡ ਗਿਆ ਐਰਕੀ ਬਾਈਆਂ, ਇਹਦੇ ਕੋਲ ਰਹਿ ਪੈਂਦੇ ਜਾਂ ਜਿੱਥੇ ਰਾਤ ਸਾਡੀ ਸੂਤ ਸੀਗਾ ਉੱਥੇ ਰਹਿ ਕੇ ਉੱਥੇ ਹੀ ਮੋੜ ਲੈਂਦੇ ਜੀ। ਅੱਛਾ ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛਣ ਲੱਗਿਆ ਸੀ ਵੀ ਉੱਥੇ ਤੁਹਾਡੀ ਸਪੋਰਟ ਨਹੀਂ ਸੀ, ਇੱਥੇ ਤੁਹਾਡੀ ਸਪੋਰਟ ਸੀ? ਇੱਥੇ ਸੀਗੀ ਠੀਕ ਆ। ਇੱਕ ਗੱਲ ਮੰਨਦੇ ਵੀ ਜਿੰਨਾ ਚਿਰ ਪਰਿਵਾਰ ਦੀ ਸਪੋਰਟ ਨਹੀਂ ਕਬੂਤਰਬਾਜੀ ਨਹੀਂ ਹੁੰਦੀ? ਕਬੂਤਰਬਾਜੀ ਨਹੀਂ ਹੁੰਦੀ ਜੀ। ਹਾਂ, ਜੇ ਮਗਰੋਂ ਘਰ ਦੀ ਲੜੀ ਗਈ ਜਿੱਦੇ ਨਹੀਂ ਬੰਦੇ, ਜਿੰਨਾ ਮਰਜ਼ੀ ਕਬੂਤਰ ਤਗੜਾ ਛੱਡ ਲਿਓ, ਜੇ ਤੜਕੋ ਤੁਰ ਲੱਗੇ ਤੋਂ ਬੁੜੀਆਂ ਲੜ ਪਈਆਂ ਬਾਜੀ ਹਰ ਜਾਓਗੇ ਜੇ ਘਰ ਦੇ ਲੜ ਪਏ। ਹਾਂ, ਮਤਲਬ ਅਸਲੀਅਤ ਆ ਨਾ ਸਹੀ ਆ ਨਾ, ਇਹ ਜਿਹੜੀ ਮੇਰੀ ਸੋਚ ਆ ਹੀ ਬੇਸਗਨਾ ਸਮਝਦੀ ਆ ਉਹਨੂੰ। ਹਾਂ, ਜੇ ਘਰ ਲੜ ਪਏ ਫਿਰ ਬਾਈ ਜਿੱਤੀ ਨਹੀਂ ਜਾਂਦੀ, ਬੰਦਾ ਹਰ ਖਰਾਬ ਹੋ ਗਿਆ। ਹਾਂ, ਇਹ ਘਰਦਿਆਂ ਨੇ ਵੀ ਕਹਤਾ ਲੈ ਕੋਈ ਨਹੀਂ ਅਸੀਂ ਪਾਉਣੇ ਆ ਮਗਰੋਂ ਬਦਾਮ, ਫਿਰ ਬੰਦਾ ਬਾਈ ਜਾਂਦਾ, ਦਿਲ ਵੀ ਵਰਕ ਕਿੱਡਾ ਹੋ ਜਾਂਦਾ ਜਿਗਰਾ। ਹਾਂਜੀ ਹਾਂਜੀ, ਘਰੋਂ ਪਰਿਵਾਰ ਦਾ ਹੌਸਲਾ ਤੇ ਬੰਦਾ ਕਿੱਥੇ ਦੀ ਕਿੱਥੇ ਪਹੁੰਚ ਜਾਂਦਾ ਬਈ। ਹਾਂਜੀ ਹਾਂਜੀ। ਅੱਛਾ, ਜਿਹੜੀ ਤੁਸੀਂ ਉਸਤਾਦ ਦੀ ਗੱਲ ਕੀਤੀ, ਹਾਂਜੀ, ਕਹਿਰ ਵੀ ਉਹ ਤੋਂ ਸਿੱਖੀ, ਦੁਸਰ ਵੀ ਤੇ? ਨਹੀਂ ਜੀ, ਕਹਿਰ ਅਸੀਂ ਉਹਦੇ ਕੋਲੋਂ ਸਿੱਖੀ ਸੀ, ਦੁਸਰ ਵੀ ਉਹ ਸਾਡੇ ਕੋਲ ਉਹਦੇ ਵੱਲ ਕੋਈ ਆ, ਦੁਸਰ ਸਾਡੀ ਬਾਹਲੀ ਤਕੜੀ ਆਈ, ਉਹਨਾਂ ਦਾ ਗੁਰੂ ਸੀਗਾ ਝੋਟੀ ਵਾਲ ਦਾ ਵਰਿਆਮ, ਉਸਤਾਦ ਵਰਿਆਮ ਝੋਟੀ ਵਾਲਾ, ਉਹਦਾ ਪਾਕਿਸਤਾਨ ਤੋਂ ਮਤਲਬ ਉਹ ਮੁੱਕੇ ਦਾ ਸੀਗਾ ਜੀ। ਉਹ ਤਾਂ ਐਂ ਕਹਿੰਦੇ ਤੇਰਾ ਕਬੂਤਰ ਕੱਥੇ ਕੱਥੇ ਡਾਵਾਂ, ਜੇ ਦੁਸਰ ਮਰਾਉਣ ਨਹੀਂ ਗਿਆ ਬੰਦਾ ਉਹਦੇ ਕੋਲੋਂ, ਉਹਨੂੰ ਪੁੱਛਣਾ ਤੇਰਾ ਕਬੂਤਰ ਥੱਲੇ ਕਰਾਂਗੇ ਉੱਚਾ ਕਰਾਂਗੇ ਜਮਾਂ ਰੱਬ ਚ ਕਰ ਦਿਆਂ, ਇੰਨੀ ਤਗੜੀ ਹਸਤੀ ਸੀ ਉਹ, ਬਹੁਤ ਭੈੜੀ ਸ਼ਾਸੀ ਉਹਦਾ ਚੇਲਾ ਹੀ ਸਾਡਾ ਬਾਪੂ ਰੱਤੀ ਰੋੜੀ ਵਾਲਾ। ਹਾਂ, ਸਾਡੇ ਕੋਲ ਉਹ ਦੁਸਰ ਆ ਜੀ, ਤੇ ਤਿਸਰ, ਤਿਸਰ ਤਾਂ ਉਹੀ ਹੈ ਸਾਰਾ, ਕੁਝ ਵੀ ਕਰ ਲੈਂਦੇ ਉਸੇ ਤੇ ਘੁਮਾਉਂਦੇ, ਉਹਦਾ ਫਿਰ ਵਾਧਾ ਘਾਟਾ ਹੋਈ ਜਾਂਦਾ ਜੀ ਗਾਦੀ ਤਿਸਰ ਦਾ। ਚਲੋ ਬਾ ਘਾਟ ਵਾ ਰਿਹਾ ਤਾਂ ਚਲੋ, ਅਤੇ ਹੋਰ ਬਾਈ ਬਾਜੀਆਂ ਚੰਗੀਆਂ, ਮਤਲਬ ਕਿੱਥੋਂ ਕਿੱਥੋਂ ਤੁਸੀਂ ਗੱਡੀ ਦਾ ਜ਼ਿਕਰ ਕੀਤਾ, ਮੋਟਰਸਾਈਕਲ ਦਾ ਕੀਤਾ, ਉਹ ਕਿੱਥੋਂ? ਗੱਡੀ ਮੇਰੇ ਪਿੰਡ ਹੀ ਬਾਜੀ ਸੀਗੀ ਜੀ, ਲੰਘਿਆਣ। ਕਿਹੜੇ ਸਾਲ ਦੀ ਗੱਲ ਆ? 22 ਚ ਜਿੱਤੀ ਆ ਜੀ। 22 ਚ? ਹਾਂ। ਓਕੇ, ਕਿੰਨੇ ਕਬੂਤਰ ਉੱਡੇ ਸੀ? ਕਬੂਤਰ ਉੱਡੇ 80-90 ਫੁੱਟ। ਕਿੰਨੇ ਮੁੜ ਨੂੰ? ਮੁੱਢ 3200 ਸੀਗਾ ਜੀ। ਓਕੇ, ਅਤੇ ਸਾਰੇ ਖਿਡਾਰੀ ਸੀਗੇ ਜੀ, ਮੋਰ ਮੂਰ ਹੋਣੀ ਸਭ ਸੀਗੇ ਜੀ। ਓਕੇ, ਰਾਜ ਰੂਜ ਬਰੂ ਵਾਲਾ ਘੰਗਾ ਕਲੱਬ ਸਾਰਾ ਸੀਗਾ। ਓਕੇ, ਯਾਨੀ ਕਿ 4.25 ਮੇਰੀ ਇਕੱਲੀ ਰਹਿ ਗਈ। ਓਕੇ, ਇਕੱਲੀ ਉੱਡੀ ਆ? ਅਤੇ ਮੁੜ ਕੇ ਮਤਲਬ ਥੋੜ੍ਹਾ ਜਿਹਾ ਮਸਲਾ ਬਣ ਗਿਆ ਉੱਥੇ, ਰੌਲਾ ਪੈ ਗਈ ਅਤੇ ਵੰਡੀ ਗੱਡੀ ਵੰਡੀ ਗਈ ਸੀਗੀ। ਅੱਛਾ, ਗੱਡੀ ਵੰਡੀ ਗਈ? ਹਾਂ, ਦੋਵਾਂ 'ਚ ਵੰਡੀ ਗਈ। ਹੋਰ ਕਿਹਦੇ ਨਾਲ? ਅਮਣਾ ਕਾਲੇਕਾ। ਅਮਣਾ ਕਾਲੇਕੇ? ਹਾਂ, ਸੀਰਾ ਕਾਲੇਕੇ ਨਾਲ ਦੇ ਕਬੂਤਰ ਛੱਡਦਾ ਮੁੰਡਾ ਉਹ। ਸਹਿਮਤੀ ਨਾਲ ਪੰਚਾਇਤ ਦੇ ਮਤਲਬ ਪਿੰਡ ਦੇ ਵਿੱਚ ਸਾਰਾ ਕੁ ਸਹਿਮਤੀ ਨਾਲ ਗੱਡੀ ਯਾਨੀ ਕਿ ਵੰਡ ਲਈ ਸੀ। ਕਿਹੜੀ ਗੱਡੀ ਸੀ? ਗੱਡੀ ਸਕਾਰਪੀਓ ਸੀਗੀ। ਸਕਾਰਪੀਓ ਗੱਡੀ? ਹਾਂਜੀ। ਓਕੇ, ਹੋਰ ਬਾਈ ਮੋਟਰਸਾਈਕਲ ਕਿੱਥੋਂ? ਮੋਟਰਸਾਈਕਲ ਬਾਈ ਆਹ ਬੈਠਾ ਝਤਰੇ, ਪੱਲਾ ਝਤਰੇ, ਇਹਦੇ ਪਿੰਡੋਂ ਜਿੱਤਿਆ ਸੀਗਾ ਜੀ। ਕਿਹੜੇ ਸਾਲ 'ਚ? ਮੋਟਰਸਾਈਕਲ ਤਾਂ ਨਹੀਂ ਚੇਤਾ ਜੀ, ਮਤਲਬ 2-3 ਸਾਲ ਪਹਿਲਾਂ ਜਿੱਤਿਆ ਸੀ। ਓਕੇ, ਹੋਰ ਨਾਮ ਕਿਹੜੇ ਕਿਹੜੇ ਜਿੱਤੇ?
ਡੱਗੀਆਂ ਜਿੱਤੀਆਂ ਜੀ ਬਹੁਤ। ਕਿੱਥੋਂ ਕਿੱਥੋਂ ਜਿੱਤੀਆਂ ਵੀ, ਕਿੱਥੇ ਖੜਕੀਆਂ, ਕਿਉਂਕਿ ਤੁਹਾਡਾ ਨਾਂ ਕੋਈ ਐਂ ਮਾੜਾ ਮੋਟਾ ਨਹੀਂ ਹੈਗਾ ਹੁਣ, ਇਹ ਚੇਤਾ ਨਹੀਂ ਹੋਣਾ ਬਈ ਯਾਰ ਕੁਛ ਐਤਕੀ ਜਿੱਤੀਆਂ, ਤੁਹਾਨੂੰ ਉਹ ਦੱਸ ਦਿੰਦਾ, ਐਤਕੀ ਦੱਸ ਦਿਓ ਕੋਈ ਨਹੀਂ। ਐਤਕੀ ਇੱਕ ਜਿੱਤੀ ਸੀ ਹੁਣ ਜਿੱਥੇ ਸਾਡੀ ਬਾਈ ਛੱਡੀ ਸੀ ਦੁੱਸਰ ਦੀ, ਤੁਸੀਂ ਕਮੈਂਟ ਬੜਾ ਕਰੋ ਜਦੋਂ ਵੀਡੀਓ ਆਉਂਦੀ ਤੇ, ਮੈਂ ਕਈ ਕਮੈਂਟਾਂ 'ਤੇ ਦੇਖਿਆ, ਮੈਂ ਹਰੇਕ ਕਮੈਂਟ ਮੈਂ ਨੋਟ ਕਰਦਾ, ਹਾਂਜੀ ਉਹ 'ਚ ਕਈ ਕਮੈਂਟਾਂ ਦੇ ਵਿੱਚ ਆਉਂਦਾ ਬਾਈ ਤਾਰੇ ਦੀ ਵੀਡੀਓ ਕਰ, ਉਹ ਕਿਸੇ ਗੱਲ ਨੂੰ ਕਹਿੰਦੇ ਆ, ਉਹ ਜ਼ਰੂਰ ਬਾਈ ਦੱਸੋ ਕਿੱਥੇ ਕਿੱਥੇ ਚੱਲ। ਪੰਡੂਰੀ ਜਿੱਤੀ ਸੀ ਜੀ ਫਰਿੱਜ, ਹਾਂ ਉਹ ਤਾਂ ਸਾਡੀ ਇਤਿਹਾਸਕ ਬਾਈ ਕੋਈ ਹੈ ਜੀ। ਉੱਥੇ ਸਾਡਾ 50-50 ਹਜ਼ਾਰ ਰੁਪਇਆ ਵਾਧਾ ਲੱਗ ਗਿਆ ਸੀਗਾ ਚਾਰਾਂ ਕਬੂਤਰਾਂ ਦਾ, ਉਹ ਮੈਂ ਮੰਗਾ ਬੱਚੀ ਮੰਡ ਤੇ ਕਰਨ ਰਾਏ ਨੇ ਸਾਂਝਾ ਵਾਧਾ ਲਾਇਆ ਸੀ 50,000 ਰੁਪਇਆ, ਤਿੰਨ ਜਣੇ ਲਾਇਆ, ਹਾਂ 50,000 ਹੀ ਲਾਇਆ ਸੀ, ਉਹ ਚਾਰਾਂ ਕਬੂਤਰਾਂ ਦਾ ਵਾਧਾ ਲੱਗਾ, ਉਹ ਤੁਹਾਡੇ ਬਣੇ ਤਿੰਨਾਂ ਦਾ, ਸਾਡੇ ਤਿੰਨਾਂ ਦਾ ਸਾਂਝਾ ਲੱਗਾ ਤੇ 2,000 ਅੱਡ ਵਾਧਾ ਲੱਗਾ ਜੀ। ਓਕੇ, 2200 ਵਾਲੀ ਬਾਜੀ ਸੀਗੀ, 2200 ਦੀ ਬਾਜੀ, ਸਾਡੇ ਉਹ 'ਚ ਦੋ ਕਬੂਤਰ ਜਿੱਤੇ, ਉਹ ਤਿੰਨਾਂ ਨੇ ਬਾਜੀ ਵੰਡ ਲਈ, ਸਾਡੇ ਤਿੰਨ ਰਹਿ ਗਈ, ਮਗਰੋਂ ਚਾਰ ਰਹਿ ਗਈ, ਹਾਂ ਇੱਕ ਸਾਡਾ ਬਹਿ ਗਿਆ, ਤਿੰਨਾਂ ਦੇ ਅਸੀਂ ਬਰਾਬਰ ਪੈਸੇ ਕਰ ਲਏ ਮੰਨ ਲਓ, ਜਿਹੜੇ ਦੋ ਸਾਡੇ ਕਬੂਤਰ ਮਗਰੋਂ ਰਹਿ ਗਏ, ਇੱਕ ਨੇ ਜਿੱਤ ਲਈ ਫਰਿੱਜ, ਇੱਕ ਨੇ ਜਿੱਤ ਲਿਆ ਕੂਲਰ, ਤੇ ਵੱਧ ਲਾ ਕੱਪ ਵੀ ਜਿੱਤ ਲਿਆ, ਸਾਰਾ ਕੁਛ ਹੀ ਲਿਆ, ਅਤੇ 1,90,000 ਰੁਪਇਆ ਲਿਆ ਜੀ, ਬਾਜੀ ਵੀ ਲੁੱਟ ਲਈ, ਸਾਰੀ ਬਾਜੀ ਜਿੱਤ ਲਈ ਜੀ, ਹਾਂ ਕਿੰਨੇ ਕਬੂਤਰ ਉੜੇ ਸਰ, ਕਬੂਤਰ ਤਾਂ ਹੋਣਗੇ 80-90, 80-90 ਇੰਨੇ ਕਬੂਤਰ, ਇਹਨਾਂ ਨੇ ਬਾਜੀ ਕਰਾਈ ਸੀ, 1 ਨੰਬਰ ਬਾਜੀ ਕਰਾਉਂਦੇ ਮਾਝੇ, ਲੋਕੀ ਕਹਿੰਦੇ ਮਾਝੇ ਲਿਆ ਰੌਲਾ ਪਾਉਂਦੇ ਆ, ਇਹਨਾਂ ਨੇ ਸਿਰਾ ਟੋਪ ਦੀਆਂ ਬਾਜੀਆਂ ਕਰਾਂਗੇ, ਤੇ ਬਾਜੀ ਜਿੱਤੀ ਵੀ ਨਹੀਂ ਜਾਂਦੀ ਗੀ, ਅੱਛਾ ਇੱਥੇ ਲੋਕ ਕਹਿੰਦੇ ਮਾਝੇ ਸਾਨੂੰ ਲੈ ਚੱਲੀ, ਹਾਂ ਇਹ ਵੀ ਬੈਕ ਕਰਦੇ ਉੱਧਰੋਂ, ਅੱਛਾ ਇਹ ਵੀ ਹੁਣ ਖਿਡਾਰੀ ਹੈ ਸਾਰੇ ਮਾਲਵੇ, ਇਹਨਾਂ ਦਾ ਸੂਤ ਆ ਮਾਲਵੇ ਵਾਲਿਆਂ ਦਾ, ਇਹਨਾਂ ਦੇ ਕਬੂਤਰ ਵੀ ਉੱਡਦੇ ਆ, ਓਕੇ ਇੱਧਰ ਆਪਣੇ ਦੂਸਰ ਮੋਗੇ, ਇੱਧਰ ਉੱਧਰ ਤਿਸਰ ਪੈ ਗਈ, ਬੋਲ ਬੋਲ, ਅੱਛਾ ਇਹਨਾਂ ਨੂੰ ਮਾਝਲ ਨੂੰ ਕਹਿਣਗੇ ਮਾਝਲ ਤਾਂ ਬਾਈ ਜਿੱਤਣੀ ਸੌਖੀ ਹੈ ਮਾਲਵੇ ਵਾਲੇ, ਐਂ ਕਹਿ ਦਿੰਦੇ, ਹਾਂ ਕਿਉਂ ਸੀ, ਕਿਉਂ ਸੌਖੀ ਹੈ ਫਿਰ, ਜਿੱਤੀ ਜਾਂਦੀ ਨਹੀਂ ਉੱਧਰੋਂ ਕਿਹੜੇ ਜਿੱਤਣੀ ਜਾਂਦੀ, ਜਿੱਤੀ ਤੂੰ ਹੀ ਆਖ ਦਿੰਦੇ ਆ ਵੀ ਮਾਝਲ ਜਾਣਦੇ ਨਹੀਂ, ਹਾਂ ਪਰ ਗੇਮ ਮਾਲਵੇ 'ਚ ਜ਼ਿਆਦਾ ਸੀ, ਸਾਡੇ ਦੇਸੀਆਂ ਦਾ ਰਿਵਾਜ਼ ਜ਼ਿਆਦਾ ਸੀ, ਬਈ ਸਾਡੇ ਨਾ ਦੇਸੀਆਂ ਦਾ ਰਿਵਾਜ਼ ਜ਼ਿਆਦਾ ਸੀ ਉਦੋਂ, ਪਹਿਲਾਂ ਜ਼ਿਆਦਾ ਮਾਝੇ 'ਚ ਦੇਸੀ ਡਾਉਂਦੇ ਰਹੇ, ਹੌਲੀ ਹੌਲੀ ਫਿਰ ਇੱਧਰ ਮਾਲਵੇ 'ਚ ਗਈ ਉਹਨੂੰ, ਅਤੇ ਜਿਹੜੇ ਇੱਧਰ ਦੇ ਖਿਡਾਰੀ ਫਿਰ ਜਦੋਂ ਨਵੇਂ ਬੱਚਿਆਂ 'ਚ ਲਾ ਲਓ ਛੱਡਣਾ, ਅਤੇ ਸੀਨੀਅਰ ਨੇ ਜਿੱਤਣਾ ਜਿੱਤਣਾ, ਅਤੇ ਉਹ ਜਿੱਤਦੇ ਰਹੇ ਹੌਲੀ ਹੌਲੀ, ਫਿਰ ਜਦੋਂ ਮਾਝੇ ਵਾਲਿਆਂ ਨੇ ਇੱਧਰ ਟਾਈਅਪ ਕੀਤਾ, ਜਿਵੇਂ ਬਾਈ ਨਾਲ ਕਰ ਲਿਆ, ਬਾਈ ਜੰਟਿਆਲ ਵਾਲੇ ਨਾਲ ਕਰ ਲਿਆ, ਹੋਰ ਸੀਨੀਅਰ ਪਲੇਅਰਾਂ ਨਾਲ ਕਰ ਲਿਆ, ਉਹ ਤੋਂ ਫਿਰ ਗੇਮ ਉੱਧਰ ਚਲ ਗਈ, ਹੁਣ ਫਿਰ ਮੇਲ ਜੋਲ ਜ਼ਿਆਦਾ ਹੋਣ ਕਰਕੇ ਹੁਣ ਜਿਹੜੇ ਮਾਝੇ ਵਾਲੇ ਉਹ ਸੋ ਕਬੂਤਰ ਵੱਧ ਡਾਉਂਦੇ, ਕਬੂਤਰ ਚਲ ਗਏ ਉੱਧਰ, ਗੇਮ ਚਲੀ ਗਈ, ਤੇ ਉਹਦੇ ਨਾਲ ਹੁਣ ਕੰਪੀਟੀਸ਼ਨ ਜਿਹੜਾ ਤਗੜਾ ਹੋ ਗਿਆ, ਹੁਣ ਤਾਂ ਨਹੀਂ ਘੱਟ ਤੁਸੀਂ, ਨਹੀਂ ਨਹੀਂ ਹੁਣ ਤਾਂ, ਹੁਣ ਤਾਂ ਨਹੀਂ ਘੱਟ, ਮਾਝੇ ਦੇ ਆ ਗਏ ਤਾਂ ਮਾਝੇ ਦੇ ਵਜਾ ਲੈ, ਏਡੀ ਛੇਤੀ ਤਾਂ ਨਹੀਂ ਪਿੱਛੇ ਆੜਦੇ, ਮੰਗਲੀ ਬਾਜੀ ਉੱਤੇ ਹੀ ਸਾਡੇ ਮਿੱਤਰ ਰਾਏ ਆ ਦੇ ਵੀ, ਹਾਂਜੀ ਅੱਛਾ, ਇਹ ਮੰਗਲ ਵੀ ਦੱਸ ਦਿੰਦਾ ਕੋਈ ਦਿੱਕਤ ਨਹੀਂ, ਦੱਸੋ ਤੁਸੀਂ ਕੋਈ ਨਹੀਂ, ਜਿਹੜੀ ਮਗਰੋਂ ਸਾਰਿਆਂ ਨੂੰ ਮਗਰੋਂ ਬਾਜੀ ਉੱਡੀ ਨਾ ਸਾਡੇ ਰਾਏ ਪਿੰਡ 'ਚ, ਉਹ ਬੰਦਿਆਂ ਨੂੰ ਅਸੀਂ ਪੂਰੇ ਚੰਗੇ ਟੌਪ ਦੇ ਖਿਡਾਰੀ ਆਏ, ਕਿਹੜੇ ਸੰਦ ਗੱਲ ਪਹਿਲੇ ਦਿਨ ਕਬੂਤਰ ਬਹਿ ਗਏ ਪਾਣੀ 'ਚ, ਬੈਠੇ ਪਹਿਲੇ ਦਿਨ ਪਾਣੀ 'ਤੇ, ਦੱਸੋ ਜਿੰਨੀ ਵੀ ਸਾਰੀ ਅਸੀਂ ਬਾਜੀਆਂ ਡਵਾਈਆਂ ਨਾ, ਇਤਿਹਾਸ ਬਾਜੀ ਸਾਡੇ ਪਿੰਡ ਹੁੰਦੀ ਹੈ, 2 ਵਜੇ ਮੁੱਕ ਗਈ, 3 ਵਜੇ ਮੁੱਕ ਗਈ, ਸਾਡੇ ਪਿੰਡ ਮੁੱਕ ਜਾਂਦੀ ਬਾਜੀ, ਦੂਸਰਾ ਤੀਸਰਾ ਵੀ ਪੈਂਦੀਆਂ, ਪਰ ਮੈਂ ਉਹਨਾਂ ਵੀ ਮਤਲਬ ਏਡੀ ਜ਼ਿਆਦਾ ਜਿਹੜੀ ਮਗਰਲੀ ਬਾਜੀ ਹੋਈ ਨਾ, ਪਹਿਲੇ ਦਿਨ ਕਬੂਤਰ ਪੈ ਗਏ 300 ਰੁਪਏ, ਉਹਦੇ ਨਾਲ ਮਾਰਦਾ ਬਾਈ ਨੇ, ਇਹਨੇ ਫ੍ਰਿਜ ਜਿੱਤੀ ਸਾਡੇ ਪਿੰਡ 300 ਰੁਪਏ ਨਾਲ, ਉਸਨੇ 300 ਵੀ ਪਈ, ਹਾਂ ਸਾਰੇ ਬਾਈ ਦੇ ਕਬੂਤਰ ਬਿਲਕੁਲ ਨੀਵਾਂ ਉੱਡਿਆ, ਸਾਰੇ ਉਹਨੂੰ ਪਾਉਂਦੇ ਸੀ, ਪਹਿਲੇ ਦਿਨ ਵੀ ਪਾਉਂਦੇ ਸੀ, ਦੂਜੇ ਦਿਨ ਵੀ ਪਾਉਂਦੇ ਸੀ, ਅਤੇ ਤੀਜੇ ਦਿਨ ਵੀ ਪਾਉਂਦੇ, ਅਤੇ ਢੰਗ ਹੀ ਚੜਿਆ ਬਾਈ ਜਿੱਤ ਗਏ, ਹਾਂਜੀ ਪਹਿਲੇ ਦਿਨ
ਤੇ ਮੋਟਰ ਦੇ ਆਲੇ ਦੁਆਲੇ 15-16 ਕਬੂਤਰ ਘੁੱਗ ਜਾਂਦੇ ਸੀ। ਅਗਲੇ ਦਿਨ ਮੁੜ ਕੇ ਥੋੜਾ ਜਿਹਾ ਮੌਸਮ ਗਾਹ ਨਰਮ ਗਿਆ, ਫਿਰ ਕਬੂਤਰ ਚੱਲ ਪਏ, ਫਿਰ ਤਿਸਰ ਵੀ ਪਏ। ਤਿਸਰ 'ਚ 22 ਦਾ ਸੀ ਅਤੇ ਇੱਕ ਅਸ਼ੋਕ ਲਈਆਂ ਮੁੰਡਾ ਸਾਡੇ ਉੱਧਰੋਂ, ਇਹਨਾਂ ਦਾ ਤਿਸਰ 'ਚ ਉੱਡਿਆ ਹੈਗੇ ਅਤੇ ਕਬੂਤਰ 4 ਸੀ, ਲੇਕਿਨ 2 ਰਾਤ ਹੱਥ ਨਹੀਂ ਆਏ। ਅਤੇ ਫਿਰ ਤਕਰੀਬਨ ਕੋਈ 2:30-3 ਵਜੇ ਪਹਿਲਾ ਨਾਮ ਫਰਿੱਜ ਸੀ, ਦੂਜਾ ਕੂਲਰ ਸੀ। ਉਹ ਫਿਰ ਅਸੀਂ ਸਲਾਹ ਕਰਕੇ ਜਿਹੜੇ ਸਾਡੇ ਕਲੱਬ ਮੈਂਬਰ ਆ, ਅਸੀਂ ਦੋਨਾਂ ਨੂੰ ਫਰਿੱਜਾਂ ਦੇ ਦਿੱਤੀਆਂ। 2:30 ਵਜੇ ਅਸੀਂ ਇੱਥੇ ਲਾ ਲਓ ਢਾਂਗੀਆਂ, ਤੋ ਸਾਡਾ ਕਿਉਂਕਿ ਇਹਨਾਂ ਨਾਲ ਵੀ ਪਿਆਰ ਆ, ਅਸ਼ੋਕ ਮੁੰਡਾ ਵੀ ਜਿਹੜਾ ਆਪਣਾ ਬਿਲਕੁਲ ਛੋਟਾ ਵੀਰ ਆ, ਸਤਿਕਾਰਯੋਗ ਆ, ਫਿਰ ਇਹਨਾਂ ਦੋਨਾਂ ਨੂੰ ਅਸੀਂ ਫਰਿੱਜਾਂ ਹੀ ਦੇ ਦਿੱਤੀਆਂ। ਇੱਕ ਗੱਲ ਹੋਰ ਹੈਗੀ ਵੀਰ, ਗੱਲ ਦੱਸਣ ਵਾਲੀ, ਆਮ ਸ਼ਿਕਾਰੀ ਜਾਂਦੇ ਆ ਉੱਥੇ, ਲੋਕ ਜਾਂਦਾ ਕੋਈ ਉੱਥੇ ਜਾ ਕੇ ਬਹਿੰਦਾ। ਬਾਈ ਦਾ ਇੱਕ ਰਿਕਾਰਡ ਹੈਗਾ, ਇਹਨੇ ਸਾਡੇ ਵਿੱਚੇ ਬਾਈ ਸਾਡੇ ਬੈਠੇ ਨਾ, ਇੱਕ ਕਬੂਤਰ ਬਾਈ ਸਾਰੇ ਬੈਠੇ ਆ, ਇਹਨੇ ਐਂ ਜਾ ਕੇ ਬਹਿਣਾ ਤਾਂ ਸਾਰਿਆਂ ਨਾਲ ਪ੍ਰੇਮ ਨਾਲ ਕੂਣਾ ਦੇ ਵਧੀਆ ਰਹਿਣਾ। ਇਹ ਨਹੀਂ ਆ ਕਿ ਇਹ ਆ ਵੀ ਪਲੇਅਰ ਬਹੁਤ ਜਾਂਦੇ ਮਾਲਵੇ 'ਚ ਮਾਝੇ ਵਿੱਚ ਬਾਜੀਆਂ ਛੱਡਣ, ਅਸੀਂ ਨਾਮ ਨਹੀਂ ਲਵਾਂਗੇ ਕਈਆਂ ਦਾ, ਅਸੀਂ ਇਹਨਾਂ ਤੋਂ ਸਿੱਖੇ ਹਾਂ ਮਾਲਵੇ ਤੋਂ ਕਬੂਤਰਬਾਜ਼ੀ ਜਿਹੜੀ ਹੈ। ਸਾਡਾ ਮਨ ਕਰਦਾ ਹੁੰਦਾ ਵੀ ਜਿਹੜਾ ਸੀਨੀਅਰ ਪਲੇਅਰ ਆਇਆ ਇਹਦੀ ਅਸੀਂ ਰਿਸਪੈਕਟ ਕਰੀਏ, ਇੱਜ਼ਤ ਕਰੀਏ, ਕੋਈ ਸਾਡੇ 'ਚ ਬਵੇ, ਸਾਨੂੰ ਕੁਝ ਸਿੱਖਣ ਨੂੰ ਮਿਲੇ। ਬੜੇ ਪਲੇਅਰ ਜਾਂਦੇ ਆ ਜਿਨ੍ਹਾਂ ਨੇ ਸਾਡੇ ਕੋਲੋਂ ਕਿਨਾਰਾ ਕਰਨਾ ਹੈ, ਜੇ ਆਪਾਂ ਇੱਥੇ ਬੈਠੇ ਹਾਂ ਤਾਂ 2 ਕਿੱਲੇ ਹੜਵਾਂ ਬਹਿਣਾ ਉਹਨਾਂ। ਅਤੇ ਬਾਈ ਨੇ, ਮੇਰਾ ਵੱਡਾ ਭਰਾ ਮੇਰੇ ਨਾਲ ਬਹੁਤ ਪਿਆਰ ਆ, ਬਾਈ ਨੇ ਮੇਰੇ ਬੰਦਿਆਂ ਦੇ ਵਿੱਚ ਬੈਠਣਾ ਹੈ, ਬੰਦਿਆਂ ਦੇ ਨਾਲ ਗੱਲ ਕਰਨੀ ਆ, ਅਤੇ ਇੰਨੀ ਇੱਜ਼ਤ ਕਰਦੇ ਆ ਸਾਰੇ, ਤਕਰੀਬਨ ਜਿੰਨੇ ਛੋਟੇ ਵੱਡੇ ਬਾਈ ਦੇ ਗੋਡੀ ਆਣ ਕੇ ਹੱਥ ਲਾਉਣਗੇ। ਅਤੇ ਅੱਜ ਵੀ ਮਾਝੇ ਵਿੱਚ ਗੱਲ ਹੁੰਦੀ ਵੀ ਬਾਈ ਦਾ ਨੇਚਰ ਬਹੁਤ ਜ਼ਿਆਦਾ ਚੰਗਾ ਹੈ, ਸੁਭਾਅ ਬਿਲਕੁਲ ਬਹੁਤ ਵਧੀਆ। ਬਾਕੀ ਵੇਖੋ ਜੀ, ਕਬੂਤਰਬਾਜ਼ੀ ਆਪਣਾ ਸ਼ੌਂਕ ਆ, ਉਹ ਆਪਾਂ ਸ਼ੁਰੂ ਤੋਂ ਕਰਦੇ ਆਉਂਦੇ, ਆਪਣੇ ਤੋਂ ਗਾਂਹ ਵੀ ਲੋਕਾਂ ਨੇ ਕਰਨਾ, ਲੇਕਿਨ ਜਿਹੜਾ ਨੇਚਰ ਆ ਨਾ ਇਹ ਹਰ ਇੱਕ ਕਿਸੇ ਦਾ ਨਹੀਂ, ਕੁਝ ਸੇਮ ਹੁੰਦਾ, ਕੁਦਰਤੀ ਆਉਂਦਾ ਹੈ। ਅੜਨ ਤੇ ਨਹੀਂ ਕਦੀ ਇਹਨਾਂ ਨੇ ਕਿਹਾ, ਅਸੀਂ ਤਾਂ ਇੱਥੋਂ ਵੀ ਹੈਗਾ ਵੀ ਬਾਈ ਦੇ ਥੱਲੇ ਬੈਠਾ ਇਹਦੇ ਉੱਪਰ ਸਾਡੇ ਆਪਣੇ ਆਪਣੇ 2-4 ਬੰਦਿਆਂ ਦੇ ਕਬੂਤਰ ਹੈਗੇ, ਅਤੇ ਅਸੀਂ ਪੁੱਛਿਆ ਵੀ ਨਹੀਂ ਇਹਨੂੰ ਬਾਈ ਨੂੰ ਵੀ ਕਬੂਤਰ ਰਹਿ ਗਏ ਤਾਂ ਬਾਜੀ ਵੰਡਣੀ ਸੀ, ਅਤੇ ਮੈਂ ਫੋਨ ਕਰ ਦਿੱਤਾ ਇਹਨੂੰ ਨੀਚੇ, ਮੈਂ ਕਿਹਾ ਕਬੂਤਰ ਆਪਾਂ ਵੰਡ ਲਈ, ਬਾਜੀ ਵੰਡ ਲਈ, ਕਹਿੰਦਾ ਚੱਲ ਜੇ ਤੂੰ ਵੰਡ ਲਈ ਤਾਂ ਕੋਈ ਗੱਲ ਨਹੀਂ, ਇਹ ਪੱਧਰੀ ਦੀ ਗੱਲ ਹੈ, ਪੱਧਰੀ ਦੀ ਹੋਈ ਗੱਲ, ਅਤੇ ਚੰਗੀ ਗੱਲ ਆ ਬਾਈ, ਸੁਭਾਅ ਨੇਚਰ ਬਹੁਤ ਵਧੀਆ, ਖੇਡ ਇਹ ਕੱਟ ਚੀਜ਼ ਆ, ਬਿਲਕੁਲ ਬਿਲਕੁਲ, ਇਹ ਕੱਟ ਮੈਟਰ ਹੈ ਨਾ ਸੁਭਾਵਿਕ ਤੌਰ 'ਤੇ। ਬਾਕੀ ਬਾਜੀਆਂ ਸਾਡੇ ਬਹੁਤ ਵਧੀਆ ਹੋਈਆਂ, ਐਤਕੀ ਇੱਕ ਪਹਿਲਾਂ ਬਾਜੀ ਕਰਾਈ ਸੀ ਮੇਰੇ ਖਿਆਲ 'ਚ 2019 'ਚ, ਜਿਹੜਾ ਬਿੱਕਰ ਪੱਖੋਵਾਲ ਜਿੱਤਿਆ ਸੀ 4 ਟਰੈਕਟਰ, ਉਹ ਅਸੀਂ ਕੋਲੋਂ ਕਰਾਈ ਬਾਜੀ। ਇਹ ਗਿੰਨੀ ਅਟਾਰੀ ਵੀਰ ਦੂਜੇ ਨੰਬਰ 'ਤੇ, ਇਹਨਾਂ ਦਾ ਮੋਟਰਸਾਈਕਲ ਜਿੱਤਿਆ ਸੀ, ਅੰਗਰੇਜ਼ ਦੇ ਪਿੰਡੋਂ ਵੀਰ, ਹਾਂ ਅੰਗਰੇਜ਼ ਅਟਾਰੀ, ਹਾਂ, ਅਤੇ ਮੋਟਰਸਾਈਕਲ ਇਹਨਾਂ ਜਿੱਤਿਆ, ਇਹਦੇ ਫਰਿੱਜ ਪੂਰੀ ਜਿੱਤਿਆ ਸੀ ਮਊ ਵਾਲਾ, ਅਤੇ ਬਿੱਕਰ ਪੱਖੋਵਾਲ ਟਰੈਕਟਰ ਜਿੱਤਿਆ। ਉਹ ਤੋਂ ਬਾਅਦ ਥੱਲੇ ਸਾਡਾ ਮੁੰਡਾ ਕਰਮਜੀਤ ਆ, ਉਹ ਸਾਡਾ ਬੜਾ ਅਜੀਜ਼ ਸੱਜਣ ਸੀ ਜਿਹੜਾ ਐਕਸਪਾਇਰ ਹੋ ਗਿਆ ਹੈ, ਅਤੇ ਉਹਨੇ 4th-5th ਨੰਬਰ ਉਹਦੇ 2 ਕਬੂਤਰਾਂ ਨੇ ਲਿਆ ਸੀ, ਉੱਥੇ ਵੀ ਦੁੱਸਰ ਪੈ ਗਈ ਸੀ ਬਾਜੀ 'ਤੇ। ਅਤੇ ਬਾਕੀ ਇਸ ਵਾਰ ਜਿਹੜੀ ਹੈਗੀ ਆ ਲੰਡੀ ਜੀ ਉੱਡੇ, ਆਪਣਾ MP ਕੋਡ ਹੋਣਾ ਵੀਰ ਹੋਣਾ ਵੀ, ਇਹਨਾਂ ਵੀ ਛੱਡੇ ਸਾਰੇ, ਬਾਈ ਨੇ ਵੀ ਛੱਡਿਆ ਸੀ, ਬਹੁਤ ਵਧੀਆ ਬਾਈ ਰਹੀ ਆ, 10 ਨੰਬਰ ਤੱਕ ਨਾਮ ਦਿੱਤਾ ਸਾਡੇ, ਸਾਰੇ ਰਲ ਮਿਲ ਕੇ ਬਾਜੀਆਂ ਕਰਾਉਂਦੇ ਆ, ਚੰਗਾ ਸਹਿਯੋਗ ਦਿੰਦੇ ਸਾਡੇ ਆਪਣੇ ਬੰਦੇ, ਨਾਮ ਲੈਣ ਲੱਗੀ ਆ ਤਾਂ ਕਾਫੀ ਨਾਮ ਹੈ ਆਪਣੇ, ਸਾਰੇ ਸਤਿਕਾਰਯੋਗ ਆ, ਅਤੇ ਚੰਗਾ ਸਹਿਯੋਗ ਕਰਦੇ, ਸਹਿਯੋਗ ਤੋਂ ਬਿਨਾਂ ਬਾਜੀਆਂ ਨਹੀਂ ਉੱਡਦੀਆਂ ਵੀਰ ਜੀ। ਚਲੋ ਹਾਂਜੀ, ਅਤੇ ਬਹੁਤ ਧੰਨਵਾਦ ਭਰਾਵਾਂ ਦਾ, ਇਹਨਾਂ ਨੇ ਜਿਹਨਾਂ ਆਪਣੇ ਵਿਚਾਰ ਰੱਖੇ ਨੇ। ਅਤੇ ਬਾਈ ਜਿਹੜੇ 4 'ਚ ਤੁਹਾਡੀ ਬਾਜੀ ਹੋਈ ਸੀ, ਤੁਸੀਂ ਮੁੱਢ ਦੀ ਗੱਲ, ਸੋਰੀ ਵੱਧ ਦੀ ਗੱਲ ਕਰਦੇ, ਕਿਹੜੇ ਕਿਹੜੇ ਕਬੂਤਰ ਸੀ? ਇੱਕ ਤਾਂ ਸੀਗਾ ਇੱਕ ਸ਼ੰਮੀ ਝਬਾਲ, ਹੈਗਾ ਸੀ ਸ਼ੰਮੀ ਝਬਾਲ, ਇੱਕ ਗੇਲਾ ਧਨੋਵਾ, ਤੇ ਸੇਵਕ ਛੱਡਣ ਤੇ ਬਾਗੂ ਛੱਡਣ, ਤੇ ਇੱਕ ਇਹਨਾਂ ਦਾ ਆਪਣਾ ਬਾਈ ਦਾ ਕਬੂਤਰ ਸੀ, ਇਹਨਾਂ ਦੇ ਉੱਤੇ ਵਾਧਾ ਲਾਇਆ ਸੀ ਬਾਈ ਵਾਲੇ, ਤੇ ਅਸੀਂ ਤਿੰਨੋਂ ਨੇ ਵਾਧਾ ਲਾਤਾ ਸੀ। ਬਾਕੀ ਉਹਨਾਂ ਦਾ ਸਾਡਾ ਕੋਈ ਰੰਜਿਸ਼ ਨਹੀਂ ਸੀ, ਸਾਡਾ ਕੋਈ ਨਹੀਂ, ਸਾਡਾ ਸਾਰਿਆਂ ਦਾ ਪਿਆਰ ਬਹੁਤ ਆ, ਅਸੀਂ ਪਿਆਰ ਦੇ ਨਾਲ ਹੀ ਇਤਨਾ ਗੱਲ ਹੋਈ ਵੀ ਵਾਧਾ ਲਾਉਣਾ, 2 ਲੱਖ ਰੁਪਈਆ ਵਾਧਾ ਲੱਗ ਗਿਆ ਸੀ, ਅਤੇ ਉਹਦੇ ਵਿੱਚ ਸ਼ਾਮ ਨੂੰ ਜਿਹੜਾ ਹੈਗਾ ਉਹ ਅਸੀਂ ਗੇਲਾ ਧਨੋਇਆ ਮੁੰਡਾ, ਉਹਦੇ ਨਾਲ ਅਸੀਂ ਵੰਡ ਲਿਆ, 1 ਲੱਖ ਰੁਪਈਆ ਸਾਨੂੰ ਵਾਧੇ ਦਾ ਆ ਗਿਆ, 2-2 ਹਜ਼ਾਰ ਰੁਪਈਆ ਵੱਖਰਾ ਵਾਧਾ ਲਾਇਆ ਸੀ ਉਹ, ਇਹਨੇ ਸਾਡੇ ਨਾਲ ਦਿਨ ਲਾਇਆ ਸੀ ਕਰਨ ਨੇ,
ਉਹ ਵੀ ਜਿੱਤ ਗਿਆ ਸੀ, ਫਰਿੱਜ ਵੀ ਜਿੱਤੇ। ਇੱਕ ਜਿਹੜੀ ਦੂਜੀ ਕਬੂਤਰੀ ਉਹ ਮੇਰੀ ਸੀ, ਨਾਲ ਉਹ ਕੂਲਰ ਜਿੱਤ ਗਈ, ਬਾਈਕ ਹੀ ਫਰਿੱਜ ਜਿੱਤ ਗਈ, ਵਾਧੇ ਵਾਲਾ ਕੱਪ ਵੀ ਬਾਈਕ ਹੀ ਜਿੱਤ ਗਈ। ਤੇ 190,000 ਰੁਪਇਆ ਉੱਥੋਂ ਅਸੀਂ ਜਿੱਤੇ ਹਾਂ ਬਾਈ। ਗੁੱਡ ਯਾਰ, ਬਹੁਤ ਵਧੀਆ ਬਾਈ, ਬਹੁਤ ਸੋਹਣਾ ਰਿਕਾਰਡ ਹੈ। ਅੱਛਾ, ਹੋਰ ਕਿੱਥੇ ਬਾਜੀ ਚੰਗੀ ਜਿੱਤੀ ਬਾਈ ਇਸ ਬਾਜੀ ਤੋਂ ਬਿਨਾਂ? ਇਸ ਬਾਜੀ ਤੋਂ ਬਿਨਾਂ ਇੱਕ ਵਾੜੇ ਜਵਾਹਰ ਸਿੰਘ ਵਾਲਾ ਪਿੰਡ ਸੀ ਕੋਟਿਆਂ ਕੋਲ, 240 ਕਬੂਤਰ ਉੱਡੇ ਸੀ। ਬੋਲੇ, ਕਿੰਨੇ ਮੁੱਢ ਨੂੰ? ਮੁੱਢ 1200 ਹੀ ਸੀਗਾ ਜੀ। ਹਾਂ, ਇਹ ਰਾਹੁਣੇ ਦੇ ਘਰੋਂ ਮੈਂ ਕਬੂਤਰ ਲਿਆ ਸੀ ਛੱਡਣ ਨੂੰ ਬਾਈ, ਆਪਣੇ ਕਬੂਤਰਾਂ ਨੂੰ ਬਿਮਾਰੀ ਪੈ ਗਈ, ਉੱਥੇ ਦੁੱਸਰ ਪੈ ਗਈ ਸੱਸੀਆਂ ਕਬੂਤਰਾਂ 'ਚ। ਉੱਦਣ ਚਾਰਾਂ ਨੇ ਟਾਈਮ ਕੀਤਾ, ਇੱਕ ਆਪਣਾ ਵਿੱਚ ਕਰ ਗਿਆ, ਉੱਥੇ ਵੀ ਆਪਾਂ ਨੂੰ ਚੰਗੇ ਪੈ ਜਾਏ। ਕਿਹੜਾ ਪਿੰਡ ਸੀ ਇਹ? ਜਵਾਹਰ ਸਿੰਘ ਵਾਲਾ, ਜਵਾਹਰ ਸਿੰਘ ਵਾਲਾ ਖੋਟਿਆਂ ਦੇ ਕੋਲ, ਖੋਟਿਆਂ ਦੇ ਕੋਲ ਜਵਾਹਰ ਸਿੰਘ ਵਾਲਾ ਇਰਗਾ। ਹੋਰ ਕੋਈ ਬਾਜੀ ਧਿਆਨ 'ਚ ਹੋਵੇ? ਇੱਕ ਇੱਥੇ ਛੁੱਟੀ ਸੀ ਬਾਈ, ਨਹੀਂ ਉਹ ਤਾਂ ਪਿਛਲੇ ਸਾਲ ਦੀ ਗੱਲ, ਐਰਕੀ ਦੱਸ ਦਿੰਦਾ ਮੰਗਾ। ਇੱਕ ਬਾਈ ਛੁੱਟੀ ਸੀ ਇੱਥੇ, ਦੂਜਾ ਚੁੱਗੇ ਹੀ ਸਾਡੇ ਕੋਲ, ਮੋਗੇ ਕੋਲ ਚੁੱਗਾ, ਉੱਥੇ ਉੱਡੇ ਹੀ 218 ਕਬੂਤਰ ਜੀ, ਸੱਤਾਂ 'ਚ ਵੰਡੀ ਗਈ ਸੀ। ਉੱਥੇ ਵੀ ਆਪਣੀ ਕਬੂਤਰੀ ਜਾਣੀ ਕਿ ਚੰਗੀ ਜਿੱਤੀ ਬਾਈ ਉੱਥੋਂ, ਬਾਈ ਤਾਂ 1200 ਵਾਲੀ ਸੀ ਉਹ ਵੀ, ਉਹ ਵੀ ਚੰਗੀ ਜਿੱਤੀ ਸੀ। ਜਿੱਤ ਤਾਂ ਜਿੱਤੀ ਆ, ਪਰ ਮੁੱਢ ਤਾਂ ਜਿੰਨਾ ਮਰਜ਼ੀ। ਹਾਂ, ਇੱਕ ਸਾਡੀ ਇੱਥੇ ਬਾਈ ਸੀਗੀ ਬੂਟੇ ਵਾਲਾ ਪਿੰਡ ਹੈ ਜੀ, ਉਹ ਛੋਟਾ ਜੀ 60 ਕਬੂਤਰ ਸਾਡੀ ਇਕੱਲੀ ਰਹੀ ਉੱਥੇ, ਅਸੀਂ ਕਿਸੇ ਨਾਲ ਨਹੀਂ ਵੰਡੀ ਉੱਦਣ। ਓਕੇ, ਇੱਕ ਇਹ ਗੱਲ ਹੀ ਤੁਹਾਨੂੰ ਮੈਂ ਤੁਹਾਡੇ ਬਾਈ ਦਾ ਕਹਿੰਦਾ ਵੜ ਲੈਂਦਾ ਯਾਰ, ਦੱਸਣਾ ਚਾਹੁੰਦਾ ਮਾਧਿਅਮ ਰਾਹੀਂ ਸਾਡਾ ਪਿਆਰ ਨਹੀਂ ਨਹੀਂ ਜਿਹੜਾ ਮੇਰਾ ਕੰਮ ਆਈ, ਭਲਾ ਮੇਰਾ ਕਬੂਤਰ ਹੋਵੇ ਚੰਗਾ, ਭਲਾ ਹੋਵੇ ਮਾੜਾ, ਜਦੋਂ ਕਿਸੇ ਨੇ ਮੈਨੂੰ ਕਿਹਾ ਤਾਂ ਨਹੀਂ ਬਾਜੀ ਵੰਡਣੀ ਆ, ਮੈਂ ਕਿਤੇ ਨਾਂਹ ਨਹੀਂ ਕੀਤੀ। ਤੇ ਜਿਹੜੇ ਨੇ ਮੇਰੇ ਨਾਲ ਬਾਜੀ ਨਹੀਂ ਵੰਡੀ, ਮੰਨ ਲਓ ਕਿਤੇ ਮੈਨੂੰ ਪਤਾ ਹੀ ਹੁੰਦਾ ਉਹਦੇ ਨਾਲ ਮੈਂ ਉਹ ਨਹੀਂ ਵੰਡਦਾ, ਉਹ ਤਾਂ ਨੋਰਮਲ ਗੱਲ ਆ ਬਾਈ। ਹਾਂ, ਉਦਣ ਮੰਨ ਲਾ ਮੇਰੀ ਜਾਂ ਸਾਡੇ ਪਿੰਡ ਦੇ ਹੀ ਥੱਲੇ ਕਬੂਤਰ ਆਇਆ ਸੀ ਇੱਕ, ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਵੀ ਨਹੀਂ ਸਾਡੀ ਇਕੱਲੀ ਹੀ ਰਹਿ ਗਈ ਉਦਣ। ਫਿਰ ਉਹੀ ਕਬੂਤਰ ਹੀ ਦੁਬਾਰਾ ਛੱਡਤੀ, 70 ਕਬੂਤਰ ਛੁੱਟੇ ਸੀਗੇ ਬਾਜੀ, ਉਹ ਵੀ 1200 ਵਾਲੀ ਸੀ। ਉਦਣ ਮੇਰਾ ਇਹਦਾ ਮੇਰਾ ਚੇਲਾ ਹੀ ਰਹਿਣਾ, ਇਹਦਾ ਦੋਨੇ ਸਾਡੇ ਰਹਿ ਗਏ, ਉਹੀ ਕਬੂਤਰੀ ਸਾਡੀ ਫੇਰ ਜਿੱਤੀ ਉਦਣ, ਉਹੀ ਉਹ ਜਿੱਤੇ 5 ਬਾਈਆਂ ਜੀ, ਇੱਕ ਕਬੂਤਰੀ ਇੱਕ ਕਬੂਤਰੀ। ਓਕੇ, ਤੇ ਨਾਲੇ ਇੱਕ ਚੀਜ਼ ਹੋਰ ਆ ਜੀ, ਇੱਥੇ ਕਬੂਤਰਾਂ ਵਾਲੇ ਕਹਿ ਦਿੰਦੇ ਆ ਵੀ ਕਬੂਤਰ ਲੰਮਾ ਹੋ ਜਾਂਦਾ, ਫਲਾਨਾ ਹੋ ਜਾਂਦਾ। ਸਾਡੀ ਇਹ ਰੁੱਤ ਚੁੜਦੀ ਸੀ ਫਰਵਰੀ 'ਚ, ਤੇ ਮੰਨ ਲਓ ਸਾਰਾ ਸੀਜ਼ ਨਹੀਂ ਛੱਡੀ। ਓਕੇ, ਸਾਰਾ ਸੀਜ਼ ਨਹੀਂ ਚੱਲੀ, ਸਾਰਾ ਸੀਜ਼ ਚੱਲੀ ਗਈ। ਹਾਂ, 5 ਬਾਈਆਂ ਜੀ, 5 ਬਾਈਆਂ ਜਿੱਤੀ, 5 ਕਹਿਰ ਕਿ ਦੂਸਰ 5 ਹੀ ਕਹਿਰਾਂ। ਇਹ ਕਈ ਬੰਦੇ ਐਂ ਵੀ ਕਹਿੰਦੇ ਮੈਨੂੰ ਤਾਰਾ ਦੂਸਰਾ ਵਾਲਾ, ਮੈਂ ਕਹਿ ਰਹੀ ਬਾਈ ਬਹੁਤ ਜਿੱਤੀਆਂ। ਹਾਂ, ਦੂਸਰਾ ਕਿੱਥੇ ਕਿੱਥੇ ਚੰਗੀਆਂ ਜਿੱਤੀਆਂ? ਦੂਸਰਾਂ ਦਾ ਕਹਿਰਾਂ ਦਾ ਚਲੋ ਅਸੀਂ ਆਪ ਹੀ ਪੁੱਛਦੇ ਹੁੰਦੇ ਹਾਂ, ਦੂਸਰਾ ਵੀ ਜ਼ਰੂਰ ਦੱਸੋ। ਇਹ ਮੁੱਢੋ ਲੈ ਕੇ ਦੱਸਗੇ ਕਿ ਨਹੀਂ? ਦੇਖੋ, ਚਲੋ ਕੁਛ ਦੱਸ ਦਿਓ ਜਿਹੜੀਆਂ ਚੰਗੀਆਂ ਆਪਾਂ ਕਹਿ ਦਿੰਦੇ ਹਾਂ। ਦੂਸਰਾ ਮੱਝ ਜਿੰਨੀਆਂ ਹੋਊਂਗਾ ਸਾਰੀਆਂ ਜਿੱਤੀਆਂ, 5-6 ਸੀ। ਅੱਛਾ, ਇੱਕ ਘਰੇਂਡੀ ਵਾਲੀ ਛੱਡ, ਘਰੇਂਡੀ ਵਾਲੀ ਸਾਡਾ ਕਬੂਤਰ ਰਾਤ ਨੂੰ ਰਹਿ ਗਿਆ, ਫੜਿਆ ਨਹੀਂ ਗਿਆ। ਕੋਸ਼ਿਸ਼ ਹੀ ਰਾਤ 11 ਵਜੇ ਤੱਕ ਕੀਤੀ ਹੈ। ਓਕੇ, ਯਾਰ ਕਿ ਬਾਈ 60 ਬਾਈਆਂ ਛੱਡੀਆਂ ਮੈਂ, ਕੋਈ ਦੂਸਰਾ ਨਹੀਂ ਹੋਵੇ ਕਿਤੇ, 52 ਜਿੱਤੀਆਂ ਯਾਰ ਕਿ 60 ਚੋਂ 52 ਜਿੱਤ। ਬੋਲੇ ਬੋਲੇ ਬੋਲੇ। ਅੱਛਾ, ਯਾਨੀ ਕਿ ਜੇ 2 ਛੱਡੇ ਆ ਨਾ, ਦੋਨੇ ਜਿੱਤੇ ਆ। ਓਕੇ, ਤਾਂ ਸਾਡੇ 3 ਜਿੱਤੇ ਆ। ਓਕੇ, ਇਹ ਸੀਜ਼ਨ 'ਚ। ਹਾਂ, ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿੰਦਾ। ਹਾਂ, ਬਾਲੇ ਖਿਡਾਰੀ ਕਹਿੰਦੇ ਅਰਕੇ ਦਿਨ ਨਹੀਂ ਲੱਗੇ, ਸਾਰੇ ਖਿਡਾਰੀਆਂ ਨੇ ਬਾਈ ਕਬੂਤਰ ਛੱਡੇ ਆ, ਛੱਡਿਆ ਬਾਈ ਤੇ ਹਰ ਗਏ, ਜਦੋਂ ਸਾਡੇ ਅਰਕੇ ਜਿੱਤੇ ਆ ਉਹਨਾਂ ਦਿਨ ਠੰਡੇ ਸੀ ਯਾਰ ਅਰਕੇ ਤਾਂ। ਮੁੜ ਕੇ ਲੋਕੀ ਆਹ ਗੱਲ ਕਹਿ ਦਿੰਦੇ। ਅੱਛਾ, ਸੂਤ ਆਉਂਦਾ ਨਹੀਂ, 7 ਕੇ ਦਾ ਵੀ ਆਉਂਦਾ ਨਹੀਂਗਾ, ਬਾਈਆਂ ਭਾਲਦੇ 2-3 ਵਜੇ ਵਾਲੀਆਂ, ਤੇ 2-3 ਵਾਲੀਆਂ ਬਾਜੀਆਂ ਨਹੀਂ ਆਉਂਗਾ, ਬਾਈਆਂ 7 ਵਾਲੀਆਂ ਆਉਂਗਾ। ਜਿੱਤ ਤਾਂ ਜਿੱਤੀ ਰਹਿਣੀ ਆ, ਉਹ ਭਾਵੇਂ ਤੁਸੀਂ ਟੈਂਪਰੇਚਰ 'ਚ ਉਹ ਕਰੋ, ਠੀਕ ਹੈ ਨਾ, ਜਿਹਨੇ ਜਿੱਤਿਆ ਉਹ ਤਾਂ ਜਿੱਤੀ ਰਹਿਣੀ ਹੀ ਰਹਿਣੀ, ਉਹ 'ਚ 2 ਗੱਲਾਂ ਨਹੀਂ ਹੁੰਦੀਆਂ ਕੋਈ, ਠੀਕ ਹੈ, ਇਹ ਨਹੀਂ ਕੋਈ ਹੁੰਦਾ। ਅੱਛਾ ਬਾਈ, ਕਬੂਤਰ ਦੱਸਿਓ ਵੀ ਕਿਹੜੇ ਕਿਹੜੇ ਕਬੂਤਰ ਨੇ ਸਾਡੇ ਕੋਲ? ਬਾਈ, ਇੱਕ ਤੁਹਾਨੂੰ ਦੱਸ ਦਿੰਦਾ ਗੱਲ, ਜਿਹੜੇ ਬੰਦਿਆਂ ਦੇ ਆਪਾਂ ਖਿਡਾਰੀਆਂ ਦੇ ਨਾਂ ਲੈਂਦੇ ਹਾਂ, ਬਾਬਾ ਧੰਨਾ, ਬਾਬਾ ਮੀਰਾਵ, ਬਾਬਾ ਪੁੰਨੂ, ਜਿੰਨੇ ਵੀ ਚੰਗੇ ਖਿਡਾਰੀ ਹੋਏ ਆ, ਇਹ ਮੈਂ ਜੇ ਹੁਣ ਆਪਾਂ ਸ਼ਾਹ ਅੱਖਾ ਕਬੂਤਰ ਕਹਿ ਦਿੰਦੇ, ਆਪਾਂ ਕਹਿ ਦਿੰਦੇ ਮੀਰਾਵ, ਮੀਰਾਵ ਵਾਲਾ, ਆਪਾਂ ਬਾਈ ਨਾਂ ਬਾਬਾ ਮੀਰਾਵ ਦੇਖਿਆ,
ਨਾ ਆਪਾਂ ਨੂੰ ਪਤਾ ਕਬੂਤਰਾਂ ਦੇ ਕੋਈ ਸ਼ਾਖੇ ਆ, ਇਹ ਨਹੀਂ ਪਤਾ ਕਿਹੜੇ ਆ। ਸ਼ਾਖੇ ਵੀ ਹੈਗੇ ਆ ਜਿਹੜੇ ਕੱਕ ਆ, ਲੋਕ ਕਹਿੰਦੇ ਕੱਕ ਤਾਂ ਆਪਾਂ ਕੋਈ ਕਬੂਤਰ ਨਹੀਂ ਲੈ ਕੇ ਆਏ, ਉਹ ਵੀ ਸਾਡੇ ਕੋਲ ਕਬੂਤਰ ਹੈਗੇ ਆ, ਉਹ ਵੀ ਫੜੇ ਆ ਡੱਬੇ ਡੱਬੇ, ਅਤੇ ਪੰਨੂ ਵਾਲੇ ਸਾਡੇ ਕੋਲ ਕਬੂਤਰ ਹੈਗੇ ਆ। ਅਤੇ ਇੱਕ ਅਸੀਂ ਪਹਿਲਾਂ ਨਾ ਬਿੰਦਰ ਪੁੱਲੇ ਤੋਂ ਕਬੂਤਰ ਲਏ ਸੀਗੇ, ਜਦੋਂ ਬਿੰਦਰ ਪੁੱਲਾ ਬਾਈ ਆਪਾਂ ਉਹਨੇ ਫਰੀ ਦਿੱਤਾ ਜੀ ਕਬੂਤਰ, ਓਕੇ ਸਾਡੇ ਕੋਲ ਉਹ ਵੀ ਕਬੂਤਰ ਹੈਗੇ ਆ। ਉਦੋਂ ਸ਼ਾਵਾਂ ਲੈ ਕੇ ਆਉਂਦੇ ਜੋ ਜਮਾਂ ਸਮਾਂ ਜਿੱਤਿਆ ਬਾਈਆਂ ਲੈਂਦੇ ਰੱਤਾ ਗੂੜਾ ਜੀ, ਉਦੋਂ ਵੀ ਉਹ 50,000 ਦਾ ਕਬੂਤਰ ਵੇਚਦਾ ਸੀ, ਪਰ ਆਪਾਂ ਨੂੰ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਮੈਂ ਪੈਸੇ ਲੈਣੇ। ਤੁਹਾਡੇ ਨਾਲ ਸਹਿਚਾਰ ਜ਼ਿਆਦਾ ਸੀ? ਨਹੀਂ ਨਹੀਂ, ਪਹਿਲੀ ਵਾਰੀ ਗਿਆ ਸੀ, ਮੈਂ ਕਿਹਾ ਜੀ ਮੈਂ ਤਾਰਾਂ ਲੱਗੀਆਂ, ਕਹਿੰਦਾ ਮੈਂ ਤੈਨੂੰ ਜਾਣਦਾ ਅਤੇ ਮੈਂ ਕਿਹਾ ਜੀ ਕਬੂਤਰ ਲੈਣਾ ਹੈ, ਆਹ ਲੈਣਾ ਰੱਤਾ। ਕਹਿੰਦਾ ਵੀ ਇਹਦੇ ਆਂਡੇ ਧਰੇ ਵੇ ਆ, ਜਦੋਂ ਮੰਨ ਲਾ ਬੱਚੇ ਕੱਢ ਲਏ, ਸਾਡਾ ਨਾਲ ਲਖਿਸ਼ਰਾ ਲਖਮਣ ਨਾਲ ਗਿਆ ਸੀ, ਸਾਡੀ ਰਿਸ਼ਤੇਦਾਰੀ ਹੈ, ਉਹਦੀ ਭਾਂਜੀ ਦਾ ਮੈਂ ਸਾਕ ਰਿਹਾ ਸਾਡੇ ਅਰਗੇ 'ਚ, ਉਹਨੂੰ ਨਾਲ ਲੈ ਗਏ। ਓਕੇ, ਉਦੋਂ ਦਸਾਂ ਦਿਨਾਂ ਬਾਅਦ ਫਿਰ ਅਸੀਂ ਰੱਤਾ ਕਬੂਤਰ ਲਏ ਸੀ, ਸਾਡੀ ਉਹਦੇ ਕੋਲ ਉਹਦੀ ਲਾ ਸਾਡੇ ਕੋਲ ਉੱਡੀ, ਉਹ ਵੀ ਆਪਦੇ ਪਸੰਦ ਦਾ ਹੀ ਕਿਹਾ ਤੁਸੀਂ? ਆਪਦੇ ਪਸੰਦ ਦਾ ਜਿੱਤਿਆ ਬਾਈਆਂ ਦਿੱਤਾ ਜੀ ਉਹਨੇ ਸਾਨੂੰ। ਬਹੁਤ ਵੱਡੀ ਗੱਲ ਹੈ। ਹਾਂ, ਹੋਰ ਕੋਈ ਕਬੂਤਰ ਬਾਈ? ਕਬੂਤਰ ਤਾਂ ਬਾਈ ਹੁਣ ਦੇ ਰਹੇ ਆ, ਪਰ ਜ਼ਿਆਦਾਤਰ ਮੰਨ ਲਾ ਜਵਾਬ ਦਿੱਤਾ ਨਹੀਂ ਕਿਸੇ ਨੇ, ਪਰ ਹੁਣ ਤਾਂ ਸਾਡੇ ਆਪਦੇ ਹੀ ਕਬੂਤਰ ਆ, ਮੇਰੇ ਕਿਸੇ ਨੇ ਸਾਂਝੇ ਰੱਖੇ ਸੀ ਕਬੂਤਰ। ਬਾਅਦ 'ਚ ਕੋਈ ਐਂ ਨਾ ਕਹਦੇ ਵੀ ਸਾਡੇ ਤੋਂ ਲੈ ਕੇ ਗਿਆ ਸੀ ਤਾਰਾ ਨਾਲ ਨਹੀਂ ਲਿਆ? ਨਹੀਂ ਨਹੀਂ, ਸਾਂਝੇ ਰੱਖੇ ਸੀ ਕਬੂਤਰ ਕਿਸੇ ਬੰਦੇ ਨਾਲ, ਉਹਦੇ ਨਾਲ ਮੇਰੀ ਮਾੜੀ ਮੋਟੀ 19-21 ਹੋ ਗਈ, ਮੇਰਾ ਭਰਾ ਸੀ ਛੋਟਾ, 10 ਸਾਲ ਇਕੱਠੇ ਬਾਈ ਗਈਆਂ ਛੱਡੀਆਂ, ਉਹ ਸਾਰੇ ਕਬੂਤਰ ਮੇਰੇ ਉਹਨੇ ਰੱਖ ਲਏ। ਆਹ ਮੈਨੂੰ ਗੱਲ ਬਹੁਤ ਵਧੀਆ ਲੱਗੀ ਬਾਈ, ਕਿਉਂਕਿ ਜਦੋਂ ਕਿਸੇ ਨਾਲ ਫਰਕ ਪੈਂਦਾ ਨਾ ਬਾਈ, ਤੁਸੀਂ ਇਕੱਠੇ ਕਬੂਤਰ ਡਾਉਂਦੇ ਤਾਂ ਫਰਕ ਪਊਗਾ, ਅੱਜ ਨਹੀਂ ਕੱਲ੍ਹ ਨੂੰ, ਸਾਲ ਨੂੰ, 2 ਸਾਲਾਂ ਨੂੰ, 10 ਸਾਲਾਂ ਨੂੰ ਪਊਗਾ। ਹੁਣ ਬਾਈ ਨੇ ਕਿਹਾ ਮੇਰਾ ਛੋਟਾ ਭਰਾ ਸੀ, ਠੀਕ ਆ, ਚਲੋ ਵਧੀਕੀਆਂ ਹੋ ਜਾਂਦੀਆਂ ਨੇ ਫਰਕ, 100 ਗੱਲਾਂ ਹੋ ਜਾਂਦੀਆਂ ਯਾਰ, 100 ਗੱਲਾਂ ਹੋ ਜਾਂਦੀਆਂ ਬਾਈ। ਵਿੱਚ ਬੰਦੇ ਨਾਂ ਨਹੀਂ ਲੈਂਦੇ, ਠੀਕ ਆ ਨਾ, ਵਿੱਚ ਬੰਦੇ ਉਹਨੂੰ ਪਰੀ ਕੱਢ ਦਿੰਦੇ ਆ, ਠੀਕ ਆ ਨਾ, ਇਹ ਚੀਜ਼ਾਂ ਨਾਲ ਤਾਂ ਸਗੋਂ ਤੁਹਾਡਾ ਪਿਆਰ ਵੱਧਦਾ। ਜੇ ਤੁਸੀਂ ਇੰਟਰਵਿਊ 'ਚ ਉਹ ਬੰਦੇ ਨੂੰ ਕਹਿੰਦੇ ਬਾਈ ਯਾਰ ਚਲੋ ਸਾਡਾ ਛੋਟਾ ਭਾਈ ਸੀ, ਅੱਜ ਫਰਕ ਪੈ ਗਿਆ, ਪੈ ਗਿਆ, ਸੋ ਜੋ ਬਾਅਦ ਦੀਆਂ ਗੱਲਾਂ ਨੇ, ਹੈ ਨਾ, ਇਸ ਗੱਲ ਨੇ ਮੈਨੂੰ ਬਾਈ ਦਾ ਬਹੁਤ ਚੰਗੀ ਲੱਗੀ ਗੱਲ, ਇਹ ਇੱਕ ਚੰਗੇ ਪਲੇਅਰ ਦਾ ਮੈਂ ਕਹੂੰਗਾ, ਹੈ ਨਾ, ਅਤੇ ਮੈਨੂੰ ਵਧੀਆ ਲੱਗੀ ਗੱਲ ਬਾਈ ਦੀ ਇਸ ਗੱਲੋਂ। ਅਤੇ ਹੋਰ ਬਾਈ ਕਬੂਤਰ ਕਿਤੋਂ ਆਏ ਹੁਣ? ਹੋਰ ਤਾਂ ਬਾਈ ਯਾਰ ਜਾਨਣ ਵਾਲੇ ਬਲਜੀਤ ਤੋਂ ਕਬੂਤਰ ਲਏ ਸੀਗੇ, ਲਾਲ ਕਲਾਂ ਵਾਲੇ ਤੋਂ, ਉਹਦੇ ਨਾਲ ਆਪਣੀ ਘਰ ਦੀ ਗੱਲ ਆ, ਆਪਣੇ ਕੋਲੋਂ ਲੈ ਵੀ ਜਾਂਦਾ ਅਤੇ ਲੈ ਵੀ ਜਾਈਦੇ ਬਾਈ ਬਲਜੀਤ ਲਾਲ ਕਲਾਂ। ਲਾਲ ਕਲਾਂ, ਓਕੇ, ਇਹਨਾਂ ਦੀ ਫਿਰ ਆਪਸ 'ਚ ਮਿਸਾਂ ਪਾ ਕੇ ਕਬੂਤਰ ਉਡਾਉਣ? ਮੰਨ ਲਾ ਆਪਦੇ ਕਬੂਤਰ ਨੇ ਜਿਹੜੇ ਸਾਡੇ ਮੇਰੇ ਕੋਲ, ਹੁਣ ਮੰਨ ਲਾ ਜਿਹੜੇ ਵੱਡੇ ਕਬੂਤਰ ਤਾਂ ਮੇਰੇ ਉਹਦੇ ਕੋਲ ਰਹਿ ਗਏ ਸੀਗੇ, ਜਿਹੜੇ ਮੇਰੇ ਕੋਲ ਪੱਠੇ ਛੱਡੇ ਛਡਾਏ ਰਹਿ ਗਏ ਸੀ, ਉਹ ਮੈਨੂੰ ਪਤਾ ਸੀ ਕਿਹੜੇ ਕਬੂਤਰ ਆ, ਮੈਂ ਉਹਨਾਂ ਨੂੰ ਸੈੱਟ ਕਰਕੇ ਅਤੇ ਉਹਨਾਂ ਦੇ ਬੱਚੇ ਬੱਚੇ ਕਢਾ ਕੇ ਯਾਨੀ ਕਿ ਉਹੀ ਵਧਾ ਲਏਗਾ। ਉੱਡੇ ਕਿਹੜੇ ਨੇ ਤੁਹਾਡੇ ਕੋਲ? ਸ਼ਾਖੇ ਉੱਡੇ ਨੇ, ਡੱਬੇ ਉੱਡੇ ਨੇ, ਕਿਹੜੇ ਚੰਗਿਆਂ 'ਚ, ਕਿਹੜਿਆਂ 'ਚ ਮੰਨਦੇ? ਮੇਰੇ ਕੋਲ ਜਿਹੜੇ ਕਾਕੇ ਵਾਲੇ ਲੋਕ ਕਹਿੰਦੇ ਉਹ ਵੀ ਫੁੱਲ ਉੱਡਦੇ ਆ, ਜਿਹੜੇ ਸ਼ਾਖ ਜਿਹੜੇ ਲੋਕ ਮੀਰਾਵ ਕਹਿ ਦਿੰਦੇ ਆ ਉਹ ਵੀ ਮੇਰੇ ਫੁੱਲ ਉੱਡਦੇ। ਮੀਰਾਵ ਤਾਂ ਹੱਸਦਾ ਬਾਈ ਤੂੰ, ਪਰ ਬਾਬਾ ਮੈਂ ਤਾਂ ਹੱਸਦਾ ਹੀ, ਬਾਬਾ ਮੀਰਾਵ ਦੇਖੇ ਨਹੀਂ ਬਾਈ ਯਾਰ, ਸ਼ਾਖ ਆ ਵੇ ਕਹਿੰਦੇ ਮੀਰਾਵ ਆ, ਇਹ ਗੱਲ ਹੈਗੀ ਆ ਬਾਈ, ਕਾਸਰਾ ਕਹਿਣਗੇ ਪੰਨੂ ਵਾਲਾ, ਹੈਗੀ ਆ ਗੱਲ, ਹੈਗੀ ਆ ਗੱਲ ਇਹ। ਆਪਾਂ ਬੰਦੇ ਬਾਈਆਂ, ਮੇਰੀ ਜੀ 44 ਸਾਲ ਦੀ ਉਮਰ ਹੋ ਗਈ, ਆਪਾਂ ਇਹ ਜਿਹੜੇ ਜਿਹੜੇ ਵੱਡੀਆਂ ਸ਼ਖਸੀਅਤਾਂ ਆਪਾਂ ਬਾਈਆਂ ਛੱਡ ਦੇ ਦੇਖੇ। ਜਸਵੀਰ ਬਾਦਲ ਸਾਡੇ ਏਰੀਏ 'ਚ ਆਇਆ ਸੀ ਘੋਰੇ ਵਾਲੇ, ਉਹ ਵੇਖਿਆ ਬਾਈਆਂ ਛੱਡਦਾ, ਬਾਬੇ ਧੰਨੇ ਹੋਣੀ ਜਿਹੜੇ ਜਿਹਨਾਂ ਦੇ ਬਾਹਲਾ ਨਾਂ ਫੇਮਸ ਹੋਏ ਆ, ਜਾਂ ਮੀਰਾ ਵਾ ਜਾਂ ਪੰਨੂ ਆ, ਆਪਾਂ ਬਾਈਆਂ ਛੱਡ ਦੇ ਦੇਖੇ। ਪੰਨੂ ਬਾਬਾ ਤਾਂ ਬਹੁਤ ਜ਼ਿਆਦਾ ਪੁਰਾਣਿਆਂ 'ਚ, ਹਾਂ, ਅਤੇ ਪਰ ਜਿਹੜਾ ਹੁਣ ਉਹਨਾਂ ਦਾ ਦੌਰ ਬਾਹਲਾ ਚੱਲਦਾ, ਜਿਹੜਾ ਅੰਕਾਲ ਸਰਾ ਕਬੂਤਰਾ ਪੰਨੂ ਵਾਲਾ ਕਹਿ ਦਿੰਦੇ ਆ, ਹੈਗੀ ਆ ਗੱਲ, ਹਾਂ, ਕੋਈ ਸ਼ੱਕ ਨਹੀਂ ਇਸ ਗੱਲ। ਹੋਰ ਬਾਈ ਕਿਹੜੇ ਕੋਈ ਚੰਗੇ ਫੇਵਰਟ ਕਬੂਤਰ ਹੈ ਕੁਛ ਵੀ ਜਿਹੜੇ ਤੁਹਾਡੇ ਨਿਗਾਹ 'ਚ ਹੁਣ ਵੀ ਆਹ ਕਬੂਤਰ ਬੜੇ ਚੰਗੇ ਨੇ ਆਪਣੇ ਫੇਵਰਟ? ਬਈ ਇੱਕ ਆਪਣੇ ਕੋਲ ਸ਼ਾਖੇ ਕਬੂਤਰ ਆ, ਉਹ ਕੱਕ ਵਾਲੇ ਕਬੂਤਰਾਂ 'ਚ ਹੀ ਆ ਜਾਂਦੇ ਆ, ਉਹ ਕਬੂਤਰ ਆਪਣੇ ਬਹੁਤ ਚੰਗੇ, ਉਹ ਕਹਿਰ ਨੂੰ ਹੀ ਰੱਖਿਆ ਡੇਟ ਛੱਡਣ ਨੂੰ, ਇਕੱਲੇ ਕਹਿਰ ਛੱਡਦੇ, ਇੱਕ ਸ਼ਾਖੇ ਦੂਸਰਾ ਵਾਲੇ ਆ, ਇੱਕ ਸ਼ਾਖੇ ਕਹਿਰ ਵਾਲੇ। ਆਪਾਂ ਨੇ ਇੱਕ ਸ਼ਾਖ ਹੀ ਕਬੂਤਰੀ ਛੱਡੀ ਸੀ ਸਲੀਣੇ ਪਿੰਡ, ਲੋਕਡਾਊਨ ਵਿੱਚ, ਗੁਰਪ੍ਰੀਤ ਬਾਈ ਦੇ ਪਿੰਡ, ਗੁਰਪ੍ਰੀਤ ਬਾਈ ਆ ਗਰਮੇਲ ਸਲੀਣਾ ਮੇਰਾ ਚੇਲਾ ਬੈਠਾ। ਅੱਛਾ ਬਾਈ, ਇਹਨਾਂ ਨੇ ਪਿੰਡ ਛੱਡੀ, ਹਾਂ,
62 ਕਬੂਤਰ ਉੱਡੇ ਸੀ 2000 ਐਂਟਰੀ ਨੇ। ਓਕੇ 5.5 ਮੇਰੀ ਇਕੱਲੀ ਰਹਿ ਗਈ ਸੀ। ਓਕੇ ਅਤੇ ਰਾਤ ਦੇ 10 ਵਜੇ ਤੀ ਉੱਡੀ ਸੀ ਫੁੱਲੇ ਇਕੱਲੀ ਰਹਿ ਕੇ ਮੈਂ। ਹਾਂ ਕਦੇ ਮੈਂ ਗੱਡੀ 'ਚ ਬਹਿ ਜਾਂਦਾ ਸੀ, ਹਾਂ ਕਦੇ ਉੱਤਰ ਜਾਂਦਾ ਸੀਗਾ, ਜਦੋਂ ਉੱਤੇ ਆ ਜਾਂਦੀ ਫਿਰ ਮੈਂ ਗੱਡੀ ਉੱਤਰ ਜਾਂਦਾ ਸੀਗਾ, ਹਾਂ ਵੀ ਬਾਗ ਹਿਲ ਚੱਲ ਗਏ, ਹਾਂ ਪਰ ਮੈਂ ਗਵਾ ਆਇਆ ਸੀ ਉੱਥੇ 5.5 ਘੰਟੇ ਦੀ। ਹਾਂ ਕਮਾਲ ਆ ਯਾਰ। ਅੱਛਾ ਉਹ ਕਿਹੜੇ ਸ਼ਾਹਖਾਂ 'ਚ ਸੀ? ਉਹ ਸ਼ਾਹਖਾਂ 'ਚ ਸੀ। ਹਾਂ ਉਹ ਕਾਕੇ ਵਾਲੇ ਅਤੇ ਜਿਹੜੇ ਸ਼ਾਹਖ ਸਾਡੇ ਦੁਸਰਾਂ ਵਾਲੇ ਉਹਨਾਂ 'ਚ ਮਿਲਾ ਕੇ ਬਣਾਏ ਆ। ਉਹ ਕਹਿਰ ਛੱਡ ਦਿੰਦੇ ਹਾਂ ਜਿਹੜੇ ਮੀਰ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੂੜੀ ਪੱਖੀ ਵਾਲੇ ਸਾਡੇ ਕੋਲ ਕਬੂਤਰੀ ਇੱਕ ਫੜੀ ਸੀ, ਉਹ ਸਾਡੇ ਦੁਸਰਾਂ ਵਾਲੇ ਬਾਈ ਜੂੜੀ ਵਾਲੀ, ਉਹਨਾਂ ਨੇ ਹੀ ਮੀਰ ਆ ਕਬੂਤਰ ਲਾਏ। ਉਹ ਤੁਸੀਂ ਦੂਸਰਾਂ 'ਚ ਰੱਖ ਲਏ? ਦੂਸਰਾਂ 'ਚ ਰੱਖ ਲੈਂਦੇ ਹੋ? ਹਾਂ। ਓਕੇ ਹੋਰ ਕੋਈ ਕਬੂਤਰ ਬਾਈ ਨਿਗਾ 'ਚ ਹੋਵੇ? ਇੱਕ ਆਪਣੀ ਨਾ ਬਾਈ ਜੀ ਮੱਝੂ ਕੀ ਬਾਜੀ ਉੱਡੀ ਸੀਗੀ। ਕਿਹੜੇ ਸੰਨ 'ਚ? ਬਾਜੀ ਤਾਂ ਹੋਊਗੀ 17-18 ਸੰਨ 'ਚ ਹੋਊਗੀ, ਪੱਕਾ ਯਾਦ ਤਾਂ ਨਹੀਂ ਗਾ। ਓਕੇ ਆਪਣੀ ਨਾ ਕਬੂਤਰੀ ਰਾਤ ਨੂੰ ਟਾਈਮ ਕਰਕੇ ਨਿੰਮ 'ਚ ਬਹਿ ਗਈ। ਓਕੇ ਸਾਨੂੰ ਪਹਿਲਾਂ ਲੱਭੇ ਪਹਿਲੇ ਦਿਨ? ਅੱਛਾ ਪਹਿਲਾਂ, ਸੋਰੀ। ਓਕੇ ਮੰਨ ਲਾ ਪਹਿਲਾਂ ਲੱਭੇ ਇਹਨਾਂ ਦੇ, ਮੁੜ ਕੇ ਸਾਨੂੰ ਪਿੰਡ ਦੇ ਬੰਦਿਆਂ ਨੇ ਕਿਹਾ ਵੀ ਨਿੰਮ 'ਚ ਕਬੂਤਰ ਬੈਠਾ ਹੈ ਵੀ ਤੁਹਾਡਾ। ਜਦੋਂ ਅਸੀਂ ਉੱਥੇ ਗਏ ਕੋਲੇ, ਉੱਥੋਂ ਦਾ ਇੱਕ ਸੁੱਖਾ ਮੱਝੂ ਕਹਿੰਦਾ ਨੰਬਰਦਾਰ ਆ ਮੁੰਡਾ ਆਪਣਾ ਸੱਜਣ ਮਿੱਤਰ ਬਹੁਤ, ਉਹ ਕਹਿੰਦਾ ਬਾਈ ਕਬੂਤਰੀ ਲਾ ਦਿੰਦਾ ਅਤੇ ਲਲਕਾਰਾ ਮਾਰਦੇ ਬੱਲੇ ਵੀ ਕੱਲ੍ਹ ਨੂੰ ਬਾਈ ਜਿੱਤ ਲਈ। ਅੱਛਾ ਮੈਂ ਵੀ ਕਬੂਤਰੀ ਲਾ ਦੇ ਮੈਂ ਬਾਈ ਜਿੱਤ ਲੂੰ ਕੱਲ੍ਹ। ਹਾਂ ਉੱਥੇ ਕੀਪੇ ਸੋਲ ਵਾਲੇ ਹੋਣੀ ਸੀਗੇ ਸਾਰੇ ਏਜੰਟ ਜੀ, ਜਿੰਨੇ ਖਿਡਾਰੀ ਸੀ ਨਾ ਪੰਜਾਬ ਦੇ, ਕਰੀਮ ਆਉਂਦੀ ਆ ਮੱਝੂ ਕੀ ਹੈਗੀ ਮੇਰੇ ਬਾਜੀ। ਹਾਂ ਪੂਰੀ ਟੌਪ ਦੀ ਬਾਜੀ ਕਰਾਉਂਦੇ ਸਾਰੇ ਮੱਝੂ ਕਾਲੇ ਕਾਲੇ ਹੋਣੀ ਕਰਤੇ ਹੋਣੀ, ਕੋਈ ਸ਼ੱਕ ਟੌਪ ਦੀ ਬਾਜੀ ਕਰਾਉਂਦੇ। ਹਾਂ ਮੈਨੂੰ ਕਹਿੰਦੇ ਬਾਈ ਲੜਕਰਾ ਮਾਰਦੇ ਵੱਡੀ ਨਾਲ, ਮੈਂ ਕਿਹਾ ਵੀ ਨਹੀਂ ਮਾਰਦੇ ਉੱਡੂ ਵੀ ਮੇਰੀ ਜ਼ਰੂਰ ਅਤੇ ਲਾ ਦਿਓ ਮੈਨੂੰ। ਹਾਂ ਜਦੋਂ ਉਹ ਲੱਗਾ ਨਾ ਬਾਈ ਲਾਉਣ, ਉੱਥੇ ਲੱਗੀ ਭੂੰੜ। ਓਕੇ ਅਤੇ ਉਹ ਭੂੰੜ ਲੜ ਗਏ ਉਹਦੇ ਕਬੂਤਰੀ ਦੀ, ਜਿਹੜੀ ਚੀਜ਼ ਮੈਂ ਮੰਗਾਂ ਮੈਨੂੰ ਉਹ ਚੀਜ਼ ਲੈ ਕੇ ਦੇ ਦੇਣ, ਢਾਂਗਾ ਮੈਂ ਮੰਗਿਆ ਬੱਕਰਾਂ ਵਾਲਾ, ਉਹ ਢਾਂਗਾ ਲਿਆ ਜੀ। ਓਕੇ ਜੇ ਪੌੜੀ ਮੰਗੀ ਪੌੜੀ ਲਿਆ ਦੇਣ, ਇੰਨੇ ਚੰਗੇ ਪਿੰਡ ਦੇ ਬੰਦੇ ਹੋ ਆਪ ਤਾਂ ਜਿਹੜਿਆ ਮੁੰਡਾ ਉਹ ਸੌਖਾ, ਉਹਨੇ ਮੇਰੀ ਕਬੂਤਰੀ ਲੱਗਣਾ ਲਾਉਣ ਅਤੇ ਥੱਲੇ ਡਿੱਗ ਪਈ ਮੇਰੇ ਪੈਰਾਂ 'ਚ, ਮੈਂ ਕਬੂਤਰੀ ਤਾਂ ਮਰ ਗਈ ਯਾਰ। ਮੈਂ ਚੱਕ ਲਈ ਉਹ ਚੱਕ ਲਈ ਤਾਂ ਕਬੂਤਰੀ ਜਿਉਂਦੀ ਸੀ, ਅਸੀਂ ਸਭੇ ਦੇ ਘਰੇ ਉੱਠ ਗਏ ਪਰਤੇ ਘਰੇ, ਉਹ ਕਹਿੰਦਾ ਵੀ ਆਹ ਡੱਠੇ ਪਏ ਆ ਮੰਜੇ ਸਾਰਾ ਕੁਝ ਮੇਰੇ ਕੋਲ ਦੇਸੀ ਸ਼ਰਾਬ ਹੈਗੀ ਆ, ਜਿਹੜਾ ਕੋਈ ਦੂਸਰ ਹੁੰਦੇ ਨੇ ਉਹਨੇ ਵਰਕ ਸਰ ਖਾਦਾ ਮੇਰੇ ਘਰੇ ਪਿਆ ਇੱਥੇ ਪਓ, ਕਹਿੰਦਾ ਮੇਰੇ ਪਲੇਅਰ ਬਹੁਤ ਤਕੜੇ ਨੇ। ਉਹਨਾਂ ਨੂੰ ਮੈਂ ਬਾਜੀ ਵੰਡੀ ਸੀਗੀ ਰੂਮੀ ਕਹਿਰ ਦੀ ਫਰਿੱਜ ਉਹਨਾਂ ਦੇ ਕਬੂਤਰ ਨਾਲ, ਉਹਨਾਂ ਨੇ ਆਪਣੀ ਤਾਂ ਸੱਜਣ ਤੱਕ ਬਾਈਆਂ ਬਾਈਆਂ ਛੱਡੀ ਦਿਆਂ ਕਰਕੇ, ਮੈਂ ਕਹਿੰਦਾ ਨਹੀਂ ਜਾਂਦੇ ਲੇਕ ਲੋਪੋ ਵਾਲੇ ਕੋਲੇ ਸਾਡੇ ਤਾਂ ਕਬੂਤਰੀ ਲੜ ਗਏ ਭੂੰਡ, ਉਹ ਨਿੱਕੇ ਨਿੱਕੇ ਕਾਲੇ ਜਿਹੇ ਹੁੰਦੇ ਜਿਹੜੇ ਨਹੀਂ ਖੱਟੇ ਭੂੰਡ ਲੜ ਗਏ ਜੀ ਵੱਡੇ। ਓਕੇ ਜਿਹੜੇ ਪ੍ਰਿੰਡ ਹੁੰਦੇ ਆ ਪਿੰਡ ਕਹਿੰਦੇ ਹੋ ਤੁਸੀਂ? ਹਾਂ ਅਸੀਂ ਕਿ ਸਾਨੂੰ ਪੈਟਰੋਲ ਦੇ ਰਹੇ ਹੋ ਮੋਟਰਸਾਈਕਲ 'ਚੋਂ ਕੱਢ ਕੇ, ਉਹਨਾਂ ਨੇ ਸਾਨੂੰ ਪੈਟਰੋਲ ਦੀ ਟਾਕੀ ਗਿੱਲੀ ਕਰਤੀ, ਚਾਨਣ ਨੂੰ ਮੈਂ ਕਿਹਾ ਤੂੰ ਇਹਦੇ ਲੱਤ ਮਲੀ ਚੱਲ ਪੈਟਰੋਲ ਵੀ ਟਾਕੀ ਮਲੀ ਚੱਲ, ਤਾਂ ਮੈਂ ਗੱਡੀ 'ਚ ਲਈ ਗਿਆ ਅਸੀਂ ਲੋਪੋ ਜਾ ਵੜੇ, ਲੋਪੋ ਜਾ ਕੇ ਅਸੀਂ ਕਬੂਤਰੀ ਨੂੰ ਸਾਂਭਿਆ ਸੁੰਭਿਆ, ਚਾਨਣ ਨੂੰ ਬਦਾਮ ਦੇ ਵੀ ਉਹ ਗਲੱਸ ਦੇ ਹੱਥਾਂ ਨੂੰ ਤੇਲ ਲੱਗਾ ਸੀ, ਉਹਨੂੰ ਮੈਂ ਕਿਹਾ ਵੀ ਤੂੰ ਨਾ ਉਹਨੂੰ ਹੱਥ ਲਾ ਅਤੇ ਮੈਂ ਉਹਨੂੰ ਦਿੰਦਾ ਬਦਾਮ ਦਊ, ਮੈਂ ਬਦਾਮ ਦੇ ਕੇ ਅਤੇ ਸੈੱਟ ਕਰਕੇ ਉਹਨੂੰ ਬਹੁਤਾ, ਉਹ ਲੱਤ ਲਾਉਣ ਲੱਗ ਗਈ। ਓਕੇ ਉਹ ਲੱਤ ਲਾਉਣ ਲੱਗ ਗਈ ਅਤੇ ਅਸੀਂ ਤੜਕ ਨੂੰ ਸੂਤ ਕਰਕੇ ਛੱਡਤੀ ਜਾ ਕੇ ਉੱਥੇ, ਉੱਡੀ ਜਾ ਗਰਮੀ ਥੋੜ੍ਹੀ ਜਿਹੀ ਪੈ ਗਈ ਬਾਜੀ, ਆਪਾਂ ਹੁਣ ਵੀ ਉਹਨਾਂ ਦੀ ਚਾਰ ਪਰਿਆਲ ਦੀ ਆਪਾਂ ਛੱਡਣੀ ਉੱਥੇ ਬਾਜੀ, ਫਿਰ ਜਾਣੀ ਕਿ ਇੰਨੇ ਕੁ ਬਾਜੀ ਸ਼ਰਾਉਂਦੇ ਹੁੰਦੇ ਆ, ਅਤੇ ਕਾਲੇ ਉਹਨਾਂ ਕੋਲ ਕਾਪੀ ਸੀਗੀ ਜੀ, ਅਤੇ ਮੈਂ ਉਹਨੂੰ ਕਾਲਾ ਕਾਲਾ ਕਿੱਥੋਂ ਦਾ? ਉੱਥੋਂ ਦਾ ਹੀ ਜਿਹੜਾ ਨੈਬ ਦਾ ਭਤੀਜਾ। ਓਕੇ ਮੱਝੂ ਕਹਿੰਦੇ ਮੁੰਡੇ ਆਪ ਹੀ ਕਾਪੀ ਫੜਦੇ ਹੁੰਦੇ ਆ, ਉਹ ਹੁਣ ਤਾਂ ਟੈਲਾ ਹੁੰਦਾ ਕਾਪੀ ਦੇ, ਟੈਲਾ ਹੀ ਬਾਜੀ ਬਹੁਤ ਵਧੀਆ ਕਰਾਉਂਦਾ ਹੈਗਾ ਬਾਈ। ਹਾਂ ਅਤੇ ਜਦੋਂ ਮੰਨ ਲਾ ਅਸੀਂ ਬੈਠੇ ਸਾਨੂੰ ਉਹ ਬੰਦਾ ਲੱਭਦਾ, ਫਿਰ ਬਾਬੇ ਘੋੜੇ ਵਾਲੇ ਦੇ ਘਰੇ ਬੈਠੇ ਜੋਰਾ ਸਿੰਘ ਦੇ, ਉੱਥੇ ਮੁੰਡਾ ਆ ਗਿਆ ਕਹਿੰਦਾ ਬਾਈ ਯਾਰ ਮੈਂ ਤੁਹਾਨੂੰ ਲੱਭਦਾ ਮੇਰੇ ਘਰੇ ਚਲੋ ਚਾਹ ਚੋ ਤੁਹਾਨੂੰ ਪਿਆਵਾਂ, ਇਹਨਾਂ ਦੀ ਰਾਤ ਨੂੰ ਕਬੂਤਰੀ ਫੜ ਕੇ ਸੁੱਕੇ ਨੇ, ਅਸੀਂ ਜਾ ਵੜੇ ਕਬੂਤਰ ਰਹੀ ਗਏ ਘਟੀ ਗਏ ਘਟੀ ਗਏ ਸਾਡੀ ਫਿਰੇ ਬਹੁਤ ਚੰਗੀ ਫਿਰੇ, ਚੰਨ ਨੇ ਮੈਥੋਂ 20 ਰੁਪਏ ਇੱਕ ਬਦਾਮ ਵੱਧ ਦਿੱਤਾ, ਮੈਂ ਨਹਾਉਣ ਲੱਗ ਗਿਆ ਕਹਿੰਦਾ ਦਿਨ ਛੀ ਪਊਗਾ। ਅੱਛਾ ਮੈਂ ਬਾਈ ਘਰੋਂ ਹੀ ਬਦਾਮ ਦੇ ਕੇ ਜਾਂਦਾ ਹੁੰਦਾ,
ਜਿੱਥੇ ਮਰਜ਼ੀ ਬਾਈ ਉੱਡੇ ਭਲਾ 5 ਕਿਲੋਮੀਟਰ ਉੱਡੇ ਭਲਾ 50 ਦੇ ਉੱਡੇ ਦੋਸਰ ਵਾਲੀ ਬਾਈ ਦੇ ਮੇਰੀ ਸੈੱਟ ਕਰਕੇ ਸੀ ਅਤੇ ਮੈਂ ਲੱਗ ਗਿਆ ਉਹਨਾਂ ਨੇ ਮੇਰੇ ਤੋਂ ਬਾਅਦ ਚੱਕ ਬਦਾਮ ਹੋਰ ਦਿੱਤਾ ਉਹ ਕਬੂਤਰੀ ਮੂਹਰ ਨੂੰ ਡਿੱਗਣ ਵਾਲੇ ਭੂੰਡ ਦੀ ਖੁੜਕ ਲੜਦੀ ਹੁੰਦੀ ਆਪਣੇ ਲੜੇ ਤੋਂ ਹੁੰਦੀ ਹੈ ਬਾਈ ਉਹ ਪੈਰ ਪਾਲੇ ਮੂੰਹ ਜੀ ਗੜੇ ਪਿੱਛੇ ਨਾਲੇ ਜਾਨਵਰ ਵੀ ਗੱਡਾ ਆਪਣੀ ਮਰਵਾਉਣ ਦੀ ਹੈ ਉਹ ਮੇਰੀ ਕਬੂਤਰੀ ਦਾ ਨਾਂ ਉਹਨਾਂ ਨੇ ਧਰਤਾ ਵੀ ਤਾਰਾ ਬਰਾੜ ਲੰਘਿਆ ਨਾ ਗੁਰੱਪਾ ਜਾਂਦੀ ਭੂੰਡਾਂ ਵਾਲੀ ਉੱਤੋਂ ਹੀ ਲੰਘੀ ਜਾਵੇ ਉਹ ਅਸੀਂ ਉਹ ਥੱਲੇ ਆਏ ਸਾਡੀ ਕਬੂਤਰੀ ਦਾ ਮੂੰਹ ਅੱਡਿਆ ਨੇਕ ਮੈਨੂੰ ਕਹਿੰਦਾ ਬਾਈ ਤਾਂ ਮੰਡੀ ਕਿਸੇ ਨਾ ਕਿਸੇ ਨਾ ਹਿੱਪੀ ਉਸਵਾਲ ਨਾ ਕਹਿੰਦਾ ਬਾਈ ਵੰਡ ਲਏ ਸਾਡੇ ਕੋਲ ਹਿੱਪੀ ਉਸਵਾਲ ਆ ਗਿਆ ਕਹਿੰਦਾ ਤਾਰੇ ਮੈਂ ਫੋਨ ਕਰਨ ਲੱਗਾ ਬੰਦ ਆਹ ਨੰਬਰ ਜਦੋਂ ਮਰਜ਼ੀ ਗੱਲ ਕਰਕੇ ਮੇਰੇ ਨਾਲ ਬਾਜੀ ਵੰਡ ਲਈ ਨੇਕ ਕਹਿੰਦਾ ਆਪਣੀ ਤਾਂ ਬਹਿ ਨਹੀਂ ਆ ਕਹਿੰਦਾ ਇਹਨਾਂ ਦਾ ਵੰਡ ਜੇ ਤੈਨੂੰ ਕਹਿ ਕੇ ਗਿਆ ਬਾਜੀ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਬਾਈ ਕਿਵੇਂ ਕਰਨੀ ਆ ਕਹਿੰਦਾ ਜਿਵੇਂ ਮਰਜ਼ੀ ਕਰ ਲਾ ਦੋ ਮੇਰੇ ਇੱਕ ਤੇਰਾ ਤਿੰਨਾਂ ਜੋਗੀ ਆਪਣੀ ਚਲੇਗਾ ਠੀਕ ਆ ਉਹ ਚੜ੍ਹਨ ਦੇ ਤਾਂ ਕਿਸੇ ਨੂੰ ਕੋਠੇ ਦੇ ਮੈਂ ਉਹਨਾਂ ਦੇ ਕੋਠੇ ਚੜ੍ਹ ਕੇ ਕੋਲੇ ਮੈਨੂੰ ਕਹਿੰਦੇ ਬਾਈ ਆ ਜਾ ਉਹਨਾਂ ਦੇ ਕੋਲੇ ਖੜਾ ਰਿਹਾ ਕਾਪੀ ਲੈਣ ਕੋਲੇ ਵੇਖੀ ਵੁਖੀ ਗਿਆ ਚੱਲੀ ਗਿਆ ਕੰਮ ਉਦੋਂ ਨੂੰ ਉੱਥੇ ਰੋਡਾ ਕੈਲੋਂ ਵਾਲਾ ਆ ਗਿਆ ਓਕੇ ਰੋਡਾ ਕੈਲੋਂ ਵਾਲਾ ਗਾ ਬਿੱਕਰ ਪੱਖੋ ਵਾਲਾ ਗਾ ਜੀਤੇ ਚੰਨ ਨਾਲ ਸਾਰੇ ਖਿਡਾਰੀ ਆ ਗਏ ਜੀ ਤੇ ਜੰਟੀ ਜੋਂਦ ਨੇ ਮੁੜਾ ਹੀ ਗੋਰੇ ਲਵਾਰੇ ਦਾ ਕਬੂਤਰ ਮੇਰਾ ਤਖਤਪੁਰੇ ਕੋਲੇ ਲਵਾਰਾ ਠੀਕ ਹੈ ਉਹ ਬਈ ਜਾਵੇ ਉਹਦਾ ਮੈਨੂੰ ਫੋਨ ਆਇਆ ਗੋਰਾ ਮੈਨੂੰ ਕਹਿੰਦਾ ਬਾਈ ਯਾਰ ਮੇਰਾ ਕਬੂਤਰ ਬਹਿੰਦਾ ਅੱਛਾ ਮੈਂ ਕਿਹਾ ਜੰਟੀ ਜੋਂਦ ਨਾਲ ਬਾਜੀ ਨਹੀਂ ਵੰਡਣੀ ਮੈਂ ਸਾਡੇ ਨੇ ਇਹ ਨਹੀਂ ਵੰਡਦਾ ਹੁੰਦਾ ਤੇ ਮੈਨੂੰ ਮੰਨਦਾ ਮੇਰਾ ਕਬੂਤਰ ਆ ਯਾਰ ਬਾਜੀ ਵੰਡ ਲਵੇ ਮੈਂ ਕਿਹਾ ਪਰ 6 ਜੀ ਵੰਡ ਲਓ ਯਾਰ ਓਕੇ ਮੈਂ ਕਿਤੇ ਬਾਹਰ ਕੱਢ ਕੇ ਬਾਜੀ ਨਹੀਂ ਵੰਡੀ ਬਾਈ ਘਾਟਾ ਪੈਂਦਾ ਬਹੁਤ ਵਧੀਆ ਗੱਲ ਹੈ ਮੈਂ ਕਿਹਾ 6 ਜੀ ਵੰਡ ਲਓ ਬਾਜੀ ਵੰਡ ਲਈ ਚਾਰ ਉਹ ਫਿਰ ਛਲੀ ਨਾਲ ਲਾਉਂਦੇ ਸਾਨੂੰ ਹਾਂ ਇਹ ਛਲੀ ਨਾਲ ਲਾਉਂਦੇ ਨੇ ਕੁਦਰਤ ਦੇ ਨਹੀਂ ਵੱਡਾ ਉਹਨਾਂ ਨੇ ਕੱਲੋ ਉਹਨਾਂ ਦੇ ਬਦਾਮ ਰੱਖੇ ਸੀ ਹਾਂ ਚੱਲੀ ਗਿਆ ਕੰਮ ਚੱਲੀ ਗਿਆ 3 ਕਬੂਤਰ ਰਹਿ ਗਏ ਬਾਈ 2 ਹੈਪੀ ਦੇ 1 ਮੇਰੀ ਰਹਿ ਗਈ 4 ਵਜੇ ਹਾਂ 3 ਬਹਿ ਗਏ ਹਾਂ ਉਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਇਹੀ ਦੇ ਨਾ ਕੁੜੀ ਨੂੰ ਕੂਲਰ ਤੇ ਸਾਨੂੰ ਕੂਲਰ ਦੇ ਦੀ ਕੌਣ ਕਹਿੰਦਾ ਇਹ ਜੀਤਾ ਚੰਨਣ ਵਾਲਾ ਤੇ ਹੈਪੀ ਉਸੋ ਵਾਲਾ ਵੀ ਵਿਆਹ 'ਚ ਦੇਣਾ ਤੇ ਤੈਨੂੰ ਪੈਸੇ ਦੇ ਦਿਆਂਗੇ ਮੈਂ ਯਾਰ ਜੇ ਕੁੜੀ ਦੇਣਾ ਤੇ ਉਹੀ ਲੈ ਲਓ ਕੂਲਰ ਉਹੀ ਲੈ ਲਓ ਉਹ ਕਹਿੰਦੇ ਨਹੀਂ ਯਾਰ ਤੈਨੂੰ ਪੈਸੇ ਦੇਵਾਂਗੇ ਅਸੀਂ ਸ਼ਾਬਾਸ਼ ਦੇਵਾਂਗੇ ਵੀ ਤੈਨੂੰ ਅੱਧੇ ਵੀ 3 ਫਿਰਦੇ ਆ ਮੰਨ ਲਓ 3 ਸੇ ਨਹੀਂ ਪਾਉਂਦੇ ਤੈਨੂੰ ਅੱਧੇ ਪੈਸੇ ਦੇ ਦਿਆਂਗੇ ਮੈਂ ਯਾਰ ਜਿਵੇਂ ਮਰਜ਼ੀ ਕਰ ਲਓ ਬਾਈ ਯਾਰ ਛਤਰੀਆਂ ਲਾਈਏ ਛਤਰੀ ਉਹ ਲਾਉਣ ਨਾ ਦੇਣ ਉਹ ਪੈਰ ਲਵਾ ਕੇ ਉਹ ਕਹਿੰਦੇ ਵੀ ਅਸੀਂ ਤਾਂ ਪੈਰ ਲਵਾਉਣਾ ਇਹਦਾ ਰਿਕਾਰਡਿੰਗ ਪਾਉਣੀ ਆ ਵੀ ਕਿਹੜਾ ਪਹਿਲਾਂ ਨੰਬਰ ਤੇ ਆਇਆ ਕੱਲਾ ਰਿਹਾ ਸਹੀ ਆ 5 ਵਜੇ ਬਾਈ 2 ਰਹਿ ਗਿਆ ਇੱਕ ਉਹਨਾਂ ਦਾ ਬਹਿ ਗਿਆ ਮੇਰੀ ਭੁੰਡਾਂ ਵਾਲੀ ਐਂ ਪਰੇ ਚਪਾਟੇ ਭਰਦੀ ਯਾਰ ਮੇਰੇ ਨੀਵੇਂ ਉੱਡਦੇ ਆ ਬਹੁਤ ਕਬੂਤਰ ਬਾਈ ਤੇ ਲੋਕਾਂ ਨੂੰ ਐਂ ਲੱਗਦਾ ਵੀ ਬਹਿ ਜਾਣਗੇ ਬਹਿੰਦੇ ਨਹੀਂ ਮੇਰੇ ਨੀਵੇਂ ਨਹੀਂ ਉੱਡੀ ਜਾਂਦੇ ਲਾਟ ਤੇ ਜਾ ਕੇ ਕਹਿੰਦੇ 2 ਟਾਈਮ ਕਰ ਗਏ ਮੈਂ ਹੁਣ ਕਿਵੇਂ ਕਰੋਗੇ ਜਿਹੜਾ ਪਹਿਲਾਂ ਬੈਠੂਗਾ ਉਹ ਹਰ ਗਿਆ ਜਿਹੜਾ ਮਗਰੋਂ ਬੈਠਾ ਜਿੱਤ ਗਿਆ ਛਤਰੀ ਨੀਲੀ ਲਾਈ ਸਾਡੀ ਨੀਲੀ ਛਤਰੀ ਦੀ ਜੋ ਛਤਰੀ ਲਾਈ ਚੰਨ ਨੇ ਚੱਕੀ ਉਹਨਾਂ ਸਾਡੀ ਛਤਰੀ ਦੇ ਕਬੂਤਰ ਬਹਿ ਗਿਆ ਓਕੇ ਸਾਡੀ ਰਹਿ ਗਈ ਇਕੱਲੀ ਉਹ ਕਹਿੰਦੇ ਤਾਰਾ ਬਰਾੜ ਲੰਘਿਆ ਨਾ ਗੁਰੱਪ ਭੂੰਡਾਂ ਵਾਲੀ ਆ ਫਿਰਦੀ ਬਾਈ ਇਕੱਲੀ ਰਹਿ ਗਈ ਤਾਰੇ ਦੀ ਇਹਨੂੰ ਦੇਣਾ ਸੀ ਕੂਲਰ ਸਾਡੀ ਰਾਤ ਨੂੰ ਫਿਰ ਗਵਾਚ ਗਈ ਓਏ ਹੋਏ ਅੱਛਾ ਫਿਰ ਸਾਨੂੰ ਉਸੇ ਕਿੰਨਾ ਟਾਈਮ ਉੱਡੀ ਬਹੁਤ ਚਿਰ ਨੇਰੇ ਤੱਕ ਰੋਡਦੀ ਰਹੀ 7:30 ਦਾ ਕਰਾਇਆ 5:50 ਤੇ ਟਾਈਮ ਹੋ ਗਿਆ ਛਤਰੀ ਲੱਗੀ ਕਬੂਤਰ ਉਹਦੀ ਬਹਿ ਗਿਆ ਸਾਡੀ ਇਕੱਲੀ ਰਹਿ ਗਈ ਹਨੇਰਾ ਫਿਰ ਕੀਤਾ ਉਹਨੇ ਓਕੇ ਹਨੇਰਾ ਕਰਕੇ ਰਾਤ ਨੂੰ ਕੋਠੀ ਤੇ ਬਹਿ ਗਈ ਸਾਨੂੰ ਦਿਖਾਵੇ ਨਾ ਉਹੀ ਮੁੰਡੇ ਨੇ ਸੁੱਖੇ ਨੇ ਫਿਰ ਸਾਨੂੰ ਕਿਹਾ ਵੀ ਤੁਹਾਡੀ ਬਾਈ ਕਬੂਤਰੀ ਲਾਈ ਜਾਂਦੇ ਆ ਬੰਦੇ ਥੱਲੇ ਦਾ ਆਏ ਕੋਠੀ ਤੇ ਦਾਦਾ ਭੱਜ ਗਿਆ ਪਰ ਅਸੀਂ ਪਰਤੇ ਨੂੰ ਫੋਨ ਲਾ ਕੇ ਸੱਦਿਆ ਉਹ ਬੰਦੇ ਤਾਂ ਲੈ ਕੇ ਬਹਿ ਗਏ ਕਬੂਤਰੀ ਓਹੋ ਅੱਛਾ ਫਿਰ ਥੱਲੇ ਉਹਨਾਂ ਨੇ ਤਾਰਕ ਨੂੰ ਕਬੂਤਰੀ ਫੜਾ ਦੀ ਸੁੱਖਾ ਹੀ ਪਾਰ ਕਰ ਗਿਆ ਹਾਂ ਹੁਣ ਉਹ ਕਬੂਤਰੀ ਕਰਨ ਰਾਏ ਦੇ ਘਰੇ ਆ ਮੰਗੇ ਬੱਚੀ ਪਿੰਡ ਦੇ ਇਹਨਾਂ ਨੂੰ ਸਾਰੇ ਕਬੂਤਰ ਦੇ ਦਿੱਤੇ ਆਪਾਂ ਆਪਣੇ ਭਰਾ ਇਹਦੇ ਯਾਰ ਕੀ ਜਿੱਤੇ ਕਬੂਤਰ ਆ ਸਾਰੇ ਇਹਨਾਂ ਕੋਲੇ ਜਾ ਰਹੇ ਹੈ ਕਿਹੜੇ ਤੁਸੀਂ ਉਹ ਮੀਰ ਆਫ ਸੀ ਪਿਆਰਾਂ ਚੋਂ ਜਾਂ ਬਈ ਉਹੀ ਗੱਲ ਆ ਗਈ ਸ਼ਾਹ ਆਖੇ ਆਪਾਂ ਕਹਿ ਦਿੰਦੇ ਮੀਰ ਆਫ ਆ ਤੇ ਪਰ ਹੈ ਸ਼ਾਹ ਆਖੇ ਪਤਾ ਨਹੀਂ ਕਿਹੜੇ ਆ ਯਾਨੀ ਕਿ ਸਹੀ ਮੁੱਢ ਚੱਲਿਆ ਜੂੜੀ ਤੋਂ ਪੱਖੀ ਵਾਲੇ ਨੂੰ ਸਹੀ ਪੱਖੀ ਵਾਲਾ ਸੀਨੀਅਰ ਪਲੇਅਰ ਆ ਬਈ ਕਈ ਲੋਕਾਂ ਨੇ ਨਹੀਂ ਨਾਂ ਸੁਣਿਆ ਹੋਣਾ ਉਹਦਾ ਜੂੜੀ ਪੱਖੀ ਵਾਲਾ ਬਹੁਤ ਸੀਨੀਅਰ ਸਤਿਕਾਰਯੋਗ ਪਲੇਅਰ ਸੀਗਾ ਬਹੁਤ ਸੀਨੀਅਰ ਪਲੇਅਰ ਜੂੜੀ ਪੱਖੀ ਵਾਲਾ ਉਹਦੇ ਕਬੂਤਰ ਵੀ ਬਹੁਤ ਮਸ਼ਹੂਰ ਆ ਉਹਦੇ ਉਹਦੇ ਪੱਕਬੂਤਰੀ ਫੜ ਲਈ ਸ਼ਾਹ ਆਖੇ ਉਹਦੇ ਸਾਡੇ ਜਿੰਨੇ ਕਬੂਤਰਾਂ ਨਾਲ ਅਸੀਂ ਲਾਏ ਆ ਅਸੀਂ ਲੋਕਾਂ ਤੋਂ ਲੈ ਕੇ ਆਏ ਆ ਮੀਰ ਆ ਕਬੂਤਰ ਕਰਕੇ ਉਹਦੇ ਨਾਲ ਲਿਆ ਕੇ ਲਾ ਆਉਂਦੇ ਸੀਗੇ 7-8 ਕਬੂਤਰਾਂ ਨਾਲ ਲਾਈ ਅਸੀਂ
ਹੁਣ ਚਾਰਾਂ ਦੇ ਖੁੱਡੇ ਰਹਿ ਗਈ ਕਬੂਤਰੀ, ਯਾਨੀ ਕਿ ਸਾਰੇ ਨਹੀਂ ਉਹਦੇ ਬੱਚੇ ਉੱਡੇ। ਇਹ ਤਾਂ ਤੁਹਾਡੇ ਬੰਨਿਓ ਤਾਂ ਮਤਲਬ ਉਹ ਜੂੜੀ ਬੰਨਿਓ ਆਇਆ ਵਿਆ ਉਹ ਇੱਕ ਕਬੂਤਰੀ ਜੂੜੀ ਦੀ ਫੜੀ ਸੀ, ਕਬੂਤਰ ਸਾਰੇ ਅਮੀਰ ਰਾਵਲ ਆਏ ਓਕੇ ਦੀਨੇ ਮਟੀਰੀਅਲ ਤੋਂ ਆ ਗਿਆ ਤੇ ਇੱਕ ਉੱਥੋਂ ਦਾ ਮੁੰਡਾ ਦੂਜਾ ਦਾ ਫੀਰਾ ਸੰਧੂ ਖੁਰਦ ਉਹਦੇ ਕੋਲੋਂ ਕਬੂਤਰ ਲਿਆਂਦਾ ਮੈਂ ਤੇ ਰਾਣੇ ਮੋੜਕਾ ਆਇਆ ਸਾਰੇ ਮਾਲਾ ਲਾ ਲਾ ਕੇ ਉਹਨਾਂ ਨਾਲ ਅਸੀਂ ਮਾਲਾ ਉਹੀ ਬਣਾਈ ਆ। ਉਹ ਫੀਰੇ ਤੋਂ ਲਿਆਂਦੇ ਸੀ ਕਿ ਫੀਰੇ ਤੋਂ ਲਿਆਂਦੇ? ਨਹੀਂ ਨਹੀਂ ਫੀਰੇ ਤੋਂ, ਫੀਰੇ ਬਾਈ ਤੋਂ ਲਿਆਂਦੇ। ਹਾਂ ਬਿਲਕੁਲ ਸਹੀ, ਉਹ ਵੀ ਸ਼ਾਹ ਆਖੇ ਹੋਣਗੇ। ਨਹੀਂ ਉਹ ਸ਼ਾਹ ਆਖਾ ਜੀ ਉਹ ਦੀਨੇ ਮਟੀਰੀਅਲ ਦੇ ਘਰੋਂ ਆਇਆ ਸੀ, ਦੀਨੇ ਨੇ ਲਿਆ ਸੀ ਲੱਭੇ ਮੂੰਹ ਤੋਂ ਕਬੂਤਰ, ਉਹਦਾ ਪੁੱਤ ਨੂੰ ਸਿੱਧਾ ਦੇ ਦਿੱਤਾ ਜਾਂਦਾ ਨੇ। ਅੱਛਾ ਉਹ ਉਦੋਂ ਉਧਰੋਂ ਆਇਆ ਤੁਹਾਡੇ ਕੋਲ? ਹਾਂ ਸ਼ਾਹ ਆਖਾ ਜੀ। ਬਾਅਦ 'ਚ ਮੈਨੂੰ ਮੋੜਤਾ ਸੀ ਉਹਦੇ ਆਪਣੇ ਕੋਲ ਜਿੱਤਿਆ ਮੋਟਰਸਾਈਕਲ ਝਤਰੇ ਪਿੰਡ ਆ ਬਾਈ ਦਾ ਪੱਲਾ ਝਤਰੇ ਜਿੰਨੀਆਂ ਬਾਈਆਂ ਮੈਂ ਛੱਡੀਆਂ ਝਤਰਿਆ ਤੋਂ ਕਦੇ ਮੈਂ ਬਾਜੀ ਨਹੀਂ ਹਾਰੀ। ਇੱਥੇ ਵੀ ਮੈਂ ਲਾਲਾ ਬਾਜੀ ਵਧੀਆ ਹੁੰਦੀ ਆ ਬਾਈ ਤੁਹਾਡੇ ਵਿੱਚ? ਸੱਟ ਮੈਂ ਹੀ ਕਰਾਉਣਾ ਬਾਜੀ। ਹਾਂ ਹੁਣ ਅਸੀਂ ਗੱਡੀ 'ਤੇ ਨਹੀਂ ਆ, ਤੁਸੀਂ ਵੀ ਬਾਜੀਆਂ ਬਹੁਤ ਚੰਗੀਆਂ ਕਰਾਉਣੇ। ਹਾਂ ਅਸੀਂ ਜਿੰਨੀਆਂ ਜਾਣੀ ਕਿ ਸਾਡੇ ਤਿੰਨ ਜ਼ਿਲ੍ਹੇ ਸੀ ਮਾਲਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ। ਹਾਂ ਅਸੀਂ ਘੱਟ ਐਂਟਰੀ 'ਤੇ ਵੱਡੇ ਨਾਮ ਦਿੱਤੇ ਆ। ਜੇ ਬਹੁਤ ਸ਼ਾਬਾਸ਼ ਵਾਲੀ ਗੱਲ ਹੈ। ਬਾਜੀਆਂ ਪੂਰੀ ਜਿਹੀਆਂ ਪਿਛਲੇ ਸਾਲ ਸਾਡੀ ਥੋੜ੍ਹੀ ਜਿਹੀ ਸਾਡੇ ਕੋਲੋਂ ਕੰਪਲੇਂਟ ਇੱਕ ਹੋ ਗਈ ਸਿੰਘਪੁਰੇ ਮੁੰਦਨ, ਲੌਂਗੀ ਮੰਡਲ ਦੀ ਕਬੂਤਰੀ ਸੀ ਪੁਲਿਸ ਗਏ ਜੀ ਟਾਈਮ ਤੋਂ ਬਾਅਦ ਆ ਗਈ। ਜਿਹੜਾ ਮੁੰਡਾ ਘਰ ਵਾਲਾ ਸੀਗਾ ਸਾਡਾ ਰਿਸ਼ਤੇਦਾਰ ਉਹਦਾ ਮੁੰਡਾ ਆ, ਮੁੰਡਾ ਕੈਨੇਡਾ ਉੱਠ ਗਿਆ ਬੂਟਾ ਸਿੰਘਪੁਰਾ ਮੁੰਦਨ, ਉਹ ਕਹਿੰਦੇ ਯਾਰ ਤਾਂ ਆਈ ਹੈ ਸ਼ਾਮਿਲ ਕਰ ਲਓ। ਰਮਣੇ ਕੋਲੇ ਕਾਪੀ ਸੀਗੀ ਅਸੀਂ ਸ਼ਾਮਿਲ ਕਰ ਲਈ, ਸਾਡੀ ਉੱਥੇ ਲੜਾਈ ਹੋ ਗਈ ਵੀ ਇਹਨਾਂ ਨੇ ਨਜਾਇਜ਼ ਕਰ ਲਈ ਗਲਤ ਕਰਤਾ ਜੀ ਫੋੜ ਇਹਨੂੰ ਦਿੱਤਾ ਸੀਗਾ, ਬਾਜੀ ਨੀ ਹੋਈ ਸੀ, ਐਂਟਰੀਆਂ ਉਹਦੀਆਂ ਆਈਆਂ ਵਾਂ। ਹੁਣ ਸਾਡੀ 24 ਮਈ ਦੀ ਬਾਜੀ ਫੇਰ ਆ, ਜਿਆਦਾ ਗੱਡੀ ਦੇਵਾਂਗੇ ਟ੍ਰੈਕਟਰ ਦੇਵਾਂਗੇ, 3200 ਰੁਪਏ ਦੇਵਾਂਗੇ। ਹਾਂ 3200 ਰੁਪਏ ਐਂਟਰੀ ਆ। ਇਹ ਵੀ ਤੁਹਾਡੀ ਸਾਹਿਬ, ਹਾਂ ਅਸੀਂ ਮੰਨ ਲਓ ਜੀ 2000 'ਚ ਟ੍ਰੈਕਟਰ ਅਤੇ ਗੱਡੀਆਂ ਇਹ ਇਨਾਮ ਦਿੱਤੇ ਆ, ਕੋਈ ਪੈਸਾ ਨਹੀਂ ਕੱਟਿਆ ਅਸੀਂ ਤਾਂ। ਆਪਾਂ ਤਾਂ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ ਵੀ ਬਾਜੀ ਜੇ ਪੈਸੇ ਨੇ ਵਿੱਚੋਂ ਕੱਟੋ, ਭਲਾ ਕਾਪਲੀ ਬਾਜੀ ਕਰਾ ਦਿਓ, 1500 ਮੀਟਰ ਰੱਖ ਦਿਓ, 1200 ਮੀਟਰ ਰੱਖ ਦਿਓ, ਵਿੱਚੋਂ ਪੈਸੇ ਕੱਟ ਕੇ ਨਾਮ ਨਾ ਦਿਓ। ਬਿਲਕੁਲ ਉਹ ਬਾਜੀ ਕਾਹਦੀ ਜਿਹੜੇ ਵਿੱਚੋਂ ਕੱਟ ਕੇ ਨਾਮ ਦਿੱਤਾ ਬਾਈ ਯਾਰ, ਵਿੱਚੋਂ ਨਾਮ ਆਈਡੀ ਨਹੀਂ ਬਣਦਾ ਬਾਈ। ਹਾਂ ਪਹਿਲਾਂ ਹੀ ਰੌਲਾ ਪੈ ਜਾਂਦਾ ਵੈਸੇ ਤਾਂ। ਹਾਂ ਸਾਡੇ ਭਰਾ ਬੈਠੇ ਆ ਬਾਹਰ ਕੈਨੇਡਾ ਹੀ, ਕਾਲਾ ਕੈਨੇਡਾ ਆਲਮਾਲਾ, ਬੂਟਾ ਕੈਨੇਡਾ ਆਲਮਾਲਾ, ਉਹਨਾਂ ਦੀ ਆਪਾਂ ਨੂੰ ਫੁੱਲ ਅਥੋਰਟੀ ਆ। ਉਹ ਕਹਿੰਦੇ ਵੀ ਯਾਰ ਕਿਹੜੀ 24 'ਚ ਮੰਨ ਲਓ ਉਹਨਾਂ ਤੋਂ ਪੈਸੇ ਲਏ ਸੀ ਗੱਡੀ ਲਈ ਸੀ, ਕਹਾਂ 25 'ਚ ਨਵੀਂ ਚੀਜ਼ ਦੇਵਾਂਗੇ ਦੇਵਾਂਗੇ ਜੀ ਵੱਡੀ, ਸਾਨੂੰ ਆਰਡਰ ਕਰੀ ਬਾਜੀ ਛਿੜਾ ਲਈ, ਜੇ ਲੋਕ ਸਾਡੇ ਨਾਲ ਸਹੀ ਚੱਲਣਗੇ 24-4 ਕਿ ਹੁਣ 22-23 ਕਰਾਉਣੀ ਆ, ਸਾਡੀ ਬਾਜੀ ਇੱਕ ਨੰਬਰ ਹੋ ਗਈ, ਪਰ ਉਹ ਨਵਾਂ ਨਾਮ ਹੋਊ ਵੱਡਾ ਹੋਊਗਾ। ਇਹ ਬਾਹਰਲੇ ਜਿਹੜੇ ਮੁੰਡੇ ਨਾ, ਬਾਹਰਲੇ ਪਲੇਅਰ ਜਾਂ ਆਪਣੇ ਜਿਹੜੇ ਮੁੰਡੇ ਬਾਹਰਲੇ ਸ਼ੌਂਕ ਕਰਦੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਕਬੂਤਰਬਾਜ਼ੀ ਨੂੰ। ਹਾਂਜੀ ਅਤੇ ਐਡਾ ਦਿਲ, ਅਸਲ 'ਚ ਮੈਂ ਇੱਕ ਵੀਰ ਦੀ ਹੈਰੀ ਨੰਗਲ ਦੀ ਵੀਡੀਓ ਕਰੀ ਸੀ, ਉਹਦੀ ਵੀਡੀਓ 'ਚ ਪਤਾ ਲੱਗਿਆ ਬਾਈ, ਅਤੇ ਉਹ ਵੀਡੀਓ 'ਚ ਵੀ ਗੱਲ ਕਰੀ, ਇਸ ਵੀਡੀਓ 'ਚ ਵੀ ਕਹਿੰਦੇ ਵੀ ਧੰਨ ਆ ਜਿਹੜੇ ਬਾਹਰਲੇ ਬੰਦੇ ਬਾਈ ਬਾਜ਼ੀਆਂ ਉੱਧਰ ਕਬੂਤਰ ਛੱਡਦੇ ਨੇ ਜਾਂ ਬਾਜ਼ੀਆਂ ਛੱਡਦੇ ਨੇ, ਇੰਨੇ ਰੁਝੇਵਿਆਂ 'ਚੋਂ ਨਿਕਲ ਕੇ ਯਾਰ ਬੰਦੇ ਇੱਧਰ ਵੀ ਜ਼ੋਰ ਲਾਉਂਦੇ ਆ। ਆ ਬਾਈ ਨੇ ਵੀ ਜ਼ਿਕਰ ਕੀਤਾ ਬਾਹਰਲੇ ਬੰਦਿਆਂ ਦਾ, ਚਲੋ ਮੈਂ ਵੀਰਾਂ ਨੂੰ ਜਾਣਦਾ ਤਾਂ ਨਹੀਂ ਪਰ ਐਂ ਵੀ ਬਾਹਰਲੇ ਬੰਦਿਆਂ ਕਰਕੇ ਬਹੁਤ ਜ਼ਿਆਦਾ ਉੱਪਰ ਚੱਕੀ ਗਈ ਆ ਕਬੂਤਰਬਾਜ਼ੀ। ਇੱਕ ਆ ਕੁੱਪ ਵਾਲੇ ਬਾਜ਼ੀ ਕਰਾ ਰਹੇ ਆ, ਲੀਗ ਕਰਾ ਰਹੇ ਆ, ਇਹ ਚੀਜ਼ਾਂ ਜਿਵੇਂ ਬਾਈ ਕਹਿੰਦਾ ਵੀ ਛੋਟੇ ਮੁੱਢ 'ਤੇ ਅਸੀਂ ਵੱਡੇ ਨਾਮ ਦਿੰਦੇ ਹਾਂ ਨਾ, ਉਹ ਬਾਈ ਬਹੁਤ ਸ਼ਾਬਾਸ਼ ਵਾਲੀ ਗੱਲ ਹੈ। ਇਹਨੂੰ ਚੱਕਣਾ ਆਪਣਾ ਕੰਮ ਆ ਕਬੂਤਰਬਾਜ਼ੀ ਨੂੰ, ਨਾ ਕਿ ਡੋਬਣਾ, ਹੈ ਨਾ, ਉਹ ਚੀਜ਼ ਜ਼ਰੂਰ ਯਾਰ ਵੀਰੇ ਗੌਰ ਕਰਿਆ ਕਰੋ, ਸਾਰਿਆਂ ਨੂੰ ਬੇਨਤੀ ਹੈ ਇਹ। ਅਤੇ ਹੋਰ ਬਾਈ ਕੋਈ ਕਬੂਤਰ ਤਾਂ ਨਹੀਂ ਨਿਗਾਹ 'ਚ, ਕੋਈ ਹੋਰ ਜੇ ਭੁੱਲੇ ਤਾਂ ਨਹੀਂ ਕੋਈ ਕਬੂਤਰ? ਤਾਂ ਬਾਈ ਸਾਡਾ ਇੱਕ ਹੋਰ ਸੀਗਾ ਝਤਰੇ ਪਿੰਡ ਹੀ ਉੱਡਿਆ, ਦੱਸੋ, ਫੋੜੇ ਹੋ ਗਏ ਸੀਗੇ ਪੈਰਾਂ 'ਤੇ ਅਤੇ ਕਬੂਤਰ ਛੱਡਤਾ ਜੀ ਇੱਥੇ ਲਿਜਾ ਕੇ, ਅਤੇ ਬੜੇ ਬੜੇ ਵੱਡੇ ਫੋੜੇ ਸੀ, ਗਰਮੀ ਦੀ ਬਾਜੀ ਸੀ ਬੱਲੇ। ਅੱਛਾ ਉਹ ਜੂੜ ਮਾਰੇ ਪਾਣੀ 'ਤੇ ਲੈ ਕੇ ਖੋਲ੍ਹ ਦੇਵੇ। ਹਾਂ ਅਤੇ ਮੇਰੇ ਨਾਲ ਤਾਂ ਬੰਦਾ ਘਰੇ ਕਬੂਤਰ ਸਾਂਭਦਾ ਜੀ, ਮੈਂ ਕਿਹਾ ਤੂੰ ਨਾ ਬਾਜੀ 'ਤੇ ਹੀ ਆਪਣਾ ਤਾਂ ਬਹਿ ਨਾ, ਦਿਲ ਕਿਵੇਂ ਪੈ ਗਿਆ ਪਹਿਲਾਂ ਤਾਂ ਫੋੜੇ ਦਾ ਛੱਡਣ ਵਾਲਾ, ਉਹ ਦੱਸੋ ਬਾਈ ਜੀ। ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ,
ਜਿਹੜਾ ਆਪਣੇ ਘਰੇ ਬੱਚਾ ਨਿਕਲਿਆ ਆ ਜਿਹੜਾ 12 ਵਜੇ ਆ ਗਿਆ ਅਸੀਂ 22 ਛੱਡਣੇ ਅਸੀਂ ਸਭ ਤੋਂ ਵੱਧ ਬਾਈਆਂ ਛੱਡਦੇ ਲੰਬੀਆਂ ਛੱਡਦੇ ਹਾਂ ਹੁਣ ਸਾਡੀ ਇੱਕ ਇਹਨਾਂ ਨੇ ਛਡਾਉਣੀ 1 ਮਾਰਚ ਨੂੰ ਬਾਜੀ ਸਟਾਰਟਿੰਗ ਸਾਡੇ ਕੋਲ 4 ਕਬੂਤਰ ਘਰੇ ਉੱਡੀ ਜਾਂਦੇ ਬਦਾਮ 1 ਮਾਰਚ ਨੂੰ ਛੱਡ ਦੇਣੀ ਹੈ ਬਾਈ ਸਾਡੇ 4 ਕਬੂਤਰ ਤਿਆਰ ਤੇ ਜਾ ਕੇ ਅਸੀਂ ਅਕਤੂਬਰ ਚ ਛੱਡਣਾ ਜੀ ਖਰਾਬ ਕਰਦੇ ਆ ਉਦੋਂ ਹਟਣਾ ਛੱਡਣਾ ਕਿੰਨੇ ਕੁ ਬਾਜੀ ਛੱਡ ਸਕਦੇ ਹਾਂ ਬਾਈ ਕਬੂਤਰ ਨੂੰ ਅਸੀਂ ਤਾਂ ਬਾਈ 5-6 ਦਿਨ ਕਰ ਗਵਾਜਦਾ ਨੀ ਛੱਡੀ ਜਾਂਦੇ ਤਜਰਬੇ ਨਾਲ ਛੱਡ ਸਕਦੇ ਆ ਜਾਂ ਕਬੂਤਰੀ ਵੀ ਛੱਡ ਹੀ ਸਕਦੇ ਆ ਕਬੂਤਰੀ ਤਜਰਬਾ ਵੀ ਹੁੰਦਾ ਹੋ ਜਾਂਦਾ ਨਾਲ ਦੀ ਨਾਲ ਜਿਵੇਂ ਐਕਸਪੀਰੀਅੰਸ ਹੋਈ ਜਾਂਦਾ ਪਰ ਕਬੂਤਰ ਮੁੜ ਕੇ ਗੱਜੀ ਜਾਂਦਾ ਬਾਅਦ ਚ ਮੁੜ ਕੇ ਟਾਕੀ ਪੈ ਜਾਂਦੀ ਉੱਡਣ ਦੀ ਉਹਨਾਂ ਉੱਡ ਕੇ ਪੈ ਜਾਂਦਾ ਠੀਕ ਛੱਡ ਦਿੰਦੇ ਇਹਨਾਂ ਤਾਂ ਉੱਡਣ ਵਾਲਾ ਜਾਨਵਰ ਹੈ ਵੈਸੇ ਇਹ ਤਾਂ ਪਰਮਾਤਮਾ ਬੰਨੂ ਵੀ ਇਹਨਾਂ ਨੂੰ ਕਹੀਂ ਸਾਡੇ ਕਬੂਤਰ ਘਰੇ ਥੋੜੇ ਉੱਡਦੇ ਆਮ ਬੰਦਾ ਸਾਡੇ ਕਬੂਤਰ ਛੱਡ ਨਹੀਂ ਸਕਦਾ ਅਲਾ ਕਹਿੰਦਾ ਜੇ ਕਿਹਨੂੰ ਦੇ ਦਈਏ ਅਲਾ ਕਹਿੰਦਾ ਗੰਦ ਫੜਾਤਾ ਯਾਰ ਸ਼ਾਹ ਆਖੇ ਤਾਂ ਜਿਹੜੇ ਮੇਰੇ ਕੋਲ ਜਾਈ ਛਤਰੀਆਂ ਦੀ ਫਿਰਦੇ ਰਹਿੰਦੇ ਅੱਛਾ ਇੰਨੇ ਘੱਟ ਉੱਡਦੇ ਬਾਹਰ ਵਧੀਆ ਉੱਡਦੇ ਬਾਹਰ ਫੁੱਲ ਹੀ ਉੱਡਦੇ ਬਾਹਰ ਤਾਂ ਚਲੋ ਰਿਕਾਰਡ ਹੀ ਹੈ ਚੀਜ਼ ਦਾ ਵੀ ਹੈਗਾ ਇਹ ਮਤਲਬ ਜਿਹੜੇ ਸਾਹ ਆਖੇ ਨੇ ਇਹੀ ਜ਼ਿਆਦਾ ਛਤਰੀਆਂ ਦੇ ਨੇੜੇ ਘੁੰਮਦੇ ਕਿ ਸਾਰਾ ਨਹੀਂ ਨਹੀਂ ਉਹ ਇਕੱਲੇ ਮੀਰ ਆ ਵੀ ਇਕੱਲੇ ਜਿਹੜੇ ਮੀਰ ਆਪਾਂ ਕਹਿ ਦਿੰਦੇ ਉਹ ਘੱਟ ਉੱਡਦੇ ਸ਼ਾਹ ਨਾਲੇ ਬਾਈ ਸ਼ਾਹ ਆਖੇ ਕਹਿੰਦਾ ਨਾਲੇ ਮੀਰ ਆ ਕਹਿੰਦਾ ਲਿਆਉਂਦਾ ਘੁਮਾ ਕੇ ਉੱਥੇ ਹੀ ਆ ਗੱਲ ਚਲੋ ਤੇ ਪੁੱਛਣਾ ਵੀ ਕਿਹੜੇ ਸ਼ਾਹ ਕਿਵਰ ਤੋਂ ਤਾਂ ਹੀ ਕਹਿੰਦਾ ਮੀਰ ਆ ਨਹੀਂ ਕਰਦੇ ਆ ਗੱਲ ਕੋਈ ਨਹੀਂ ਆਪਾਂ ਪੂਰੇ ਕਬੂਤਰਾਂ 'ਤੇ ਕਰਦੇ ਹਾਂ ਅੱਛਾ ਬਾਈ ਇਹ ਦੱਸੋ ਵੀ ਕਬੂਤਰਾਂ ਨੂੰ ਜਦੋਂ ਛੱਡਦੇ ਹੋ ਠੀਕ ਆ ਟਾਂਗੀਆਂ ਲਾ ਕੇ ਡਾਉਂਦੇ ਹੋ ਜਾਂ ਟਾਂਗੀਆਂ ਲਾ ਕੇ ਡਾਉਂਦੇ ਜਿਹੜੀ ਤਾਂ ਬਾਈ ਤੁਸਰ ਵਾਲੀ ਬਾਜੀ ਆ ਹੁਣ ਕੱਲ੍ਹ ਨੂੰ ਮੇਰੇ ਕਬੂਤਰਾਂ ਦੀ ਵਾਰੀ ਆ ਮੈਂ ਕੋਈ ਕਬੂਤਰ ਨਹੀਂ ਬਾਹਰ ਰੱਖਣਾ ਮੈਂ ਛਤਰੀ ਲਾਉਣੀ ਆ ਇਹ ਡਾਉਣੀ ਮੈਂ 5 ਵਜੇ ਅੱਧੇ ਘੰਟੇ 'ਚ ਮੈਂ ਕਬੂਤਰ ਉਤਾਰ ਲੈਣੇ ਬਸ ਹਾਂ ਹਾਂ ਜੇ ਨਹੀਂ ਉਤਰਦੇ ਛਤਰੀ ਫਿਰ ਮੁੱਦੀ ਮਾਰ ਦੇਣੀ ਓਕੇ ਫਿਰ ਵੇਖਣਾ ਅੱਧੇ ਘੰਟੇ ਬਾਅਦ ਜੇ ਬਹਿ ਗਏ ਨਹੀਂ ਫਿਰ ਲੱਖ ਰੱਖ ਦੇਣੀ ਮੰਨ ਲਓ ਅਸੀਂ ਤਾਂ ਆਏ ਜਿਹੜੇ ਦੂਸਰ ਵਾਲੇ ਐਂ ਡਾਉਣੇ ਆ ਜਿਹੜੇ ਦੇਖਦੇ ਕਹਿਰ ਵਾਲੇ ਛਤਰੀ ਲਾਈ ਰੱਖਦੇ ਆ ਹੁਣ ਪੱਕੀ ਜਦੋਂ ਮਰਜ਼ੀ ਬਹਿ ਜਾਣ ਪੱਕੀ ਲੱਗ ਰਹੀ ਹਾਂ ਓਕੇ ਅਸੀਂ ਤਾਂ ਜੀ ਘੱਟ ਉੱਡਦੇ ਕਬੂਤਰ ਨੂੰ ਮੈਂ ਗਲੋਚ ਬਾਈ ਛੱਡ ਕੇ ਰਾਜੀ ਹਾਂ ਜੀ ਜਿਹੜਾ ਘਰੇ ਘੱਟ ਉੱਡਦਾ ਜਿਹੜਾ ਘਰੇ ਘੱਟ ਉੱਡਦਾ ਕਾਰਨ ਬਾਈ ਉਹਦਾ ਕੀ ਆ ਕਾਰਨ ਬਾਈ ਇਹ ਆ ਕਈ ਬੰਦੇ ਹੁਣ ਕਹਿੰਦੇ ਥੋੜ੍ਹਾ ਉੱਡਦਾ ਕਬੂਤਰ ਛੱਡਣ ਨੂੰ ਜਾਣੀ ਕਿ ਦਿਲ ਹੀ ਨਹੀਂ ਵਗਦਾ ਮੇਰਾ ਕਾਰਨ ਇਹ ਕਬੂਤਰ ਮੱਚ ਹੀ ਜਾਂਦਾ ਜੀ ਉਹ ਘਰੇ ਵੱਧ ਉੱਡ ਗਿਆ ਜਿਹੜਾ ਵੱਧ ਉੱਡ ਜਿਹੜਾ ਘਰੇ ਉੱਡਦਾ ਮੰਨ ਲਓ ਜ਼ੋਰ ਤਾਂ ਅਸੀਂ ਇੱਕ ਦਿਨ ਲਵਾਉਣੇ ਹੁੰਦੇ ਹਾਂ ਇਹ ਨਹੀਂ ਵੀ ਅਸਲੋਂ ਹੀ ਘੱਟ ਉਡਾਉਣੇ ਆ ਮੁੜ ਕੇ ਰਲਿਆ ਪਾਈ ਜਾਈਦਾ ਇੱਕ ਦਿਨ ਜ਼ੋਰ ਲਵਾਈ ਮੁੜ ਕੇ ਜੋ ਰਲਿਆ ਭਾ ਕੇ ਛੱਡ ਦੀਦਾ ਮੁੜ ਕੇ ਫਿਰ ਉਹਨੇ ਵੱਧ ਉੱਡ ਕੇ ਬਹਿੰਦਾ ਜੀ ਹਾਂ ਉਹ ਆਪਦੇ ਆਪ ਬੈਠੇ ਦੇ ਤੁਸੀਂ ਬਹਾ ਲੈਣੇ ਨਹੀਂ ਨਹੀਂ ਛਤਰੀ ਲਾ ਦੇਣੀ ਜਦੋਂ ਬਹਿ ਕੇ ਤੁਰ ਗਿਆ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਭਾਵੇਂ ਘੰਟੇ ਤੋਂ ਬਹਿ ਜਾਏ ਭਲਾ ਘੰਟੇ ਬਾਈ ਚੰਗਾ ਕਿਹੜਾ ਮੰਨਦੇ ਜਿਹੜਾ ਜ਼ੋਰ ਲਾ ਕੇ ਬਾਹਲਾ ਹੀ ਲਟਕੇ ਆਇਆ ਜਾਂ ਨਹੀਂ ਨਹੀਂ ਜਿਹੜਾ ਰੇਲਾ ਬਹੀ ਜਾਂਦਾ ਮੈਨੂੰ ਚੰਗਾ ਉਹਨੂੰ ਸਮਝਦਾ ਜਿਹੜਾ ਜ਼ੋਰ ਲਾਉਂਦਾ ਹਰ ਜਾਂਦਾ ਜੀ ਕਬੂਤਰ ਉਹਦਾ ਮਤਲਬ ਘਰੇ ਮੱਚ ਜਾਂਦਾ ਘਰੇ ਮੱਚ ਜਾਂਦਾ ਫੁੜਕ ਕੇ ਬਹਿੰਦਾ ਇਹੀ ਚੀਜ਼ ਕਹਾਂਗੇ ਜਿਹੜਾ ਘਰੇ ਘੱਟ ਉੱਡਿਆ ਵਾ ਉਹ ਸਾਂਭਣਾ ਵੀ ਸੌਖਾ ਵਾ ਸਾਂਭਣਾ ਸੌਖਾ ਇਹ ਚੀਜ਼ 'ਚ ਵੀ ਕਾਰਨ ਮੇਨ ਗੱਲ ਹੈਗੀ ਇਹਦੀ ਚਲੋ ਅਤੇ ਕੱਢਦੇ ਕਿਹੜੀ ਰੁੱਤੇ ਹੋ ਬਾਈ ਕਬੂਤਰ ਜਿਵੇਂ ਘਰੇ ਡਾਈਆਂ 'ਚ ਕਿਹੜੀ ਰੁੱਤੇ ਕੱਢਦੇ ਸਾਡਾ ਤਾਂ ਹੁਣ ਕੰਮ ਸਟਾਰਟ ਆ ਜੀ ਤੁਹਾਨੂੰ ਦੱਸੀ ਤਾਂ ਕਿਹੜੀ ਕਿਹੜੀ ਤਰੀਕ ਤੋਂ ਕੱਢਦੇ ਹੁਣ ਅਸੀਂ 18 ਕੁ ਦਿਨ ਹੋ ਗਏ ਕੱਢਦਿਆਂ ਨੂੰ ਲਾ ਕੇ ਕੱਢਣ 18 ਦਿਨਾਂ ਨੂੰ ਬਾਈ ਛੱਡਦੇ ਨੇ ਹੁਣ ਜਿਵੇਂ ਆਹ ਕਬੂਤਰ ਬੈਠੇ ਆ ਘਰੇ ਹੁਣ ਜਿਵੇਂ ਦਿਨ ਲੱਗ ਲੱਗੇ ਇਕੱਲਾ ਇਕੱਲਾ ਕਰਕੇ ਛੱਡੀ ਜਾਂਦੇ ਨਾਲ ਇਹਨਾਂ ਨਾਲ ਕਬੂਤਰਾਂ ਦੇ ਓਕੇ ਤਿਆਰੀ ਦਾ ਕੀ ਰੱਖਦੇ ਵੀਰੇ ਜਦੋਂ ਸ਼ੁਰੂਆਤ 'ਚ ਕੱਢਦੇ ਹੋ ਉਦੋਂ ਧੁੱਪੇ ਵਗੈਰਾ ਕਿੰਨਾ ਕੁ ਟਾਈਮ ਪਾਉਣਾ ਜਾਂ ਕੀ ਪ੍ਰੋਸੈਸ ਕਰਦੇ ਹੋ ਧੁੱਪੇ ਤਾਂ ਹੁਣ ਪਾਈ ਰੱਖਦੇ ਆ ਜਾਲ 'ਚ ਕਿੰਨਾ ਕੁ ਟਾਈਮ ਪਾਉਣਾ ਯਾਨੀ ਕਿ 10 ਕੁ ਵਜੇ ਪਾ ਦਈਦੇ ਆ ਅਤੇ 3-4 ਵਜੇ ਤਾੜ ਦਈਦੇ ਓਕੇ ਇਹ ਕਿੰਨੇ ਕੁ ਦਿਨ ਪਾਉਂਦੇ ਹੋ
ਜਾਣੀ ਜਿਹਨੇ ਕਰ ਜਮਾਂ ਨਹੀਂ ਛੱਡ ਪ੍ਰੋਪਰ ਨਹੀਂ ਡਾਂਗਾਂ ਪੈਂਦੀਆਂ ਕੱਢੀ ਦੇ ਬਾਹਰ ਉੱਡਣ ਲੱਗੇ ਫਿਰ ਤਾੜ ਦੇਈਦੇ ਉੱਡਣ ਵੇਲੇ ਉਹ ਕਰਦੇ ਹਾਂ ਸਹੀ ਆ ਬਾਲੀ ਨਹੀਂ ਮਚਾਉਂਦੇ ਸਾਰੇ ਖਿਡਾਰੀ ਪਾਉਂਦੇ ਆ ਜਦੋਂ ਮੰਨ ਲਾ ਕਬੂਤਰ ਉੱਡਣ ਲੱਗ ਗਈ ਗਰਮੀ ਵੱਧ ਪੈ ਗਈ ਫਿਰ ਤਾੜ ਦੇਈਦੇ ਬਿਲਕੁਲ ਕਬੂਤਰ ਮੱਚ ਜਾਂਦਾ ਉਦੋਂ ਘਰੇ ਪਿੰਜਰਾਂ ਚ ਮਚਾਉਣ ਦਾ ਵੀ ਕੀ ਫਾਇਦਾ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਬਾਈ ਅੱਛਾ ਬਾਈ ਦਵਾਈ ਵਗੈਰਾ ਕਿਹੜੀ ਲਾਉਂਦੇ ਹੋ ਦਵਾਈ ਮਤਲਬ ਪਾਣੀ ਲੱਗਣ ਵੇਲੇ ਹਾਂ ਪਹਿਲਾਂ ਤਾਂ ਲਾਈਦੀ ਪੇਪਰਾਜੀ ਜੀ ਕਿੰਨਿਆਂ ਨੂੰ ਉਹ ਲਾਉਣੇ ਅਸੀਂ ਸੱਤਾਂ ਕਬੂਤਰਾਂ ਨੂੰ ਇੱਕ ਢੱਕਣ ਸੱਤਾਂ ਨੂੰ ਹਾਂ ਓਕੇ ਇਦੋਂ ਬਾਅਦ ਉਦੋਂ ਬਾਅਦ ਦੇ ਦੀ ਹੈ ਜਿਹੜੀ ਹੁਣ ਗੋਲੀ ਚੱਲੀ ਇੱਕ ਤਾਂ ਸੀਗੀ ਉਹ ਡਾਕਟਰ ਪਲੱਸ ਹੁਣ ਹੱਡੀ ਵਾਲੀ ਮੁੜ ਕੇ ਉਹ ਲਾ ਦੀਦੀ ਕਿੰਨਿਆਂ ਨੂੰ ਲਾਉਣੇ ਉਹ ਲਾਉਣੇ 70 ਨੂੰ ਕਿੰਨੇ ਟਾਈਮ ਬਾਅਦ ਲਾਉਣੇ ਇਹ ਤੋਂ ਕਿੰਨੇ ਟਾਈਮ ਬਾਅਦ ਹੁਣ ਜਿਹੜਾ ਮੰਨ ਲਾ ਲਾਈ ਹੁਣ ਅਸੀਂ ਖੰਭ ਕਤਰਤੇ ਸੀ ਪਹਿਲਾਂ ਅਤੇ ਲਾ ਤੀ ਸੀ ਦਵਾ ਹੁਣ ਖੰਭ ਪੜਤੇ ਦਵਾ ਲੱਗੀ ਆ ਜਦੋਂ ਮੰਨ ਲਾ ਹੁਣ ਫਰਸਰ ਕਰ ਲਏ ਹੋ ਗਏ ਕੱਢਣੇ ਆ ਬਾਹਰ ਉਦੋਂ ਦਵਾਈ ਫੇਰ ਲਾ ਦੇਣੀ ਲਾਉਣੀ ਹੋਰ ਆ ਤੋਂ ਉਹਦੇ ਪੇਪਰਾਂ 'ਚ ਨਹੀਂ ਲਾਉਂਦੇ ਜਿਹੜੀ ਬਾਈ ਜੀ ਇੱਕ ਤਰ੍ਹਾਂ ਦੀ ਦਵਾ ਲੱਗਦੀ ਆ ਉਹ ਮਲਾਪਣੀ ਕੱਢ ਦੇਗੀ ਜੇ ਦਵਾ ਅੱਡੋ ਅੱਡੀ ਲੱਗੂਗੀ ਮਲਾਪ ਉਹ ਕੱਢੂਗੀ ਕਿਉਂਕਿ ਵਿੱਚ ਆਂਡੇ ਉਂਡੇ ਰਹਿ ਜਾਂਦੇ ਉਹਦਾ ਨਹੀਂ ਜਿਹੜੀ ਇੱਕ ਗੋਲੀ ਮੰਨ ਲਾ ਘਰ ਕਰਦੀ ਘਰ ਕਰ ਜਾਂਦੀ ਆ ਜੀ ਜੇ ਵਟਮੀ ਲਾਉਂਗੇ ਤਾਂ ਚੰਗੀ ਰਹਿੰਦੀ ਮੁੰਡੇ ਜਿਵੇਂ ਕਾਲਾ ਕਨੇਡਾ ਹੋਰ ਵੀ ਮੁੰਡੇ ਬਹੁਤ ਆ ਗੁਰਪ੍ਰੀਤ ਸਿੰਘ ਨੇ ਉਹ ਸਾਨੂੰ ਗੋਲੀਆਂ ਦੇ ਦਿੰਦੇ ਆ ਬਾਹਰਲੀਆਂ ਉਹ 10 ਦਿਨ ਪਹਿਲਾਂ ਗੋਲੀ ਮੂੰਹ ਚ ਪਾ ਦਿੰਦੇ ਉਹ ਤਾਂ ਇੱਕ ਗੋਲੀ ਲਾਉਂਦੇ ਹੋਵਾਂਗੇ ਉਹ ਇੱਕ ਲਾਉਣੀ ਕੀ ਤੋਂ 10 ਦਿਨ ਪਹਿਲਾਂ ਕਿਤੋਂ ਲਾਉਂਦੇ ਬਾਜੀ ਛੱਡਣ ਤੋਂ ਬਾਜੀ ਛੱਡਣ ਤੋਂ ਹਾਂ ਸਾਰੀਆਂ ਦਵਾਈਆਂ ਲਾ ਕੇ ਜੀ ਇੱਕ ਵਾਰੀ ਉਹ ਵੀ ਗੋਲੀ ਦਿੰਦੇ ਜ਼ਰੂਰ ਓਕੇ ਉਹ ਵੀ ਦਿੰਦੇ ਹੋ ਪੱਕੀ ਵੀ ਪੱਕੀ ਹੀ ਦਿੰਦੇ ਉਹ ਬਾਜੀ ਤੋਂ ਪਹਿਲਾਂ ਕਰਦੇ ਕਈ ਬੰਦੇ ਦਾ ਮਲਾਪਾ ਨਾ ਕਬੂਤਰ ਹਰਾ ਲੈਂਦੇ ਜੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਮਲਾਪਾ ਹੈ ਕਿ ਨਹੀਂ ਕਈ ਤਾਂ ਇੱਥੇ ਬਜ਼ੁਰਗ ਬੰਦੇ ਹੋ ਗਏ ਮੰਨ ਲਓ ਪਤਾ ਨਹੀਂ ਲੱਗਦਾ ਮਲਾਪਾ ਮਲਾਪਾ ਨਾ ਕਬੂਤਰ ਹਰ ਜਾਂਦਾ ਬਿਲਕੁਲ ਹਰਦਾ ਬਾਈ ਮਤਲਬ ਇਹ ਚਲੋ ਤੁਹਾਡੇ ਤੁਹਾਡੀ ਗੱਲ ਮੁਤਾਬਕ ਹੀ ਪੁੱਛ ਲੈਂਦੇ ਵੀ ਇਹ ਕਨਫਰਮ ਕਦੋਂ ਹੋ ਜਾਂਦਾ ਵੀ ਕਿਹੜੇ ਨਿਕਲ ਗਏ ਮਲਾਪ ਨਿਕਲ ਗਏ ਮਲਾਪ ਦਾ ਕਬੂਤਰ ਨਹੀਂ ਕੱਢਦੇ ਕਬੂਤਰ ਉਹ ਦੱਸ ਦਿੰਦਾ ਮੇਰੇ ਮਲਾਪਾ ਲੂਈ ਕੰਡਾ ਜਿਹਾ ਪਾੜ ਕੇ ਬਹਿਣ ਲੱਗ ਜਾਂਦਾ ਐਂ ਜੇ ਕਰਕੇ ਇਕੱਠਾ ਹੀ ਨਹੀਂ ਹੋ ਗਿਆ ਬਹਿਣ ਦਾ ਫਿਰ ਉੱਡ ਕੇ ਆਉਂਦਾ ਜਾਂ ਖੁੱਡੇ 'ਚ ਬੈਠਾ ਰਹਿੰਦਾ ਉਦੋਂ ਕੀ ਜਾਂ ਕਬੂਤਰ ਘੱਟ ਕੇ ਬਹਿਣ ਲੱਗ ਜਾਂਦਾ ਉਦੋਂ ਪਤਾ ਲੱਗ ਜਾਂਦਾ ਮੁੜ ਕੇ ਉਦੋਂ ਦਵਾਈ ਦੇ ਦਿੰਦੀ ਜਿਹੜੀ ਬਾਹਰਲੀ ਗੋਲੀ ਆ ਉਹ ਮਲਾਪ ਨਹੀਂ ਕੱਢਦੀ ਅੰਦਰ ਹੀ ਮਾਰ ਦਿੰਦੀ ਖਤਮ ਕਰ ਦਿੰਦੀ ਹਾਂ ਤੇ ਕਬੂਤਰ ਨੂੰ ਬ੍ਰਸ਼ ਕਰ ਦਿੰਦੀ ਕਬੂਤਰ ਦੂਜੀ ਵਾਰੀ ਵੱਧ ਉੱਡਦਾ ਕਿਉਂਕਿ ਭਲਾ ਗੜਿਆਂ ਦਿਨ ਲਾ ਦਿਓ ਇਹਦਾ ਕਾਰਨ ਇਹ ਨਾ ਕੋਈ ਬਣੀ ਵੀ ਇਕੱਲੇ ਕਬੂਤਰਾਂ ਕਰਕੇ ਆ ਨਾ ਇੱਕ ਤਾਂ ਹੁਣ ਜਿਹੜੀ ਆ ਹੋ ਗਈ ਜੀ ਪਿੱਟ ਵਗੈਰਾ ਹੋ ਗਿਆ ਇਹ ਕੁੱਤੇ ਵਾਲੀਆਂ ਗੋਲੀਆਂ ਆਪਾਂ ਤਜਰਬੇ ਨਾਲ ਲਾਈ ਜਾਂਦੇ ਵੀ ਚੱਲ ਜਿੰਨੇ ਵੀ ਉਹ ਕਰਦੇ ਹੋ ਤੇ ਉਹ ਇਕੱਲੀ ਇਹਦੇ ਵਾਸਤੇ ਉਹ ਇਕੱਲੀ ਇੱਥੇ ਅਤੇ ਨਾਲੇ ਬਾਹਰਲਾ ਪ੍ਰੋਜੈਕਟ ਆ ਹੀ ਉਹ ਆਪਣੇ ਤਾਂ ਇੰਡੀਆ 'ਚ ਬਣੀ ਨਹੀਂ ਇਹ ਤਾਂ ਜਿਉਂਦੇ ਰਹਿਣ ਬਾਹਰਲੇ ਵਿਚਾਰੇ ਜਿੰਨਾ ਦੇ ਇੰਨਾ ਜੋਗਾ ਕਰਤਾ ਵੀ ਇੱਕ ਗੋਲੀ ਹੋ ਗਈ ਅੱਛਾ ਇਹਨੂੰ ਦਿੰਨੇ ਕਿੰਨੇ ਡਾਂਟਰ ਕਿੰਨਿਆਂ ਨੂੰ ਲਾਉਣੇ ਟੋਟਲ 70 ਨੂੰ ਲਾਉਣੇ ਆ ਜੀ 70 ਨੂੰ ਹਾਂਜੀ ਕਿਹੜੇ ਤਰੀਕੇ ਨਾਲ ਲਾਉਣੇ ਗੋਲੀ ਮੰਨ ਲਓ ਖੋਰ ਲੈਂਦੇ ਪਾਣੀ 'ਚ ਵਿੱਚ ਖੰਡ ਪਾਲੀ ਦੀ ਆ ਕਿੰਨੀ ਜਾਂ ਗੁੜ ਦੇ ਦੀ ਦਾ ਅੱਛਾ ਨਹੀਂ ਗੁੜ ਤਾਂ ਦੇ ਦੀ ਦਾ ਪਹਿਲਾਂ ਦੇ ਦੀਦਾ 5 ਮਿੰਟ ਖੰਡ ਵੀ ਪਾਉਣੇ ਫਿਰ ਨਾਲ ਖੰਡ ਤਾਂ ਫਿਰ ਨਹੀਂ ਖੰਡ ਪਾਉਂਦੇ ਇੱਕ ਚੀਜ਼ ਪਾਉਣੇ ਫਿਰ ਇੱਕ ਚੀਜ਼ ਪਾਉਂਦੇ ਜੇ ਗੁੜ ਦੇਤਾ ਜੇ ਖੰਡ ਪਾਉਣੀ ਤਾਂ ਫਿਰ ਪਾਣੀ 'ਚ ਹੀ ਪਾਲੀ ਦੀ ਗੁੜ ਦੇਣੇ ਤੁਸੀਂ ਹੁਣ ਡਾਇਰੈਕਟ ਦਿੰਦੇ ਹੋ ਗੁੜ ਨੂੰ ਦੇਈਦਾ ਬਣਿਆ ਹੋਇਆ ਦਿੰਦੇ ਹੋ ਨਹੀਂ ਫੋਕਾ ਫੋਕਾ ਗੋਲੀ ਉਹਦਾ ਕਾਰਨ ਤਾਂ ਇਕੱਲੇ ਮਲੱਪ ਇਕੱਠੇ ਕਰਨਾ ਮਲੱਪ ਇਕੱਠੇ ਕਰਨਾ ਜੋ ਦਵਾਈ ਦਿੱਤੀ ਉਦੋਂ ਮਲੱਪ ਬਾਹਰ ਨਿਕਲ ਜਾਂਦੇ ਦਿੰਨੇ ਕਿਹੜੇ ਟਾਈਮ ਗੋਲੀ ਹੈ ਕਿਹੜੇ ਟਾਈਮ ਸਹੀ ਲੱਗਦੀ ਹੈ ਵੀ ਸਹੀ ਲੱਗ ਜੂ ਆਹ ਟਾਈਮ ਜਿਵੇਂ ਮੰਨ ਲਓ ਜੀ ਹੁਣ ਮੰਨ ਲਓ ਤੜਕ ਮੌਸਮ ਵੀ ਸਹੀ ਹੋਵੇ ਤਾਂ ਉਦੋਂ ਸਹੀ ਲੱਗਦੀ ਗੋਲੀ ਵੀ ਧੁੱਪ ਲੱਗੀ ਹੋਵੇ ਜਿਵੇਂ ਵੀ ਹੁਣ ਅਸੀਂ ਦਿੱਤੀ ਆ ਧੁੱਪਾਂ ਹੀ ਦਿੱਤੀ ਆ ਦਵਾਈ ਆ ਅਤੇ ਯਾਨੀ ਕਿ ਜੇ ਕਬੂਤਰ ਕੱਢਣ ਤੋਂ ਪਹਿਲਾਂ ਦੇਈ ਦੀ ਆ ਮੌਸਮ ਸਾਫ਼ ਹੋਵੇ ਗੁੜ ਕੋਈ ਵੀ ਦੇ ਦਿਉ ਗੁੜ ਫੋਕਾ ਦੇ ਦਿਉ ਹਾਂ ਕੋਈ ਵੀ ਮਤਲਬ ਹਾਂ ਗੁੜ ਨਾਲੋਂ ਖੰਡ ਚੰਗੀ ਹੈ ਜੀ ਹਰੇਕ ਬੰਦਾ ਖੰਡ ਵਿੱਚ ਖੋਰ ਲਏ ਵਿੱਚ ਗੋਲੀ ਖੋਰ ਲਏ ਅਤੇ 30-30 ਐਮ ਐਲ ਦੀ ਪਾਣੀ ਬਣਾ ਕੇ ਨਲਕੀਆਂ
ਦੋ ਬੰਦੇ ਹੁਣ ਫੜ ਫੜ ਕੇ ਦੇਈ ਜਾਂਦਾ ਛੇਤੀ ਚਲਗੀਆਂ ਛੱਡੀ ਜਾਂਦਾ। ਖੰਡ ਦਾ ਅੰਦਾਜ਼ਾ ਕਿੰਨਾ ਕੁ ਲਾਉਣੇ ਵੀ ਕਿੰਨੇ ਕੁ ਪਾਉਣੇ? ਖੰਡ ਤਾਂ ਹਿਸਾਬ ਜਿਹਾ ਪਾਲੀ ਦੀ ਹੈ 3-4 ਚਮਚੇ ਮਾੜਾ ਜਿਹਾ ਮਿੱਠਾ ਜਿਹਾ ਬਣਾ ਲੈਣੇ, ਮਾੜਾ ਜਿਹਾ ਮਿੱਠਾ ਹੀ ਬਣਾਉਣਾ। ਬਿਲਕੁਲ ਸਹੀ ਹੈ। ਅੱਛਾ ਭਾਈ ਡਾਈਆਂ ਕਿੰਨੀਆਂ ਲੈਣੇ ਫਿਰ ਸੁੱਕੀਆਂ? ਡਾਂਗਾਂ ਬਾਈ 8-10 ਸੁੱਕੀਆਂ ਲੈਣੇ ਆ। ਜਦੋਂ ਕਬੂਤਰ ਮਾਲਾ ਪਾਣੀ ਮੰਗਣ ਲੱਗ ਗਿਆ ਫਿਰ ਪਾਣੀ ਦੇ ਦੀਦਾ, 5 ml ਤੋਂ ਪਾਣੀ ਸਟਾਰਟ ਕਰਦੇ। ਅੱਛਾ ਨਹੀਂ, ਜਦੋਂ ਸੁੱਕੀਆਂ ਡਾਈਆਂ ਲੈਂਦੇ ਹੋ, ਇਸ ਤੋਂ ਬਾਅਦ ਤੁਸੀਂ ਇਹ ਕਿਵੇਂ ਕਨਫਰਮ ਕਰਦੇ ਹੋ ਵੀ ਹੁਣ ਇਹਨੂੰ ਪਾਣੀ ਮੰਗਦਾ ਹੈ? ਤਸੱਲੀ ਆ ਵੀ ਹੁਣ ਮੱਤ ਗਿਆ ਘਰੇ ਆ, ਉੱਡ ਕੇ ਆਇਆ ਦੱਸਦਾ, ਪਾਣੀ ਨੂੰ ਭਜਦਾ, ਘਟ ਕੇ ਬਹਿਣ ਲੱਗ ਜਾਂਦਾ ਕਬੂਤਰ। ਉਹਦੇ ਤੋਂ ਥੱਲਿਓਂ ਕਬੂਤਰ ਸੁੱਕ ਜਾਂਦਾ। ਜਿਹੜਾ ਥੱਲੋਂ ਸੁੱਕਣ ਵਾਲਾ ਉਹ ਕੀ ਚੀਜ਼ ਹੁੰਦੀ ਹੈ ਬਾਈ? ਉਹ ਜਿਹੜਾ ਸਿਆਲਾਂ ਦੀ ਖੁਰਾਕ ਹੁੰਦੀ ਉਹ ਹੁੰਦੀ ਹੈ ਜੀ। ਜਦੋਂ ਮੰਨ ਲਓ ਉਹਨੂੰ ਬਦਾਮ ਚਾਲੂ ਕਰਤੇ ਪਾਣੀ ਦੇਣ ਲੱਗ ਗਿਆ, ਕਬੂਤਰ ਹਰਾ ਹੋ ਜਾਂਦਾ, ਦੁਬਾਰੇ ਚੱਲ ਪੈਂਦਾ, ਦੁਬਾਰੇ ਚੱਲ ਪੈਂਦਾ। ਮਤਲਬ ਥੱਲੋਂ ਸਿੱਕਰੀ ਲੈਣ ਲੱਗ ਜਾਂਦੀ ਹੈ? ਸਿੱਕਰੀ ਹੁੰਦੀ ਉਹ ਲੈ ਜਾਂਦੀ ਹੈ, ਉਹ ਵੀ ਆਪਾਂ ਦੇਖ ਸਕਦੇ ਹਾਂ ਵੀ ਇਹ ਤੋਂ ਵੀ ਪਤਾ ਲੱਗ ਗਿਆ। ਹਾਂ, ਇਹ ਤੋਂ ਪਤਾ ਲੱਗ ਜਾਂਦਾ, ਜਾਂ ਬਸ ਘਟਣ ਦਾ ਲਾ ਲਓ। ਹਾਂ, ਜਦੋਂ ਘਟਣ ਲੱਗ ਜਾਂਦਾ, ਘਟ ਕੇ ਆਉਂਦਾ, ਜਦੋਂ ਉੱਡ ਕੇ ਛੇਤੀ ਬਹਿੰਦਾ ਮੰਨ ਲਓ ਪਾਣੀ ਮੰਗਦਾ ਮੁੜ ਕੇ। ਕੁੱਲ ਬਾਈ ਕਬੂਤਰ ਕਿੰਨੇ ਕਿੰਨਾ ਟਾਈਮ ਡਾਉਣਾ ਚਾਹੀਦਾ ਕੁੱਲ ਟੋਟਲ ਲਾ ਕੇ? ਬਾਈ ਜਿਹੜੀ ਤਾਂ ਇਹ ਗਰਮੀ ਆ, ਗਰਮੀ ਦਾ 18-19 ਦਿਨ ਹੀ ਬਾਈ ਕਬੂਤਰ ਛੱਡਦੇ ਆ। ਗਰਮੀ 'ਚ? ਗਰਮੀ 'ਚ ਜਿਹੜੀ ਦੁਸਰ ਦੀ ਬਾਈ ਉਹ ਮਹੀਨਾ ਕਬੂਤਰ ਡਾਵੇ, ਮਹੀਨਾ ਮਹੀਨਾ ਉੱਡ ਜਾਂਦੇ ਮਾਨ ਕੇ ਚੱਲੋ ਦੁਸਰ ਵਾਲੇ 'ਚ। ਹਾਂ, ਓਕੇ। ਅਤੇ ਪਾਣੀ ਵਾਲੀਆਂ ਡਾਈਆਂ ਕਿੰਨੀਆਂ ਲੈਂਦੇ ਫਿਰ? 4-5 ਡੰਗਾਂ ਲੈਂਦੇ। ਕਿੰਨੇ ਕੁ ਪਾਣੀ, ਕਿੰਨੇ ਮੈਂ ਪਾਣੀ ਛੱਡ ਦਿੰਦੇ ਹਾਂ? 5-5 ਪਾਣੀ ਛੱਡ ਦਿੰਦੇ ਹਾਂ। ਇਹ ਵੀ ਨਹੀਂ ਕਨਫਰਮ ਹੁੰਦਾ ਕੋਈ ਬਾਈ ਵੀ ਜ਼ਰੂਰੀ ਹੈ ਵੀ 5-5 ਦਿਨ ਹੀ ਛੱਡਣਾ ਆਪਾਂ ਪਾਣੀ? ਨਹੀਂ ਨਹੀਂ ਬਾਈ, ਜਿੱਦਾਂ 20-20 ਪਾਣੀ ਲਾ ਦਿੰਦੇ ਹਾਂ ਯਾਰ। ਇਹ ਵਹਿਮ ਬਣਾਇਆ ਲੋਕਾਂ ਦਾ ਬਾਈ, ਕਿਉਂਕਿ ਵਿੱਚ ਹੈਗਾ ਨਾ ਵੀ ਯਾਰ ਬਾਈ ਇੱਦਾਂ ਦਾ ਕਰਕੇ ਵੀ। ਨਹੀਂ ਨਹੀਂ, ਇਹਦਾ ਵਹਿਮ ਬਣਾਇਆ ਜੀ, ਥੇਰੇ ਥੇਰੇ ਪਾਣੀ ਲੱਗ ਜਾਂਦੇ ਆ। ਇਹ ਬਾਈ ਅੱਡੋ ਅੱਡੀ ਨਸਲ 'ਤੇ ਗੱਲ ਹੈ ਜੀ, ਕਬੂਤਰਾਂ ਦੇ ਸਿਰ 'ਤੇ ਗੱਲ। ਕਈ ਕਬੂਤਰ ਮੰਨ ਜਾਂਦੇ ਆ, ਕਈ ਮੰਨਦੇ ਨਹੀਂ। ਆਪਾਂ ਕਹਿੰਦੇ ਪਾਣੀ ਵੱਧ ਲੱਗ ਗਏ, ਕਬੂਤਰ ਪਿੱਛੇ ਮੁੜਿਆ ਆ, ਉਹਦਾ ਉੱਡਣ ਨੂੰ ਜੀ ਨਹੀਂ ਕਰਦਾ ਕਬੂਤਰ ਦਾ, ਉਹ ਤਾਂ ਬਹਿੰਦਾ। ਬਿਲਕੁਲ, ਕਬੂਤਰਾਂ ਇਹ ਹੁੰਦੇ ਆ ਉਹਨਾਂ ਨੂੰ ਜਿੰਨੇ ਮਰਜ਼ੀ ਪਾਣੀ ਲਈ ਜੀ ਉੱਡੀ ਜਾਂਦੇ। ਹੁਣ ਬਾਈ ਤਾਂ ਆਪਾਂ ਛੱਡੀ ਜਾਂਦੇ ਰਹਿੰਦੇ ਹਾਂ, ਅਸੀਂ ਤੁਹਾਨੂੰ ਸਾਡੀ ਆ ਇਹ ਰੁੱਤੀ ਸਾਡੀ ਕਬੂਤਰੀ ਕੱਢੀ ਸੀ, ਤੁਹਾਨੂੰ ਕਬੂਤਰੀ ਦਿਖਾ ਦਿੰਦੇ ਖੁੱਡੇ ਜੀ ਬੈਠੀ ਆ, ਤੇ 5 ਬਾਈਆਂ ਛੱਡੀ, 10-10 ਦਿਨਾਂ ਬਾਅਦ ਸਾਰਾ ਸੀ ਜੀ ਨਹੀਂ ਛੱਡਤੀ ਯਾਰ। ਬੱਲੇ, ਫਰਵਰੀ ਦੀ ਕੱਢੀ, ਕੋਈ ਲੰਮੀ ਨਹੀਂ ਹੋਈ ਬਾਈ ਯਾਰ, ਕੋਠੀਆਂ ਵੀ ਬਹਿੰਦੀ। ਅੱਡ ਵੱਡਾ ਯਾਰ, ਕੋਈ ਤੁਹਾਡਾ ਤਜਰਬਾ ਅੱਡਾ ਕੇ ਅੱਡਾ, ਕੋਈ ਕੁਛ ਸੋਚਦਾ ਕੋਈ ਕੁਛ ਸੋਚਦਾ, ਹਨਾ। ਇਹਦਾ ਜਾਨਵਰ ਇਹਨੇ ਤਾਂ ਉੱਡਣਾ ਹੀ ਆ, ਜਿਹੜੀ ਗੱਲ ਬੰਦੇ ਚ ਨਾਮ ਚਾਹੀਦਾ ਵੀ ਕਿੰਨਾ ਕੜਾ ਲੂਗਾ, ਕਿੰਨਾ ਕੜਾ ਮੇਰੇ ਹਿਸਾਬ ਨਾਲ ਤਾਂ। ਬਾਕੀ ਚਲੋ ਅੱਡਾ ਅੱਡਾ ਤਜਰਬਾ ਬਾਈ, ਕੁੱਲ ਤੁਹਾਨੂੰ ਦੱਸ ਦਿੰਦਾ ਮੇਨ ਚੀਜ਼ ਇਹ, ਜਿਹੜਾ ਬੰਦਾ ਇਹਨਾਂ ਚ ਰਹਿੰਦਾ ਵਿੱਚ ਰਹਿੰਦਾ ਖੁੱਡਿਆਂ ਦੇ, ਹੁਣ ਇੱਥੇ ਇੱਕ ਮੇਰਾ ਚੇਲਾ ਬੈਠਾ 7 ਦਿਨ ਤਾਂ ਦੁਕਾਨ ਤੇ ਰਹਿੰਦਾ, ਕਹਿੰਦਾ ਐਤਵਾਰ ਨੂੰ ਮੋਟਰ ਜਿੱਤ ਲਾ ਮੈਂ, ਕੱਲੇ ਐਤਵਾਰ ਨੂੰ ਉਹ ਕਿਵੇਂ ਜਿੱਤੂਗਾ ਬਾਈ ਯਾਰ? ਨਹੀਂ ਜਿੱਤ ਹੁੰਦਾ ਬਾਈ, ਕੋਈ ਸ਼ੱਕ ਨਹੀਂ। ਤੇ ਫਿਰ ਮੰਨ ਲਾ ਹੁਣ ਮੰਨ ਲਾ ਮੇਰੇ ਚੇਲੇ ਇੱਥੇ 7-8-10 ਆਏ ਹੋਏ ਆ, ਸਾਰੇ ਚੇਲੇ ਬਾਈਆਂ ਜਿੱਤਦੇ ਆ, ਕਈ ਬੰਦੇ ਵਿੱਚ ਇੱਕ ਚੇਲਾ ਮੇਰਾ ਗੁੱਸੇ ਵੀ ਹੋ ਗਿਆ, ਉਹਨੂੰ ਲੋਕ ਇਹ ਗੱਲ ਕਹਿੰਦੇ ਸੀਗੇ ਵੀ ਤੇਰਾ ਹਸਤਾਰ ਜਿੱਦਾ ਬਾਈਗਾ ਤੂੰ ਜਿੱਦਾ ਨਹੀਂ, ਤੂੰ ਨਹੀਂ ਜਿੱਦਾ। ਉਹ ਇਹ ਚੀਜ਼ ਤਾਂ ਲੋਕਾਂ ਨੂੰ ਪਤਾ ਨੀਗਾ, ਖਿਡਾਰੀਆਂ ਨੂੰ ਵੀ ਇਹ ਜਿਹੜਾ ਚੇਲਾ ਇਹ ਕੀ ਕਰਦਾ ਤੇ ਉਸਤਾਦ ਕੀ ਕਰਦਾ। ਉਸਤਾਦ ਨੇ ਮੱਝਾਂ ਵੀ ਛੱਡਤੀਆਂ ਬਾਈ ਕਬੂਤਰਾਂ ਮਾਰਿਆ ਨੇ, ਦੁੱਧ ਵੀ ਡੋਲਣਾ ਵੀ ਕਿਸੇ ਦੇ ਘਰ ਦੁੱਧ ਲੈ ਕੇ ਆਉਣੇ ਆ, ਤੰਦਰਾ ਪਰੋ ਹੀ ਕਬੂਤਰਾਂ ਦੇ ਆ ਬਾਈ ਯਾਰ, ਜਿੱਤਣ ਗਈਆਂ। ਬਿਲਕੁਲ ਰਾਈਟ ਗੱਲ ਆ। ਹਾਂ, ਆਪਾਂ ਕੋਈ ਲਾ ਕੇ ਨਹੀਂ ਗੱਲ ਕਰਦੇ, ਵੈਸੇ ਤੁਹਾਡੇ ਦੱਸਦੇ ਵੀ ਚੈਨਲ ਰਾਹੀਂ ਮੰਨ ਲਾ ਵੀ ਜਿਹੜਾ ਕੀ ਪਤਾ ਜਿਹੜੇ ਬੰਦੇ ਦੇ ਡਾਏ ਆ ਕਬੂਤਰ ਨੇ ਕਿੰਨੀ ਕੁ ਮਿਹਨਤ ਕੀਤੀ ਆ, ਇਹ ਵੀ ਕੋਈ ਵੱਡੀ ਗੱਲ ਨਹੀਂ, ਤਾਂ ਜਿੱਤਿਆ ਕੀ ਕਰੀ ਫਿਰਦਾ। ਹਾਂ, ਗੱਲ ਮਿਹਨਤ ਤੇ ਮੌਜੀ ਹੈ, ਜਿਹੜਾ ਬੰਦਾ ਮਿਹਨਤ ਕਰਦਾ ਉਹ ਜਿੱਤ ਜਾਂਦਾ, ਜਿਹੜੇ ਬੰਦੇ ਸਰੋਂ ਸਿਆਲਾ ਸਿਆਲ ਕਬੂਤਰ ਨਹੀਂ ਦੇਖਣੇ ਤੇ ਗਰਮੀਆਂ ਚੱਕ ਲੈਣੇ ਪਿੰਜਰੇ ਬਈ, ਉਹਦੇ ਫਿਰ ਭੂਏ ਚ ਪਿੰਜਰੇ ਹੀ ਪੈਂਦੇ ਐਤਵਾਰ ਨੂੰ ਜਿੱਤਣਾ ਜਿਹਨੇ। ਹਾਂ, ਐਤਵਾਰ ਵਾਲੇ ਦੇ ਪਿੰਜਰੇ ਹੀ ਪੈਂਦੇ ਆ। ਅੱਛਾ, ਤੇ ਗੱਲ ਕਰ ਵਧੀਆ ਵਧੀਆ ਕਰੀ ਬਾਈ ਨੇ, ਸਮਝਣ ਵਾਲੇ ਸਮਝਣਗੇ ਗੱਲਾਂ ਵੀ। ਜਿਹੜੀ ਮਿਹਨਤ ਆ ਬਾਈ, ਇਹ ਖੇਡ ਹੀ ਐਸੀ ਆ, ਇਕੱਲਾ ਉਸਤਾਦ ਤੁਹਾਡੇ ਘੋਲ ਕੇ ਸਿਰ 'ਚ ਨਹੀਂ ਪਾਉਂਦਾ,
ਇਕੱਲਾ ਉਸਤਾਦ ਜੇ ਤੁਹਾਨੂੰ ਉਹਨੇ ਪਾਣੀ ਲਿਖਾਤਾ, ਖੇਡ ਲਿਖਾਤੀ ਜਾਂ ਜੋ ਕੁਛ ਵੀ ਤੁਹਾਨੂੰ ਦੱਸਤਾ, ਉਹਦੇ ਨਾਲ ਮੈਂ ਨਹੀਂ ਮੰਨਦਾ ਵੀ ਬਾਈ ਸਿੱਧਾ ਤੁਹਾਡਾ ਉੱਡਣ ਲੱਗ ਜੂ ਕਬੂਤਰ। ਘਰੇ ਪ੍ਰੈਕਟਿਸ ਕਰਾਉਂਗੇ, ਘਰੇ ਮਿਹਨਤ ਹੋਊਗੀ ਵੀਰੇ, ਫਿਰ ਹੀ ਕਿਤੇ ਜਾ ਕੇ ਉਹ 'ਤੇ ਖੇਡ ਕੰਮ ਕਰੂ, ਫਿਰ ਹੀ ਪਾਣੀ ਚੱਲਣਗੇ ਬਾਈ, ਫਿਰ ਹੀ ਗੁੜ ਚੱਲਣਗੇ ਬਾਈ ਜੀ। ਡਾਉਣੇ ਤਾਂ ਹੈ ਨਹੀਂ ਆਣ ਕੇ, ਬਸ ਮੈਂ ਤੁਹਾਨੂੰ ਪਹਿਲਾਂ ਹੀ ਉਸਤਾਦ ਦਾ ਇੱਕ ਫਰਜ਼ ਬਣਦਾ ਜੀ। ਹੁਣ ਮੇਰੇ ਚੇਲੇ ਬੈਠੇ ਇੱਥੇ, ਜੰਟਾ ਸਾਹਿਬ ਮੁਹੰਮਦ ਰਣਪ ਬੱਲਣ ਦਾ, ਇਹਨੇ ਬੋਲਟ ਮੋਟਰਸਾਈਕਲ ਜਿੱਤਿਆ ਆਪਣੀ ਆਪਣੀ ਖੇਡ 'ਤੇ। ਹਾਂ, ਆ ਕੋਲੇ ਬੈਠਾ ਆ ਮੁੰਡਾ ਸੁਣ ਬੱਲਣ ਡੇ, ਇੰਨੀ ਮਿਹਨਤ ਕਰਦੇ ਆ, ਮੰਨ ਲਾ ਫੁੱਲ ਮਿਹਨਤ ਕਰਦੇ ਆ, ਅਰਕੀ ਉਹਨਾਂ ਦੇ ਕਬੂਤਰ ਬਹੁਤ ਉੱਡੇ ਆ। ਜੰਟਾ ਸਾਹਿਬ ਮੁਹੰਮਦ ਬੈਠਾ, ਬੈਠਣ ਜੀਰਾ ਬੈਠਾ, ਸੁਖਮਨ ਮਹੇਸਰੀ ਬੈਠਿਆ, ਸਾਰੇ ਮੰਨ ਲਾ ਜਿੰਨੇ ਮੇਰੇ ਚੇਲੇ, ਜਿੰਨਾਂ ਨੂੰ ਮੈਂ ਦੱਸਿਆ ਮੈਂ 60,000 ਤੋਂ ਵੱਧ ਕਿਸੇ ਤੋਂ ਪੈਸੇ ਨਹੀਂ ਲਏ, ਅਤੇ ਵਿੱਚ 5-7 ਬੰਦੇ ਮੇਰੇ ਫ੍ਰੀ ਵਾਲੇ ਚੇਲੇ ਵੀ ਆ, ਇਹ ਸਾਰੇ ਜਿੱਤਦੇ ਆ ਬਾਈ। ਹੋਰ ਬਾਈ ਇਹ ਜ਼ਰੂਰ ਦੱਸਿਓ ਵੀ ਕਬੂਤਰ ਡਾਉਣ ਵੇਲੇ ਜਾਂ ਮੰਨ ਘਰੇ ਕਬੂਤਰ ਬਾਹਲਾ ਜ਼ੋਰ ਲਾ ਕੇ ਆ ਗਿਆ, ਠੀਕ ਹੈ, ਉਦੋਂ ਉਹਨੂੰ ਘਰੇ ਕਵਰ ਕਰਨ ਦਾ ਬਾਈ ਕੋਈ ਹੈ ਤਰੀਕਾ? ਬਾਈ ਕਵਰ ਪਤਾ ਕਈ ਬੰਦੇ ਪਾਣੀ ਨਹੀਂ ਪਿਆਉਂਦੇ ਕਬੂਤਰ ਨੂੰ, ਅੱਧਾ ਅੱਧਾ ਘੰਟਾ, ਉਹ ਵੀ ਕਬੂਤਰ ਮੱਚ ਜਾਂਦਾ ਬਾਈ ਨਾ ਪਿਆਉਣ ਕਰਕੇ, ਨਾ ਪਿਆਉਣ ਕਰਕੇ। ਹਾਂ, ਕਈ ਬੰਦੇ ਨੇੜੇ ਪਾਣੀ ਨਹੀਂ ਕਰਦੇ ਕਬੂਤਰ ਦੇ। ਹਾਂ, ਪ੍ਰੋਸੈਸ ਕੀ ਹੋਣਾ ਚਾਹੀਦਾ? ਉਹ ਲੋਕੀ ਕਹਿੰਦੇ ਕਬੂਤਰ ਬਿਮਾਰ ਜੂ ਜਾਂ ਮਰ ਜੂ ਜਾਂ ਕੁਛ ਹੋ ਜੂਗਾ, ਉਹ ਗਲਤ ਗੱਲ ਹੈ ਜੀ। ਹਾਂ, ਜਦੋਂ ਕਬੂਤਰ ਉੱਡ ਗਿਆ 5-7 ਮਿੰਟ ਜਾਂ ਉਹਨੂੰ ਪਾਣੀ ਪੈ ਰਿਹਾ, ਕਬੂਤਰ ਸਹੀ ਹੋ ਜੂਗਾ? ਤੁਹਾਡੇ ਤਜਰਬੇ ਨਾਲ ਸਾਡਾ ਤਜਰਬਾ ਸਹੀ ਹੈ। ਹਾਂ, ਮੇਰਾ ਕਬੂਤਰ ਫੁੱਲ ਗਰਮੀ 'ਚ ਉੱਡ ਕੇ ਆਊਗਾ ਬਾਈ, ਇੱਥੇ ਮੁੱਦਾ ਹੋਊਗਾ, ਮੈਂ ਬਰਫ਼ ਵਾਲਾ ਪਾਣੀ ਪਿਆ ਦੂੰਗਾ, ਕਿੰਨੇ ਉਦੋਂ ਹੀ ਪਿਆ ਦੂੰਗਾ, ਮਰ ਕੇ ਵਿਖਾਵੇ ਕਬੂਤਰ, ਹੋ ਸਕਦਾ ਹੈ? ਹਾਂ, ਅਸੀਂ ਤਜਰਬਾ ਕੀਤਾ ਆਪ। ਹਾਂ, ਸਾਡੀ ਗੇਮ ਹੀ ਇਹੋ ਜਿਹੀ ਆ। ਹਾਂ, ਮਤਲਬ ਕਬੂਤਰ ਨਾ ਮਰੂਗਾ। ਓਕੇ, ਅਤੇ ਲੋਕੀ ਤੱਤਾ ਪਾਣੀ ਪਾਉਂਦੇ, ਤੱਤਾ ਉਹ ਸਗੋਂ ਕਬੂਤਰ ਮਰ ਜਾਂਦਾ ਜੀ ਕੋਸੇ ਪਾਣੀ ਨਾਲ। ਕਾਰਨ ਕੀ ਸਾਰਾ? ਉਹ ਸੜਿਆ ਤਾਂ ਹੁੰਦਾ ਜੀ, ਉੱਤੋਂ ਹੋਰ ਸਾੜ ਦਿੰਦੇ ਉਹਨੂੰ। ਹਾਂ, ਉਹਨੂੰ ਫਿਰ ਮਤਲਬ ਕਈ ਬੰਦੇ ਪਾਣੀ ਦੇ ਨੇੜੇ ਹੀ ਨਹੀਂ ਕਰਦੇ ਕਬੂਤਰ ਨੂੰ, ਨਹੀਂ ਕਰਦੇ। ਪਹਿਲੀ ਤੁਹਾਡੀ ਵੀਡੀਓ ਜੀ 'ਚ ਤੁਸੀਂ ਕਹੀ ਨਾ ਵੀ ਪਾਣੀ ਦਾ ਉਹ ਕਰਨਾ, ਮੇਰੀ ਤਾਂ ਕਿਸੇ ਵੀਡੀਓ 'ਚ ਹੀ ਨਹੀਂ ਕਿਹਾ, ਕਹਿੰਦਾ ਖੜੋ ਪਾਣੀ ਬੱਤੀ ਲਾ ਕੇ ਕਬੂਤਰ ਨੂੰ ਤੁਰੰਤ ਪਾਣੀ ਪਿਓ, ਕਬੂਤਰ ਮਰਦਾ ਨਹੀਂ। ਹੁਣ ਆਪਾਂ ਬਾਹਰੋਂ ਕੰਮ ਕਰਦੇ ਹੋਣੇ ਜੀ, ਖੇਤੋਂ ਜਾਂ ਕਦੋਂ ਵੀ ਭੱਜੇ ਉਹਨੇ ਆਣ ਕੇ ਪਾਣੀ ਪੀਂਦੇ ਨਹੀਂ, ਦੱਸੋ ਸਾਰੇ ਬੰਦੇ ਬੈਠੇ ਆ, ਕਿਹੜਾ ਬੰਦਾ ਮਿੰਟ ਨਹੀਂ ਖੜਦਾ ਪਾਣੀ ਵੱਲ, ਦੇਖ ਲਿਓ ਆਪਾਂ ਫਰਿੱਜ ਨੂੰ ਜਾਂਦੇ ਭਾਈ ਭਾਈ ਬਾਜੀ, ਤੇ 10-10, 20-20 ਵਾਰੀ ਬੰਦਾ ਪਾਣੀ ਪੀਂਦਾ, ਮੈਂ ਖੁਦ ਪੀਂਦੇ ਬਾਈ ਸਾਰੇ। ਹਾਂ, ਤੇ ਕਬੂਤਰੋਂ ਪਾਣੀ ਨਹੀਂ ਪਿਉਂਦੇ, ਕਬੂਤਰ ਤੇ ਆਇਆ ਮਾਰ ਦਿੰਦੇ ਆ, ਉਹ ਕਬੂਤਰ ਦਾ ਕਾਰਨ ਹੀ ਇਹ ਹੁੰਦਾ ਜੀ। ਕਿੰਨਾ ਕੁ ਦੇਣਾ ਚਾਹੀਦਾ ਫਿਰ ਤੁਹਾਡੇ ਤਜਰਬੇ? ਕਬੂਤਰ ਨੂੰ ਥੋੜਾ ਪਾਣੀ ਪਿਆ ਜੀ, ਕਿੰਨਾ ਜਾਂ ਉਹਨੂੰ ਆਪਦੇ ਹਿਸਾਬ ਨਾਲ ਮਾੜੇ ਹਾਂ ਆਪਦੇ ਹਿਸਾਬ ਨਾਲ ਉਹਨੂੰ ਪੀ ਲੈਂਦੇ ਵੀ, ਫਿਰ ਹਟਾ ਦੇ, ਮਤਲਬ 34 ਗਿੱਲੀ ਹੋ ਗਈ ਚੱਕ ਲਓ ਪਰੇ। ਕਿੰਨੇ ਕਿੰਨੇ ਕੁ ਟਾਈਮ ਬਾਅਦ? ਮੈਂ 5-7 ਮਿੰਟਾਂ ਬਾਅਦ ਪਾਣੀ ਪਾਣੀ ਦੇਈ ਜਾਵੇ, ਸੈੱਟ ਹੋ ਜਾਂਦਾ ਕਬੂਤਰ, ਠੰਡਾ ਪਾਣੀ ਪੈਰਾਂ 'ਤੇ ਨਾ ਪਾਵੇ, ਉਹ ਵੀ ਕਬੂਤਰ ਮਰ ਜਾਂਦਾ ਜਾਂ ਉਹ ਜਾਂਦਾ। ਕਈ ਬੰਦੇ ਉਵੇਂ ਬੋਰੀਆਂ 'ਤੇ ਪਾਣੀ ਪਾਈ ਜਾਂਦੇ ਅੰਦਰ, ਉਹ ਵੀ ਗਲਤ ਆ। ਅਸੀਂ ਅਕਸਰ ਹੀ ਦੇਖਿਆ ਪਾਈਆਂ 'ਤੇ ਲੋਕਾਂ ਨੂੰ ਵੀ ਮੈਟ 'ਤੇ ਮੈਟ ਗੱਲਾਂ ਕਰ ਦਿੰਦੇ ਆ, ਉਹ ਵੀ ਕਬੂਤਰ ਮਰ ਜਾਂਦਾ। ਤੁਹਾਡੇ ਤਜਰਬੇ ਹਿਸਾਬ ਨਾਲ ਕੀ ਕਰਨਾ ਚਾਹੀਦਾ? ਪਾਣੀ ਪੀਣਾ ਚਾਹੀਦਾ ਜੀ ਮੇਰੇ ਹਿਸਾਬ ਨਾਲ, ਇਕੱਲਾ ਪਾਣੀ, ਇਕੱਲਾ ਪਾਣੀ, ਠੰਡਾ ਪਾਣੀ, ਛਾਵੇਂ ਵਗੈਰਾ ਰੱਖ ਲਓ, ਛਾਵੇਂ ਰੱਖ ਲਓ, ਹਵਾ ਹੁਵਾ ਝੱਲ ਦਿਓ ਕਬੂਤਰ ਨੂੰ, ਅਤੇ ਪਾਣੀ ਜ਼ਰੂਰ ਪਿਓ, ਭਲਾ ਮਾੜੇ ਮੂੰਹ ਗੱਲਾਂ ਕਰੋ। ਸਹੀ ਪਾਣੀ ਫਿਰ ਕਿੰਨੇ ਕੁ ਟਾਈਮ ਬਾਅਦ ਦੇਣਾ ਪੈਂਦਾ? ਜਦੋਂ ਮੰਨ ਲਾ ਪੀਣ ਲੱਗਾ ਨੇ ਆਪ ਹੀ ਮੰਗਣਾ ਪਾਣੀ, ਫਿਰ ਰੱਖਦੇ ਮੂਹਰੇ, ਜੋ ਸੈੱਟ ਹੋ ਗਿਆ ਘਰੇ ਲਿਆ। ਓਕੇ, ਕਈ ਬੰਦੇ ਖੰਡ ਦੇ, ਉਹਦੇ ਖੰਡ ਨਹੀਂ ਚਾਹੀਦੀ, ਖੰਡ ਦੇ ਵਿੱਚ ਸਲਟ ਕਣਕ ਦਾ ਹੁੰਦਾ, ਉਹ ਵੀ ਕਬੂਤਰ ਨੂੰ ਮਾਰ ਦਿੰਦੀ ਹੈ। ਓਕੇ, ਅੰਗੂਰ ਵਾਲੀ ਖੰਡ, ਖੰਡ ਵੀ ਅੰਗੂਰ ਵਾਲੀ ਖੰਡ। ਹਾਂ, ਉਦੋਂ ਦਾ ਗੁਲਾਬ ਜਲ ਦੇ ਦੋ, ਤੁਮਕੇ ਦੇ ਦੋ ਕਬੂਤਰ ਨੂੰ ਗੁਲਾਬ ਜਲ। ਹਾਂ, ਉਹ ਕਿੰਨੇ ਸਿੱਧੇ ਡਾਇਰੈਕਟ ਦੇ ਦੋ? ਡਾਇਰੈਕਟ ਦੋ, ਤੁਮਕੇ ਹਟ ਕੇ ਮੂਹਰੇ ਕੋਲੀ ਪਾਣੀ ਦੀ ਰੱਖ ਦਿਓ, ਕਬੂਤਰ ਜਮਾਂ ਨਹੀਂ ਖਸਾਉਂਦਾ ਕਬੂਤਰ। ਨਾਲ ਦੀ ਨਾਲ ਹੀ ਪਾਣੀ ਰੱਖਣਾ? ਹਾਂ, ਪਾਣੀ ਪਿਆ ਦਿਓ, ਥੋੜ੍ਹਾ ਜਿਹਾ ਪਾਣੀ ਪਿਆ ਦਿਓ। ਓਕੇ, ਹਾਂ ਸਹੀ ਆ। ਅਤੇ ਹੋਰ ਕੋਈ ਤਜਰਬੇ ਵਾਲੀ ਗੱਲ ਵੀਰੇ ਜੀ, ਕਿਸੇ ਨੂੰ ਸਿੱਖਣ ਨੂੰ ਮਿਲ ਜੇ ਕੋ, ਜਿਹੜਾ ਆਹ ਚੀਜ਼, ਕਿਉਂਕਿ ਘਰੇ ਕਬੂਤਰ ਉੱਡ ਕੇ ਆਇਆ, ਬਾਹਲਾ ਜ਼ੋਰ ਲਾ ਕੇ ਆਇਆ, ਵੈਸੇ ਤਾਂ ਤੁਸੀਂ ਕਹਿਤਾ ਵੀ ਅਸੀਂ ਡਾਉਂਦੇ ਹੀ ਨਹੀਂ, ਤੁਸੀਂ ਆਪ ਵੀ ਕਿਹਾ ਵੀ ਅਸੀਂ ਜਿੰਨਾ ਜ਼ੋਰ ਲਵਾਉਂਦੇ ਹੀ ਨਹੀਂ, ਪਰ ਫਿਰ ਵੀ ਤਜਰਬਾ ਤੁਹਾਨੂੰ ਹੋਣਾ ਕੋਈ ਮਾੜਾ ਮੋਟਾ ਸਿੱਖਣ ਨੂੰ ਬੰਦਿਆਂ ਨੂੰ ਵੀ ਜੇ ਮਿਲੇ ਕੁਛ? ਇਹ ਤਾਂ ਅਸੀਂ ਪੁੱਟਰ ਪੱਟਰ ਆਉਂਦੇ ਬਾਹਰੋਂ, ਉਹ ਪਿਆਜ਼ੀ ਦੇ ਹੁਣ ਤੁਹਾਨੂੰ ਕੀ, ਉਹ ਤਾਂ ਚਲੋ